ਪੰਜਾਬੀ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਪਰਮੇਸ ਸਿੰਘ ਬਿਦੋਵਾਲੀ ਜੇਕਰ ਡਾਕਟਰ ਤੁਹਾਡਾ ਇਲਾਜ ਨਹੀਂ ਕਰ ਸਕਦਾ ਤਾਂ ਇਸ ਦੇ ਇੱਕ ਬਿਹਤਰ ਇਲਾਜ ਇਹ ਹੈ ਕਿ ਤੁਸੀਂ ਤਿੰਨ ਗੁਣ ਅਪਣਾ ਲਓ ਪਹਿਲਾ ਆਰਾਮ ਦੂਸਰਾ ਹਮੇਸ਼ਾ ਖੁਸ਼ ਰਹਿਣਾ ਤੇ ਤੀਸਰਾ ਰਤਨ ਜੀ ਸਭ ਤੋਂ ਵਧੀਆ ਖਾਣਾ ਯਾਨੀ ਕਿ ਸਤੁਤ ਭੋਜਨ ਖਾਣਾ ਜੀ ਬਿਲਕੁਲ ਸਹੀ ਗੱਲ ਹੈ ਜਿਹੜੇ ਤੰਦਰੁਸਤ ਰਹੋਗੇ ਹਾਂ ਜੀ ਤਾਂ ਕਈ ਬਿਮਾਰੀਆਂ ਜਿਹਨਾਂ ਦਾ ਇਲਾਜ ਨਹੀਂ ਹੁੰਦਾ ਤਾਂ ਪ੍ਰੇਜ ਹੀ ਚੰਗਾ ਹੁੰਦਾ ਸਹੀ ਗੱਲ ਹੋਰ ਸੁਣਾਓ ਜੀ ਬਦਗੀ ਠੀਕ ਹੈ ਜੀ ਮਾਗ ਮਹੀਨਾ ਚੜ ਗਿਆ ਹਾਂ ਤਾਂ ਸਿੱਖਾਂ ਦਾ ਨਵਾਂ ਸਾਲ ਸ਼ੁਰੂ ਹੋ ਗਿਆ ਹਾਂ ਬਿਲਕੁਲ ਇੱਕ ਜਾਈ ਦਾ ਜਸ਼ਨ ਹੁੰਦੇ ਆ ਜੀ ਨਵਾਂ ਸਾਲ ਆ ਉਹ ਆਪਾਂ ਕਹਿੰਦੇ ਅੰਗਰੇਜ਼ਾਂ ਵਾਲਾ ਜੀ ਹੂੰ ਇਹ ਆਪਣੇ ਵਾਲਾ ਹੁਣ ਸ਼ੁਰੂ ਹੋ ਗਿਆ ਹੂੰ ਹੋਰ ਫਿਰ ਠੰਡ ਤੋਂ ਬਚੇ ਹੋ ਹਾਂ 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 ਠੰਡ ਤੋਂ ਬਚੇ ਪਠੰਡ ਬਹੁਤ ਹੋ ਗਈ ਪੰਜਾਬ ਚ ਹੁਸ਼ਿਆਰਪੁਰ ਦੇ ਵਿੱਚ 0 ਡਿਗਰੀ ਸੈਲਸੀਅਸ 0 ਅੱਜ ਵੀ ਪਤਾ ਨਹੀਂ ਕਿੱਥੇ ਆਇਆ ਹੋਗਾ ਨਹੀਂ ਹੁਸ਼ਿਆਰਪੁਰ ਦੇ ਆਲਪੁਰ ਮਾਲਬੋਰੋ ਜਾਰ ਪਰਟੀ ਮੈਂ ਦੱਸਿਆ ਹਾਂ ਹਾਂ ਉਹ ਉੱਥੇ ਹੀ ਸਭ ਤੋਂ ਠੰਡਾ ਆਇਆ ਜੀ 0 ਡਿਗਰੀ ਆਇਆ ਅੱਜ ਹੀ ਆਏਗਾ ਨਹੀਂ ਇਹ ਹੋਗਾ ਪਰਸੋਂ ਰਾਤ ਦਾ ਹੋਗਾ ਨਾ ਕਿਉਂਕਿ ਕੱਲ ਰਿਕਾਰਡ ਹੋਇਆ ਤੇ ਅੱਜ ਦੇ ਅਖਬਾਰਾਂ ਚ ਆਇਆ ਹੂੰ ਲੋਹੜੀ ਦੀ ਰਾਤ ਪੰਜਾਬ ਚ ਬਹੁਤ ਠੰਡ ਸੀ ਹੂੰ ਅੱਜ ਵੀ ਠੰਡ ਹੈ ਰ ਸੁੱਕੀ ਠੰਡ ਬਹੁਤ ਪੈ ਰਹੀ ਬਹੁਤ ਜ਼ਿਆਦਾ ਹੋਰ ਬੱਚੇ ਸੁਖਵੰਤ ਤੁਸੀਂ ਜੀ ਹਾਂਜੀ ਹਾਂਜੀ ਠੀਕ ਹੈ ਦੇਖੋ ਹੋਰ ਜੀ ਸੁਖਵੰਤ ਜੀ ਠੀਕ ਹੈ ਠੀਕ ਹੈ ਵਧੀਆ ਠੀਕ ਠਾਕ ਹਾਂ ਪੱਕੇ ਸੁਖਵੰਤ ਵਿਆਹ ਆ ਗਿਆ ਹੁਣ ਤਾਂ ਤਾਇਆ ਤਾਇਆ ਇੱਕ ਕਿਹੜਾ ਹੁਣ ਆ ਉਹ ਉਹ ਜਿਹੜਾ ਬਾਈ ਜੀ ਸਵੇਰੇ ਡੱਬਾ ਲੈ ਕੇ ਆ ਹਾਂ ਪੌਡਕਾਸਟ ਤੋਂ ਪਹਿਲਾਂ ਇਹ ਡੱਬਾ ਹਾਂ ਮੈਂ ਉਹਨੂੰ ਕਿਹਾ ਡੱਬਾ ਖੋਲੋ ਯਾਰ ਦੇਖੋ ਉਹ ਸਸਪੈਂਸ ਰਹੂਗਾ ਜਿੰਨਾ ਚਿਰ ਪੌਡਕਾਸਟ ਮੁਕਦਣੀ ਯਾਰ ਕੀ ਹੈ ਡੱਬੇ ਵਿੱਚ ਕੀ ਆ ਹੂੰ ਤਾਂ ਸੁਖਵੰਤ ਖੋਲ ਲਾ ਪਹਿਲਾਂ ਯਾਰ ਖੋਲ ਹੀ ਲਾ ਯਾਰ ਡੱਬਾ ਹੀ ਖੋਲ ਲਾ ਇਹ ਤਾਂ ਵੈਸੇ ਵੀ ਖਬਰਾਂ ਖਬਰਾਂ ਬਹੁਤ ਆਪਾਂ ਹੂੰ ਸਾਰਾ ਕੁਝ ਪਹਿਲਾਂ ਮਾਹੌਲ ਜਾ ਬਨਾਲ ਗਏ ਆ ਦੇ ਇਹ ਸਸਪੈਂਸ ਤਾਂ ਮੁੱਕੇ ਹਾਂ ਪਤਾ ਲੱਗਣਾ ਚਾਹੀਦਾ ਵੀ ਐ ਖੁੱਲ ਰਿਹਾ ਹੈਗਾ ਹਾਂ ਤੇ ਇੱਥੇ ਇੱਥੇ ਚਾਹ ਆ ਗਿਆ ਸੁਖਮੰਤ ਨੂੰ ਪੂਰਾ ਇੱਥੇ ਲੈ ਚੈੱਕ ਕਾਰਡ ਆਹਹਾ ਕੀ ਬਾਤ ਆ ਜੀ ਕੀ ਬਾਤ ਆ ਠੀਕ ਆ ਜੀ ਹੋਰੇ ਫਿਰ ਇਹ ਕਿ ਲੱਡੂ ਹੋ ਜੇ ਹਾਂ ਬੰਦਾ ਬੰਦਾ ਜੀ ਬੰਦਾ ਨੇੜੇ ਇਹ ਤਾਂ ਕਰ ਲਾ ਐਂ ਜੇ ਕਿਉਂ ਕਰਦਾ ਚਾਹ ਪਹਿਲਾਂ ਪੀ ਲਈ ਯਾਰ ਆਪਾਂ ਹੂੰ ਹੂੰ ਤਦੋਂ ਫਿਰ ਪਿੰਡਿਆਂ ਦਾ ਚਾਹ ਪੀਣਾ ਆਪਾਂ ਹਾਂ ਹਾਂ ਉਦੋਂ ਪਿੰਡਿਆਂ ਖਾਲੀਆਂ ਹੂੰ ਉਹ ਸਪੈਸ਼ਲ ਹੈ ਕਹਿੰਦੇ ਲੁਧਿਆਣੇ ਤੋਂ ਉੱਥੋਂ ਅਬੋਰ ਤੋਂ ਹੂੰ ਓਹੋ ਹਾਂਜੀ ਠੀਕ ਆ ਮਾਚਰ ਰਤਨ ਜੀ ਨੇ ਖਵਾ ਗਏ ਮਾ ਠੰਡ ਬਹੁਤ ਆ ਹੂੰ ਨੈਕਸਟ ਲੱਭ ਲਾ ਆ ਮਾ ਹੂੰ ਬਾਕੀ ਇਹਦੇ ਆ ਬੰਦੇ ਆਪਣੂ ਵੀ ਵਿੱਚੇ ਖਾਣ ਲੱਗ ਜਾਂਦੇ ਆ ਹਾਂ ਆਪਣਾ ਦੂਜਾ ਪੌਡਕਾਸਟ ਹੋ ਗਿਆ ਹਨਾ ਖਾਣ ਦਾ ਮੈਨੂੰ ਕਹਿੰਨੇ ਬਾਈ ਨੇ ਫੋਨ ਕਰ ਕਹਿੰਦਾ ਬਾਈ ਯਾਰ ਬਿਚ ਕਹਿੰਦਾ ਤੁਸੀਂ ਯਾਰ ਹੋ ਨਾ ਜੱਕ ਗਰੋ ਮੈਂ ਕਿਹਾ ਵੀ ਨਾ ਕਰੋ ਆਉਟ ਜਲਾਦਾ ਉਹ ਮੈਂ ਕਿਹਾ ਪੌਡਕਾਸਟ ਐਂ ਹੁੰਦਾ ਸਿਸਟਮ ਹਾਂ ਹੁਣ ਮੈਂ ਕਿਹਾ ਦੂਜਿਆਂ ਨੇ ਹੁਣ ਦੂਜਿਆਂ ਨੇ ਪੌਡਕਾਸਟ ਕਰ ਕਰਕੇ ਇੰਟਰਵਿਊ ਵਾਲਾ ਸਿਸਟਮ ਕਰਤਾ ਵੀ ਇੰਟਰਵਿਊ ਮੈਂ ਕਿਹਾ ਐਂ ਨਹੀਂ ਹੁੰਦਾ ਐਂ ਹੀ ਹੁੰਦਾ ਹਾਂ ਸਿੰਪਲ ਜਾ ਗੱਲਾਂ ਬਤਾ ਇਹ ਤੇ ਤੁਹਾਨੂੰ ਫੀਲ ਨਾ ਹੋਵੇ ਵੀ ਐਂ ਕਿਤੇ ਬਾਹਰ ਬੈਠੇ ਹੋਈਆਂ ਕਿਵੇਂ ਘਰ ਵਾਲਾ ਮਾਹੌਲ ਹੀ ਫੀਲ ਹੋਵੇ ਸੋਡੇ ਬੈਡਰੂਮ ਵਾਲਾ ਗੱਲ ਵੀ ਕਰਾਂਗੇ ਐਂ ਹੀ ਹੁੰਦਾ ਹੁੰਦਾ ਜਦੋਂ ਆਪਾਂ ਬੈਠੇ ਆ ਇੱਕ ਮਤਲਬ ਚਾਰ ਭਰਾਵਾਂ ਚ ਉਹ ਹਾਸੀ ਵੀ ਹੁੰਦੀ ਆ ਮਖੌਲ ਹੁੰਦਾਗਾ ਖਾਣਾ ਪੀਣਾ ਵੀ ਹੁੰਦਾਗਾ ਤੇ ਸੀਰੀਅਸ ਗੱਲ ਵੀ ਹੁੰਦੀ ਆ ਬਿਲਕੁਲ ਇਹੀ ਆ ਹੂੰ ਉਹ ਪਿਛਲਾ ਪੋਡਕਾਸਟ ਆਪਣਾ ਲੇਟ ਅਪਲੋਡ ਹੋਇਆ ਕਿਉਂਕਿ ਲੱਗਿਆ 4 ਵਜੇ ਦਾ ਪਿਆ ਸੀ ਹੂੰ ਤੇ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਬਹੁਤ ਮੈਸੇਜ ਆਏ ਬਹੁਤ ਫੋਨ ਆਏ ਕਿ ਬਾਈ ਜੀ ਕੀ ਗੱਲ ਹੋ ਗਈ ਹੂੰ ਇੱਕ ਵਾਰ ਫੋਨ ਆਇਆ ਬਾਈ ਕਹਿੰਦਾ ਕੀ ਗੱਲ ਹੋ ਗਈ ਕਿ ਕਿਤੇ ਆ ਮਾਨੀ ਪਾਰਟੀ ਵਾਲੇ ਬੰਦ ਕਰਤਾ ਸਾਰਾ ਕੁਝ ਹੂੰ ਮਾ ਨਹੀਂ ਨਹੀਂ ਯਾਰ ਟੈਕਨੀਕਲ ਪ੍ਰੋਬਲਮ ਆ ਹੱਲ ਕਰ ਰਹੇ ਆ ਮੈਂ ਕਿਹਾ ਜਦੋਂ ਤੂੰ ਨਹੀਂ ਪਾਇਆ ਜਿਆ ਕਰਕੇ ਟੈਕਨੀਕਲ ਪ੍ਰੋਬਲਮ ਆ ਗਈ ਇਨਸਟਾ ਤੇ ਮੈਂ ਨਾ ਘਰੇ ਫੋਨ ਕਰਤਾ ਮੈਂ ਕਿਹਾ ਯਾਰ ਵੀ ਦੇਖੋ ਕੀ ਚੱਕਰ ਪੈ ਗਿਆ ਕੀ ਨਹੀਂ ਹਣਾ ਆਪਣਾ ਜਵਾਕਾਂਦ ਨੂੰ ਪਤੀਆ ਜਵਾਕ ਰੋਣ ਉਹ ਕਹਿੰਦੇ ਐਂ ਵੀ ਲਿਖ ਦੇਣਾ ਸੀ ਵੀ ਜਵਾਕ ਕਿਵੇਂ ਰੋਂਦੇ ਸੀ ਕਿਵੇਂ ਰੋਲਾ ਪੈ ਗਿਆ ਘਰੇ ਯਾ ਕੀ ਹੋ ਗਿਆ ਟੈਕਨੀਕਲ ਪ੍ਰੋਬਲਮ ਦਾ ਤਾਂ ਪਤਾ ਨਹੀਂ ਗਿਆ ਜਵਾਕਾਂ ਦਾ ਲਿਖਣਾ ਸੀ ਹੈ ਜਵਾਕਾਂ ਕੀ ਹੋ ਗਿਆ ਕੀ ਭੈੜੜ ਪੈ ਗਈ ਵੀ ਆਹ ਕੀ ਹੋ ਗਿਆ ਪਹਿਲਾਂ ਕਦੇ ਐ ਹੋਇਆ ਨਹੀਂ ਨਾ ਹਾਂ ਉਹ ਤੂੰ ਪੌਡਕਾਸਟ 4.5 ਘੰਟਿਆਂ ਚ ਅਪਲੋਡ ਹੋਇਆ ਚਾਰ 4.5 ਘੰਟੇ ਲੱਗਿਆ ਹੂੰ ਕਦੋਂ ਦਾ ਲਾਇਆ ਵਾ ਸੀ ਉਹ ਸ਼ਾਇਦ ਸਰਵਰ ਡਾਊਨ ਹੋ ਗਿਆ YouTube 7 ਵਜੇ ਤੱਕ 88 85% ਹੀ ਹੋਇਆ ਸੀ ਇਹਦੇ ਠੀਕ ਆ ਅਪਲੋਡ ਪਤਾ ਨਹੀਂ ਕੀ ਜੱਕਰ ਸੀ ਫਿਰ ਉਹ ਹੋ ਗਿਆ ਅਪਲੋਡ ਹੂੰ ਫਿਰ ਕੁਆਲਿਟੀ ਘਟ ਸੀ ਹਾਂ ਕਿਉਂ ਤਾਂ ਹੌਲੀ ਹੌਲੀ ਸੈੱਟ ਹੁੰਦਾ ਨਾ ਹੌਲੀ ਹੌਲੀ ਪ੍ਰੋਸੈਸਿੰਗ ਹੁੰਦੀ ਆ ਹਾਂ ਫਿਰ ਮੈਸੀ ਹਣ ਬਾਈ ਜੀ ਕੁਆਲਿਟੀ ਲੋ ਆ ਕਾ ਕਰਦੇ ਆ ਕੋਈ ਨਾ ਥੋੜਾ ਇੰਤਜ਼ਾਰ ਕਰੋ ਬਸ ਪ੍ਰੋਬਲਮ ਹਾਲ ਹੋ ਗਈ ਤੇ ਸਾਫ਼ ਹੋ ਜਾਊਗਾ ਤਾਂ ਕਰਕੇ ਸੁਖਵੰਤ ਲਈ ਮੈਸੇਜ ਬਹੁਤ ਆਉਂਦੇ ਆ ਬਾਈ ਬਾਬੇ ਅੱਛਾ ਮੈਂ ਕਹਣਾ ਨੈਕਸਟ ਲੈਵਲ ਫੈਨ ਫਾਲੋਇੰਗ ਆ ਇਹ ਕਿਹੜਾ ਦਲਜੀਤ ਦਸਾਈ ਤੋਂ ਘੱਟ ਆ ਯਾਰ ਹੂੰ ਆ ਸੁਖਵੰਤ ਨਹੀਂ ਹੈ ਕਿ ਸੱਚੂ ਪਿਛਲੇ ਪੋਡਕਾਸਟ 1000 ਰੁਪਏ ਦੀ ਕੀ ਗੱਲ ਸੀ ਉਹ ਗੱਲ ਪਤਾ ਨਹੀਂ ਕਿਹੜੀ ਸੀ ਯਾਰ ਮੈਂ ਭੁੱਲ ਗਿਆ ਹੁਣ ਕਮੈਂਟ ਵਾਵਾ ਆਏ ਪਏ ਉਹਦੇ ਆਪਣੇ ਪੋਡਕਾਸਟ ਨਿੱਥ ਲੈਣਾ ਪਿਛਲੇ ਚ ਨਹੀਂ ਪਿਛਲੇ ਤੋਂ ਪਿਛਲੇ ਚ ਸੀਗੀ ਠਿੰਗਾ ਉਹ 1000 ਰੁਪਏ ਵਾਲੀ ਐਂ ਗੱਲ ਸੀ ਯਾਰਾ ਸ਼ਰਤ ਲਾਈ ਸੀ ਯਾਰ ਸ਼ਸ਼ਵੰਤ ਨੇ ਸੀ ਉਹ ਖੇਡ ਜੀ ਖੇਡਣਾ ਭਾਗੇ ਅੱਛਾ ਇਹ ਕਹਿੰਦਾ ਮੈਂ ਜਿੱਤੂਗਾ ਸੀ ਇਹਨੂੰ ਕਹਾ ਨਹੀਂ ਵੀ ਤੇਰੀ ਢੂਈ ਢਾਈ ਡੋਖ ਦੇ ਤੂੰ ਨਾ ਪੰਗਾ ਲੈ ਹੂੰ ਹੈ ਕਹਦਾ ਨਹੀਂ ਮੈਂ ਖੇਡੂਗਾ ਹੂੰ ਇਹਨੇ ਫਿਰ ਸੱਟਣ ਲੱਗ ਗਿਆ ਬੋਲਾ ਜੀ ਹਾਰ ਗਿਆ ਇਹ ਕੁੱਲ ਮਿਲਾ ਕੇ 1000 ਰੁਪਏ 1000 ਰੁਪਏ ਤਾਂ ਲੈਣਾਗਾ ਪਾਇੰਟ ਮਤਲਬ ਕਿ ਬਈ ਗੁਰ ਕੀ ਨਾ ਗੁਰਪੀ ਤਾਂ ਘਟ ਸੀਗਾ ਹਨਾ ਬਾਕੀਆਂ ਸਾਰਿਆਂ ਨੂੰ ਘਟ ਸੀ ਉਹਨਾਂ ਨੇ ਪਤਾ ਨਹੀਂ ਕਿਵੇਂ ਉਹਦੇ ਵਿੱਚ ਮਤਲਬ ਕਿ ਉਹ ਕੀਤੀ ਇਹ ਰਾ ਫੇਰੀ ਲਾ 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 ਗੁਰਪੀ ਨੂੰ ਪੁੱਛਣਾ ਚਾਹੀਦਾ ਨਹੀਂ 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 ਕੋਈ ਨਾ ਗੁਰਪ੍ਰੀਤ ਵੀ ਆਜੂ ਕੋਈ ਨਹੀਂ ਮੇਰੀ ਗੱਲ ਸੁਣਾ ਉਹ ਚਾਹ ਤੈਨੂੰ ਉਂਗਲਾਂ ਹੀ ਪਾਉਂਦੇ ਹੁੰਦੇ ਉਹ ਗੇਂਦ ਵਿੱਚ ਬੋਲਿੰਗ ਦੀ ਜੇ ਉਹ ਚਾਹ ਪੈਂਦੀ ਆਉਂਦੀ ਆ ਉਂਗਲਾਂ ਦੋ ਵਿਚਾੜ ਲੀਆਂ ਇੱਕ ਗੁੱਠਾ ਐ ਕਰਕੇ ਇਹਨੇ ਪੱਟੂ ਨੇ ਨਾਲੀ ਬੋਲ ਜੀ ਨਾਲ ਹੀ ਰਹੀ ਸੀ ਇਹਦੇ ਅੱਸੀ ਪੱਜੀ ਰਹੀ ਸੀ ਮਤਲਬ ਕਿ ਨਹੀਂ ਹੋਗੀ ਹਾਂ ਸਾਹ ਵੈਣੀ ਸੀ ਬਾਬਾ ਤਾਂ ਨਾ ਟਪਾਤੀ ਛੱਤੀ ਤੇ ਅੱਜ ਹੀਰਾ ਫੇਰੀ ਦਾ ਹੋਇਆ ਬਾਈ ਗੁਰਪ੍ਰੀਤ ਪਹਿਲਾਂ ਇੱਥੇ ਬੂਟ ਨਹੀਂ ਪਾਉਂਦਾ ਜੀ ਉਹ ਬੂਟ ਜੇ ਪਾਉਣੇ ਬੰਦੇ ਆ ਸਪੈਸ਼ਲ ਜਿਹੜੇ ਉਹਨਾਂ ਨੇ ਰੱਖਿਆ ਉਹਨਾਂ ਦਾ ਫਲੋਰ ਜਾਂ ਵੀ ਖਰਾਬ ਉਹ ਦੂਜਾ ਫਲੋਰ ਜਾਗਾ ਹੂੰ ਹੂੰ ਤੇ ਇਹਦਾ ਬਾਲਾ ਉਹ ਕਰਦਾ ਉੱਥੇ ਨਹੀਂ ਫਿਰ ਹੀਰਾ ਫੇਰੀ ਕਿਵੇਂ ਹੋਗੀ ਨੰਬਰਾਂ ਚ ਕੋ ਯਾਰ ਕੋਈ ਹੀਰਾ ਫੇਰੀ ਬਾਈ ਪੁੱਛ ਲੈ ਗੁਰਪ੍ਰੀਤ ਪੁੱਛ ਲੈ ਜੀ ਬਾਈ ਮੇਰੀ ਗੱਲ ਮੈਂ ਕਰੀ ਮੈਂ ਹੀਰਾ ਫੇਰੀ ਕਰੀ ਮੈਂ ਤਾਂ ਨਹੀਂ ਕਰੀ ਤੁਸੀਂ ਇਹ ਕਰਾਉਣਾ ਵੀ ਆਏ ਕਰਕੇ ਨਾ 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 ਐਵੇਂ ਪੁਆਇੰਟ ਘਟਸੀ ਕਮਾਲ ਕਰਨਾ ਕਮਾਲ ਕਰਦਾਂ ਨਾ ਇੱਕਦੇ ਉੱਤੇ ਏਵੀਐਮ ਤਾਂ ਨਹੀਂ ਲੱਗੀ ਹੈ ਉੱਤੇ ਏਵੀਐਮ ਤਾਂ ਨਹੀਂ ਲੱਗੀ ਕਿ ਨੰਬਰ ਚੇਂਜ ਹੋ ਜਾਂਦੇ ਬਾਅਦ ਚ ਪਤਾ ਨਹੀਂ ਬਈ ਕੀ ਹੋਇਆ ਐਵੇਂ ਹੀ ਕਹੀ ਜੇ ਸਕੋਰ ਵੀ ਦਿਖਾਉ ਡਿਸਪਲੇ ਤੇ ਤਾਂ ਆ ਰਹਾ ਡਿਸਪਲੇ ਦੇ ਉੱਤੇ ਆ ਗਏ ਸੀ ਯਾਰ ਸਕੋਰ ਤਾਂ ਹੀ ਤਾਂ ਕਹਿੰਦੇ ਆ ਮੈਂ ਦੋ ਵਾਰੀ ਪਹਿਨ ਤਿੰਨ ਵਾਰੀ ਪੂਰੀਆਂ ਪੂਰੀਆਂ ਸੜਤੀਆਂ ਯਾਰ ਉਹ ਸਾਰੀਆਂ ਦੱਸਦਾ ਨੌ ਨੌ ਬੋਲਾਈਆਂ ਕਿੰਨੀਆਂ ਪਤਾ ਨਹੀਂ ਕਿੰਨੀਆਂ ਹੁੰਦੀਆਂ ਯਾਰ ਇੰਨਾ ਨਹੀਂ ਇਹ ਖੇਡ ਕੋਡ ਹੁਣ ਇੰਨਾ ਨਹੀਂ ਤੁਹਾਨੂੰ ਪਤਾ ਸਾਡਾ ਸਿੱਧਾ ਹੀ ਜਾਣਾ ਕੀ ਚਾਹਦਾ ਹਾਂ ਨਾ ਕੀਦਾ ਨਾ ਬੋਲਿੰਗ ਬੋਲਿੰਗ ਕਹਿੰਦੇ ਆ ਬੋਲਿੰਗ ਹੀ ਕਹਿੰਦੇ ਆ ਬਾਕੀ ਕੋਈ ਮੈਸੇਜ ਕਰ ਦੂ ਜੇ ਨਹੀਂ ਪਤਾ ਹੂ ਆਪਾਂ ਤੁਹਾਨੂੰ ਪਤਾ ਸਿੱਧਾ ਹੈਗਾ ਮਾਨੂੰ ਵਧੀਆ ਲੱਗੀ ਯਾਰ ਉਹ ਚੀਜ਼ ਕੁੱਲ ਮਿਲਾ ਕੇ ਹਾਂ ਵੀ ਵਧੀਆ ਉੱਥੇ ਉਹ ਮੈਚ ਜਾ ਲੱਗ ਜਾਂਦਾ ਨੰਬਰ ਜ ਆ ਜਾਂਦੇ ਆ ਵਧੀਆ ਐ ਚਲੋ ਹਾਸੇ ਮਜ਼ਾਕ ਹੋ ਜਾਂਦਾ ਉਹ ਟਿਕਟ ਹੁੰਦੀ ਆ ਟਾਈਮ ਦੀ ਕਿ ਟਿਕਟ ਹੁੰਦੀ ਆ ਬਾਲਾ ਮਹਿੰਗਾ ਕੰਮ ਆ ਉਹ ਪਰ ਆਪਾਂ ਉੱਥੇ ਬੰਦਾ ਲੱਭ ਲਿਆ ਸਕੀਮ ਨਾਲੀ ਸਕੀਮ ਲਾਈ ਵੀ ਆ ਚਲੋ ਵਧੀਆ ਗੱਲ ਆ ਜੀ ਚਾਰ ਬੰਦੇ ਖੇੜੇ ਨੇ ਦੋ ਬੰਦਿਆਂ ਦੇ ਪਾਸੇ ਦੇ ਕੇ ਐਂ ਦੀ ਕਰ ਲਈਦਾ ਹੈਗਾ ਚਲੋ ਵਧੀਆ ਫਿਰ ਆ ਵਧੀਆ ਚੀਜ਼ ਆ ਠੀਕ ਆਪਾਂ ਚੱਲੀਏ ਮੁਕਸਰ ਕਿ ਚੰਡੀਗੜ੍ਹ ਕਿ ਦਿੱਲੀ ਨਹੀਂ ਪਹਿਲਾਂ ਮਾਗੀ ਦੀ ਚਲੋ ਮੁਕਸਰ ਹੂੰ ਮੁਕਸਰ ਮਾਗੀ ਦਾ ਮੇਲਾ ਹਾਂ 40 ਮੁਕਤਿਆਂ ਦੀ ਧਰਤੀ ਹਾਂਜੀ ਪੰਜਾਬ ਦਾ ਬਹੁਤ ਚਰਚਿਤ ਮੇਲਾ ਤੇ ਨਾਲ ਘੋੜੀਆਂ ਦਾ ਮੇਲਾ ਵੀ ਹੂੰ ਕਿਉਂਕਿ ਆਹ ਦਿਨਾਂ ਦੇ ਵਿੱਚ ਮੁਕਸਰ ਥਾਂ ਨਹੀਂ ਹੁੰਦੀ ਤਿਲ ਸਿੱਟਣ ਦੀ ਵੀ ਹਾਂਜੀ ਐਨੀ ਭੀੜ ਹੁੰਦੀ ਆ ਹਾਂਜੀ ਹਾਂਜੀ ਮੁਕਸਰ ਪ੍ਰਸ਼ਾਸਨ ਫੋਟੋ ਮਾ ਪਾ ਰਹੇ ਲਗਾਤਾਰ ਵੇਖੋ ਹੀ ਤਿਆਰੀਆਂ ਸਫਾਈਆਂ ਕੀਤੀਆਂ ਜਾ ਰਹੀਆਂ ਸਾਰੇ ਪ੍ਰਬੰਧ ਕੀਤੇ ਜਾ ਰਹੇ ਆ ਠੀਕ ਆ ਵੀ ਪਾਉਣੀਆਂ ਵੀ ਚਾਹੀਦੀਆਂ ਹਾਂ ਕੀ ਸਾਡੀਆਂ ਫੁੱਲ ਤਿਆਰੀਆਂ ਜੀ ਹੂੰ ਕੱਲ ਸੀਵਰੇਜ ਓਵਰਫਲੋ ਕਰ ਗਿਆ ਓਹੋ ਹੋ ਹੋ ਕਿੱਥੇ ਮੁਖ ਸਰ ਜੀ ਸ਼ਹਿਰ ਦੇ ਵਿੱਚ ਕਿਹੜੇ ਪਾਸੇ ਇਧਰ ਗੁਰੂਕਰ ਵਾਲੇ ਪਾਸੇ ਕੇ ਉਹ ਪੀੜੀ ਦੀ ਗਲੀ ਜਿਹੜੀ ਐ ਜੇ ਓਕੇ ਹਾਂ ਮਤਲਬ ਵੈਸੇ ਤਾਂ ਸ਼ਹਿਰ ਕੋਈ ਬੜਾ ਵੱਡਾ ਵੀ ਨਹੀਂ ਇੱਕ ਹੀ ਰੋੜੀ ਹੈ ਬਸ ਮੰਨ ਲੇ ਕਰੋੜੀ ਧਾਰਾ ਹਾਂ ਹਾਂ ਚਲੋ ਚਲੋ ਹਾਂ ਤੇ ਉੱਥੇ ਤੇ ਲੋਕ ਇਟਾਂ ਰੱਖ ਰੱਖ ਕੇ ਟੱਪੇ ਹੂੰ ਹੂੰ ਇਹ ਦੇਖੋ ਪ੍ਰਸ਼ਾਸਨ ਦੀਆਂ ਤਿਆਰੀਆਂ ਸੀਰੇ ਦਾ ਤਾਂ ਅਸਲ ਚ ਯਾਰ ਬੁਰਾ ਹਾਲ ਹੀ ਆ ਸਾਰੇ ਇਕ ਤੀ ਹੂੰ ਸਾਰੇ ਇਕ ਤੀ ਫੇਰ ਫੇਰ ਜੇ ਲੋਕਾਂ ਨੇ ਇਟਾ ਟੱਟਾ ਰੱਖੀਆਂ ਬੜਾ ਯਾਰ ਕਿਹਨੇ ਬੂਟ ਲਾਇਆ ਲੋਕ ਮੱਥਾ ਟੇਕਣ ਆਏ ਹਨਾ ਹਾਂ ਕਿਸੇ ਨੂੰ ਚਾਹੀਨੇ ਲੋਹ ਚੱਕੀ ਕਿਹਨੇ ਪਜਾਮਾ ਚੱਕਿਆ ਤਾਂ ਹਾਂ ਐ ਮੱਥਾ ਟੇਕਿਆ ਹੂੰ ਪਰ ਮੁਖਸਰ ਮੇਲਾ ਸ਼ੁਰੂ ਹੋਣ ਦੇ ਨਾਲ ਨਾਲ 11 ਜਨਵਰੀ ਨੂੰ ਹੂੰ ਸ਼੍ਰੋਮਣੀ ਕਾਲੀ ਦਲ ਦੀ ਰੈਲੀ ਹੁੰਦੀ ਆ ਹੂੰ ਇਨਾਂ ਦੀ ਇਸਤਰੀ ਵਿੰਗ ਦੀ ਇਸਤਰੀ ਵਿੰਗ ਦੀ ਔਰਤਾਂ ਦੀ ਔਰਤਾਂ ਦੀ ਤਾਂ ਉਹਨੂੰ ਲੈ ਕੇ ਵੀ ਰੌਲਾ ਪੈ ਗਿਆ ਉਹ ਦਾਦਿਆਂ ਕੀ ਰੌਲਾ ਉਹ ਚ ਬੀਬਾ ਜੀ ਭਾਸ਼ਣ ਦਿੰਦੇ ਨੇ ਹਰ ਸਿਮਰਤ ਕੌਰ ਬਾਦਲ ਜੀ ਹੂੰ ਕਿ ਦੇਖੋ ਪ੍ਰਧਾਨ ਸਾਹਿਬ ਜੀ ਹੂੰ ਇੱਥੇ ਜਿਹੜੀਆਂ ਔਰਤਾਂ ਉਹ ਐਮਪੀ ਵੀ ਬਣ ਰਹੀਆਂ ਉਹ ਐਮਐਲਏ ਬਣ ਰਹੀਆਂ ਉਹ ਮੰਤਰੀ ਬਣ ਰਹੀਆਂ ਜੀ ਤੇ ਦੇਸ਼ ਦੀ ਰਾਸ਼ਟਰਪਤੀ ਆ ਉਹ ਵੀ ਹੁਣ ਮਹਿਲਾ ਤੇ ਫਿਰ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦੇ ਠੀਕ ਹੈ ਜੀ ਫਿਰ ਤਾੜੀਆਂ ਵੱਜਣ ਹੂੰ ਬੋਲੇ ਸੋਣਿਆ ਅੱਜ ਘਰੇ ਵਚਨ ਲੱਗ ਗਏ ਹੂੰ ਪਰ ਬੀਬੇ ਨਾਲ ਜ਼ਿਕਰ ਕਰਤਾ ਕਿ ਦੇਖ ਲਓ ਭਾਈ ਜੇ ਘਰੇ ਜਾ ਕੇ ਮੈਨੂੰ ਕਿਤੇ ਪ੍ਰਧਾਨ ਸਾਹਿਬ ਕੁੱਟਣ ਲੱਗ ਗਏ ਤਾਂ ਬਚਾ ਲਿਓ ਮੈਂ ਛੋਡੇ ਕੋਲੇ ਆ ਜੂੰਗੀ ਹੂੰ ਇੱਕ ਕਾਲੀ ਦਲ ਨੇ ਤਾਂ ਕਰ ਹੀ ਦਿੱਤਾ 33% ਵਾਲਾ ਹਾਂਜੀ ਵੀ ਇਸਤਰੀਆਂ ਨੂੰ 33% ਹੁਣ ਦੇਖਣ ਵਾਲਾ ਹੋਊਗਾ ਵੀ ਬੀਬਾ ਜੀ ਨੇ ਇਹ ਮੰਗ ਕੀਤੀ ਨਾ ਤੇ ਚਲ ਟਿਕਟਾਂ ਦੇ ਹੋ ਗਿਆ ਉਹ ਤੋਂ ਬਾਅਦ ਫਿਰ ਉਹ ਹੂੰ ਹੋ ਗਿਆ ਉਹ ਹਾਂਜੀ ਹਾਂਜੀ 33% ਵਾਲਾ ਹੋ ਗਿਆ ਵੀ 33% ਜਿਹੜੀਆਂ ਸੀਟਾਂ ਆਈਆਂ ਉਹ ਔਰਤਾਂ ਨੂੰ ਕਾਲੀ ਦਲ ਦੇਊਗਾ ਤੇ 13 ਹੀ ਆ ਹੁਣ ਫਿਰ 4 ਦੇਣੀਆਂ ਬੰਦੀਆਂ ਹੂੰ 4 ਹੀ ਹੁਣਾ ਕੀ ਪਤਾ ਹੈ ਨਹੀਂ ਚਲੋ ਕੋਈ ਨਾ 2027 ਤੋਂ ਲਗ ਕਰ ਦਾਂਗੇ ਹਾਂ ਇਹ ਵੀ ਗੱਲ ਆ ਇਹ ਵੀ ਆ ਨਾ ਨਹੀਂ ਪਰ ਦੇਖੋ ਕੀ ਬੰਦਦਾਗਾ ਵੈਸੇ ਕਾਲੀਦਾਲ ਹੁਣ ਜਿਹੜੇ ਸਾਹ ਨਾਲ ਬੀਬਾ ਜੀ ਨੇ ਮੰਗ ਰੱਖੀ ਆ ਹੂੰ ਲੱਗਦਾ ਹੁਣ ਬੀਬਾ ਜੀ ਇਹ ਦਿਨ ਕਰਦਾ ਕਿਤੇ ਮੁੱਖ ਮੰਤਰੀ ਬਣਨ ਹੂੰ ਦਲ ਕੀ ਦਾ ਨਹੀਂ ਕਰਦਾ ਕਮਲਿਆ ਦਲ ਤਾਂ ਸੁਖਵੰਤ ਦਾ ਪੂਰਾ ਕਰਦਾਗਾ ਉਹਦਾ ਫੇਰ ਹਰੇ ਉਹਨਾਂ ਨੇ ਜਿਨ੍ਹਾਂ ਨੇ ਸੱਤਾ ਦੇਖੀ ਐ ਤੇ ਜਿਹਨੇ ਨਹੀਂ ਦੇਖੀ ਉਹਦਾ ਦਿਲ ਕਰਦਾ ਕਿ ਨਹੀਂ ਸੁਖਵੰਤ ਹੂੰ ਜਿਨ੍ਹਾਂ ਦੇ ਘਰਾਂ ਚ ਕੁਰਸੀਆਂ ਰਹੀਆਂ ਹੂੰ ਮੁੱਖ ਮੰਤਰੀ ਦੀਆਂ ਕੇਂਦਰੀ ਮੰਤਰੀ ਦੀਆਂ ਜੀ ਤੇ ਜੀ ਤਾਂ ਕਰਨਾ ਉਹਨਾਂ ਦਾ ਜੀ ਕਰਨਾ ਬਈ ਕਰਨਾ ਵੀ ਚਾਹੀਦਾ ਹਾਂ ਹੁਣ ਨਵੀਂ ਚਰਚਾ ਇਹ ਵੀ ਛੜਕੀ ਪਰ ਪੰਜਾਬ ਚ ਜੀ ਕੀ ਕਿਤੇ ਅਗਲੀਆਂ ਚੋਣਾਂ ਦੇ ਵਿੱਚ ਸਤਾਈ ਦੇ ਵਿੱਚ ਇਹ ਨਾ ਹੋਵੇ ਕਿ ਵੀ ਅਸੀਂ ਔਰਤ ਨੂੰ ਮੁੱਖ ਮੰਤਰੀ ਬਣਾਵਾਂਗੇ ਹੂੰ 27 ਦੀ ਗੱਲ ਕਰਦਾ ਮੈਨੂੰ ਐ ਲੱਗਦਾ ਵੀ ਪਹਿਲੀ ਨਾ ਕਿਤੇ ਕੋਈ ਔਰਤ ਬਣ ਜੇ ਮੁੱਖ ਮੰਤਰੀ ਇਹ ਕੋਈ ਪਤਾ ਨਹੀਂ ਹਾਂ ਚਰਚਾ ਹੀ ਦੇਖੀ ਕਿਤੇ ਕਿਤੇ ਸੀ ਹਰ ਭੈਣ ਨਮਾਨ ਦਾ ਪਤਾ ਨਹੀਂ ਰੱਬ ਕਿਹੜੇ ਰੰਗਾਂ ਚ ਰਾਜ ਜੀ ਹਾਂ ਇਹਦਾ ਹੈ ਤਾਂਾ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਜੀ ਇਹ ਰੈਲੀ ਕਰਦੇ ਨੇ ਬੀਤੇ ਦਿਨ ਹੂੰ 14 ਤਰੀਕ ਨੂੰ ਹਾਂ ਜਿਹਨੂੰ ਕਿਹਾ ਜਾਂਦਾ ਸਿਆਸੀ ਕਾਨਫਰੈਂਸ ਹਾਂ ਉਸ ਤੋਂ ਪਹਿਲਾਂ ਆਪਣੇ ਉਹੀ 1 ਗਿਆਨ ਜਨਵਰੀ ਦੀ ਰੈਲੀ ਦੇ ਉੱਪਰ ਉਹ ਚ ਔਰਤਾਂ ਸ਼ਾਮਲ ਹੋਈਆਂ ਹਾਂ ਉਹ ਚ ਇਹ ਗੀਆਂ ਅੰਗਣਵਾੜੀ ਸੇਰੇ ਕੰਮ ਕਰਦੀਆਂ ਹੂੰ ਉਹ ਔਰਤਾਂ ਵੱਡੀ ਗਿਣਤੀ ਚ ਆਈਆਂ ਹੂੰ ਤੇ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਹਿਤਾ ਜਿਹੜੇ ਮਲੋਟ ਦੇ ਨੇ ਵੀ ਮਲੋਟ ਤੋਂ ਐਮਐਲਏ ਨੇ ਹਾਂਜੀ ਹੂੰ ਉਹ ਕਹਿੰਦੇ ਜਿਹੜੀਆਂ ਅੰਗਣਵਾੜੀ ਵਰਕਰਾਂ ਇਹ ਹੂੰ ਸ਼੍ਰੋਮਣੀ ਕਾਲ ਦੀ ਰੈਲੀ ਵਿੱਚ ਸ਼ਾਮਲ ਹੋਈਆਂ ਸੀ ਹੂੰ ਸਾਰਿਆਂ ਤੇ ਕਾਰਵਾਈ ਹੋਊਗੀ ਚਲੋ ਜੀ ਫਿਰ ਮੈਂ ਮੜਾ ਪਤਾ ਕੀਤਾ ਚਲ ਦੇਖੀਏ ਕੱਟਕੁਟ ਕਿਵੇਂ ਕੀਤਾ ਹੂੰ ਫਿਰ ਸੁਣ ਚਾਇਆ ਕਿ ਇੱਕ ਤਣ ਹੁੱਕੇ ਮਾਰੇ ਪਿੰਡਾਂ ਚ ਹੂੰ ਕਿ ਤੁਹਾਨੂੰ ਲੈ ਚਲੇ ਮੁਕਸਰ ਔਰਤਾਂ ਨੂੰ ਮੱਥਾ ਟਿਕਾਉਣ ਵਾਸਤੇ ਹੂੰ ਇਹ ਮੁਕਸਰ ਰਿਗੇ ਜੀ ਸੀ ਹੁੱਕੇ ਕੱਲੇ ਹਾਂਜੀ ਹਾਂਜੀ ਤੇ ਦੂਸਰੇ ਨੰਬਰ ਤੇ ਨੀਆਂ ਅੰਗਨਵਾੜੇ ਵਰਕਰਾਂ ਸੀ ਇਹ ਕੰਮ ਕਰਦੀਆਂ ਔਰਤਾਂ ਇਹਨਾਂ ਨੇ ਫੁੱਲ ਤਿਆਰੀ ਖੀਚੀ ਭਈ ਸਾਰੀਆਂ ਔਰਤਾਂ ਨੂੰ ਇਹੀ ਲੈ ਕੇ ਗਏ ਇਕੱਠਿਆਂ ਕਰਕੇ ਹੂੰ ਇਹ ਜਾਣਕਾਰੀ ਸਹੀ ਆ ਹੂੰ ਤੇ ਹੁਣ ਬੀਬਾ ਜੀ ਕਹਿ ਰਹੀ ਹੈ ਜਿਹੜੀਆਂ ਔਰਤਾਂ ਗਈਆਂ ਅਕਾਲੀ ਦਲ ਦੀ ਰੈਲੀ ਦੇ ਵਿੱਚ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਬੀਬਾ ਜੀ ਜਦੋਂ ਇਹੀ ਅੰਗਣਵਾਰੀ ਵਰਕਰਾਂ ਨਰੇਗਾ ਵਾਲੇ ਤੁਸੀਂ ਲੈ ਕੇ ਜਾਂਦੇ ਹੋ ਆਪਣੀਆਂ ਰੈਲੀਆਂ ਦੇ ਵਿੱਚ ਉਦੋਂ ਕਾਰਵਾਈ ਕੌਣ ਕਰੂਗਾ ਹੂੰ ਜਾਂ ਤਾਂ ਉਦੋਂ ਵੀ ਕਾਰਵਾਈ ਕਰੋ ਨਾ ਹੂੰ ਉਦੋਂ ਤਾਂ ਜਿਹੜੀਆਂ ਇਹ ਵਰਕਰਾਂ ਹੁੰਦੀਆਂ ਅੰਗਣਵਾੜੀ ਵਾਲੀਆਂ ਤੇ ਨਰੇਗਾ ਵਾਲੇ ਮੇਟ ਹੁੰਦੇ ਆ ਉਹਨਾਂ ਨੂੰ ਫੋਨ ਜਾਂਦੇ ਆ ਸਰਪੰਚਾਂ ਨੂੰ ਫੋਨ ਜਾਂਦੇ ਆ ਹੂੰ ਕਿ ਲਿਸਟ ਭੇਜੋ ਮਾੜੀ ਜੀ ਹੂੰ ਤੁਹਾਡੇ ਪਿੰਡ ਕਿੰਨੇ ਨਰੇਗਾ ਵਾਲੇ ਆ ਕਿੰਨੇ ਆ ਰਹੇ ਆ ਜੀ ਜੀ ਇਹ ਤਾਂ ਵੀ ਕਹਾ ਗੱਲ ਵੀ ਸ਼ਾਵਾਸ਼ੀ ਦੇਣੀ ਬੰਦੀ ਆ ਦੇਖੋ ਕਿਵੇਂ ਦੇਖੋ ਅਕਾਲੀ ਦਲ ਵਾਲੇ ਦੇਖ ਲਓ ਸਰਕਾਰੀ ਬੰਦਿਆਂ ਨੂੰ ਲੈ ਗਏ ਕਿ ਹਾਂ ਨਹੀਂ ਇਹਨਾਂ ਮੁਕਸਾ ਚਲਾ ਲਓ ਜਾਂ ਲੰਬੀ ਹਲਕੇ ਚ ਚਲਾ ਲਓ ਉੱਥੇ ਪ੍ਰਭਾਵ ਪ੍ਰਭਾਵ ਹੈ ਕਿ ਇਹ ਅੰਗਣਵਾੜੀ ਵਰਕਰ ਹਨ ਉਹ ਪਰਿਵਾਰਕ ਰਿਸ਼ਤੇ ਆ ਹੂੰ ਅਕਾਲੀ ਦਲ ਦੇ ਨਾਲ ਕਿ ਜਦੋਂ ਲੱਗੀਆਂ ਜਾ ਰੀਆਂ ਉਦੋਂ ਕਾਲੀ ਸਰਕਾਰ ਸੀ ਥੋੜੀਆਂ ਵੇਲੇ ਹੂੰ ਫਿਰ ਜਾਂ ਕੋਈ ਪ੍ਰੋਗਰਾਮ ਹੁੰਦਾ ਅੱਗੇ ਕਿਉਂ ਜ਼ਿਆਦਾਤਰ ਪ੍ਰੋਗਰਾਮ ਹੁੰਦੀ ਪਿੰਡ ਬਾਦਲ ਦੇ ਵਿੱਚ ਹੂੰ ਤਾਂ ਫਿਰ ਔਰਤਾਂ ਨੂੰ ਸੰਭਾਲਣ ਦੇ ਲਈ ਜਿਹੜੀਆਂ ਇਹ ਅੰਗਣਵਾੜੀ ਵਰਕਰਾਂ ਇਹਨਾਂ ਨੂੰ ਬੁਲਾ ਲੈਂਦੇ ਸੀ ਉਹ ਹੂੰ ਹੁਣ ਵੀ ਜਦੋਂ ਵੱਡੇ ਬਾਲਜੀ ਦਾ ਭੋਗ ਸੀ ਜਾਂ ਉਸ ਤੋਂ ਪਹਿਲਾਂ ਸੀ ਇਹ ਅੰਗਣਵਾੜੀ ਰੱਖਣਾ ਬਹੁਤ ਤੋਂ ਜਾਣਦੇ ਸੀ ਪਿੰਡ ਬਾਦਲ ਦੇ ਵਿੱਚ ਪ੍ਰਬੰਧ ਹੁੰਦੇ ਦੀਆਂ ਸੀ ਹੂੰ ਹੁਣ ਇਹ ਰੌਲਾ ਚੱਲ ਰਿਹਾ ਵੇਖੋ ਕਾਰਵਾਈ ਹੁੰਦੀ ਆ ਕਿ ਨਹੀਂ ਹੁੰਦੀ ਹੂੰ ਤੇ ਇਹ ਕਾਰਵਾਈ ਆਪਦੀਆਂ ਤੇ ਹੋਊਗੀ ਕਿ ਨਹੀਂ ਹੋਊਗੀ ਹੂੰ ਜਦੋਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਸ਼ੁਰੂ ਹੋਈਆਂ ਆ ਜੀ ਤਾਂ ਇੱਕ ਚਰਚਾ ਛਿੜੀ ਸੀ ਕਿ ਜੀ ਜਿਹੜੇ ਫੂਡ ਸਪਲਾਈ ਡਿਪਾਰਟਮੈਂਟ ਆ ਹੂੰ ਇਹ ਸਾਰਿਆਂ ਨੂੰ ਭੋਜਨ ਦਊਗਾ ਜਿਹੜੇ ਲੋਕ ਰੈਲੀ 'ਚ ਆਏ ਆ ਹਾਂ ਤੇ ਵੰਡੇ ਵੀ ਗਏ ਆ ਹੂੰ ਹੁਣ ਉਹ ਚ ਇਹ ਗੱਲ ਇੱਕੇ ਸਾਹਮਣੇ ਆਈ ਕਿ ਭਾਈ ਜਿਹੜੇ ਪਰੌਂਠੇ ਆ ਨਾ ਹੂੰ ਇੱਕ ਪਰੌਂਠੇ ਦਾ ਬਿੱਲ ਇਹਨਾਂ ਨੇ ਪਾਇਆ 50 ਰੁਪਏ ਅੱਛਾ ਇੱਕ ਤਾਂ ਰੋਲਾ ਪੈ ਗਿਆ ਸੀ ਹੂੰ ਇਹ ਤਾਂ ਬਾਬਾ ਪੁਰਾਣੀ ਗੱਲ ਆ ਹਾਂ ਹੋ ਰਹੀਗੀ ਤਾਂ ਆਹ ਸਰਕਾਰ ਦੀ ਗੱਲੋਂ ਕੁਝ ਮਤਲਬ ਇਹ ਹੋਊਗੀ ਮਹੀਨੇ ਪਹਿਲਾਂ ਦੀ ਗੱਲ ਆ 2.5 3 ਮਹੀਨੇ ਪੁਰਾਣੀ ਗੱਲ ਹੋਊਗੀ ਲਗਭਗ ਹੋ ਸਕਦਾ ਮਨਾਂ 4 ਮਹੀਨੇ ਪੁਰਾਣੀ ਗੱਲ ਆ ਹਾਂ ਚੱਲ ਕੋਈ ਨਹੀਂ ਹਾਂ ਤੇ ਉਹਨਾਂ ਨੇ ਕੀ ਕੀਤਾ ਜੀ ਇਹ ਰੋਲਾ ਬਾਹਰ ਸਾਹਮਣੇ ਜਾਨੀ ਆਇਆ ਹਮ ਅਫਸਰ ਆਏ ਟਾਬੇਲੇ ਕੋਲੇ ਹਮ ਕਿਵੇਂ ਸਮਝਾਈ ਦਿਆ ਮਨ ਲੱਗ ਕਿ ਹੁਣ ਚਾਹੀਦਾ 1000 ਪਰੌਂਠਾ ਚਾਹੀਦਾ ਹਮ ਤੂੰ 1000 ਪਰੌਂਠੇ ਦਾ ਬਿੱਲ ਬਣਾਈ 50 ਰੁਪਏ ਦੇ ਹਿਸਾਬ ਨਾਲ ਹਮ ਉਹਨਾਂ ਜੀ ਮੈਂ ਤਾਂ ਲਾਉਣੇ 20 ਰੁਪਏ ਦਾ ਆ ਸੱਜਣਾ ਕੋਈ ਗੱਲ ਨਹੀਂ ਯਾਰ ਹਮ ਤੁਤੇ ਈ ਦਾ ਲੜ ਹੂੰ 20 ਸਾਡੇ 20 ਸਾਡੇ 30 ਤੇਰੇ 30 ਤੇਰੇ ਹਾਂ ਤੇ ਐ ਤੜਾ ਤੜਾ ਬਿੱਲ ਬਣਾਏ ਗਏ ਆ ਕਿਉਂ ਖਲਾ ਗਿਆ ਪਰੌਂਠਿਆਂ ਦੀ ਦੁਕਾਨ ਉਹ ਢਾਬਾ ਹੂੰ ਤੇ ਹੁਣ ਤਾਂ ਉਹੋ ਜਿਹਾ ਬਣਾਇਆ ਪਰੌਂਠਾ ਉਹ ਜਿਹੇ ਜਿਹੇ ਚੰਡੀਗੜ੍ਹ ਦਾ ਕਿਉਂਕਿ ਇਹ ਜਿਹੜਾ ਹੁੰਦਾ ਦਸ ਪਰਮੀਤ ਨੂੰ ਹੁਣ 2024 ਮਿਰਚੀ ਮਿਰਚਾਂ ਹੁੰਦੀਆਂ ਜਾਂ ਮਿਰਚਾਂ ਦੀਆਂ ਹੁੰਦੀਆਂ ਅੱਛਾ ਹਾਂ ਉਹਦੀ ਮਿਰਚਾਂ ਨਾਲ ਦੋ ਵਾਰੀ ਸਬਤੀ ਬਣ ਜੇ ਜਿਸ ਨੂੰ ਇੱਕ ਪਰੌਂਠੇ ਜਵਾ ਦਿੰਦਾ ਹੈਗਾ ਤੇ ਹੁਣ 2024 ਆਉਣ ਵਾਲਾ ਹੂੰ ਤੇ ਫਿਰ ਕਿੰਨੇ ਕਿ ਪ੍ਰੌਂਠੇ ਕਿੰਨੇ ਰੁਪਈਆ ਜਾਣਗੇ ਹੂੰ ਇਹ ਹੁਣ ਸਰਕਾਰ ਦੱਸ ਦੇ ਭਾਈ ਹੂੰ ਪਰ ਅਕਾਲੀ ਦਲ ਦੇੜੇ ਲੀਡਰਾਂ ਜੋਰ ਲਾ ਰਹੇ ਸੀ ਅੰਦਰੋਂ ਅੰਦਰੀ ਹੂੰ ਕਿ ਪ੍ਰਧਾਨ ਸਾਹਿਬ ਬੀਜਪੀ ਨਾਲ ਗਠਜੰਬੰਦਨ ਕਰ ਲੋ ਗੱਲ ਬਣ ਜੂ ਆਪਣੀ ਹੂੰ ਕਿਸ਼ਤੀ ਆਪਣੀ ਵੀ ਕਿਨਾਰੇ ਲੱਗ ਜੂਗੀ ਹੂੰ ਕਿਤੇ ਇੱਥੇ ਨਾ ਕਿਸ਼ਤੀ ਡੁੱਬ ਜੇ ਹਾਂ ਬਸਪਾ ਵਾਲੇ ਉਹਨਾਂ ਨੂੰ ਮਿਲ ਗਈ ਜਾਣਕਾਰੀ ਹੂੰ ਉਹਦੇ ਕੋਈ ਗੱਲ ਆ ਸੱਚ ਨਾ ਹੂੰ ਇਆਰੀ ਕਿਤੇ ਹੋਰ ਤੇ ਹੂੰ ਸਾਨਾ ਕਿਤੇ ਹੋਰ ਬਦਾਨਾ ਕਿਤੇ ਹੋਰ ਹੂੰ ਫਿਰ ਕਹਿੰਦੇ ਡਾਕਟਰ ਦਲਜੀਤ ਸਿੰਘ ਚੀਮਾ ਜੀ ਗਏ ਕਹਿੰਦੇ ਭਾਈ ਹੂੰ ਉਹ ਮਣਾਮ ਨੂੰ ਕੇ ਆਏ ਕਿ ਸੱਜਣੋ ਅਜਹੀ ਕੋਈ ਗੱਲ ਨਹੀਂ ਹੂੰ ਇਹ ਦਲਜੀਤ ਚੀਮਾ ਜੀ ਸੀ ਜਾਂ ਇੱਕਦੋ ਲੀਡਰ ਹੋਰ ਸੀ ਹੂੰ ਇਹ ਕਹਿੰਦੇ ਮੀਟਿੰਗ ਸ਼ੀਟਿੰਗ ਕੀਤੀ ਆ ਸੱਜਣਾ ਗੁੱਸੇ ਨਾ ਹੋ ਅਸੀਂ ਤੁਹਾਡੇ ਨਾਲ ਹੀ ਆ ਉਹਨਾਂ ਨਾਲ ਹੋਈ ਵੀ ਆ ਨਾ 1996 ਚ ਬਣਾ ਦਸੀ ਇਹਨਾਂ ਨੇ ਤੋੜ ਲਿਆ ਸੀਗਾ ਬਿਲਕੁਲ ਤੇ ਉਧਰ ਵਾਰ ਭਾਈ ਨੂੰ ਸਮਰਥਨ ਦੇਤਾ ਸੀ ਇਹਨਾਂ ਨੇ ਇਹ ਹੋਇਆ ਵਾ ਕੰਮ ਇਹਨਾਂ ਨੇ ਨਹੀਂ ਸਿਰਫ ਪ੍ਰਕਾਸ਼ ਸਿੰਘ ਬਾਦਲ ਆਹੋ ਚਲੋ ਉਹ ਕੱਲੇ ਸੀ ਉਹ ਮੀਟਿੰਗ ਦੇ ਵਿੱਚ ਕੱਲੇ ਹੀ ਗਏ ਸੀ ਹਾਂ ਕਿਸੇ ਨੂੰ ਕਹਿੰਦੇ ਪੁੱਛਿਆ ਵੀ ਨਹੀਂ ਸੀ ਹੂੰ ਹੁਣ ਕਹਿੰਦੇ ਮੜਾ ਟਿਕਾ ਕੀਤਾ ਕਿ ਅਕਾਲੀ ਦਲ ਤੇ बसपा ਤਾਂ ਹੁਣ ਇਕੱਠੇ ਝੋਣ ਡੜਨਗੇ ਲੋਕ ਸਾਵਾ ਦੀ ਭਾਈ ਜੀ ਭਾਜਪਾ ਦੇ ਤੇ ਵਾਰ ਲੱਗਦਾ ਗਰਮ ਹਾਂ ਤੇ ਇਹ ਇਹਨਾਂ ਦੀ ਇੱਕ ਰਿਪੋਰਟ ਜੀ ਆਈ ਸੀ ਪਿਛਲੇ ਹਫਤੇ ਆਪਾਂ ਪੌਡਕਾਸਟ 'ਚ ਗੱਲ ਕਰੀ ਸੀ ਵੀ ਇਹ ਮਤਲਬ ਗੋਡਿਆਂ ਬਾਹਰ ਹੋਏ ਵੇ ਆ ਵੀਰ ਜੀਪੀ ਨਾਲ ਸਮਝਾਤਾ ਕਰਨ ਪਰ ਕੱਲ ਵਾਲੀ ਸਪੀਚ ਚ ਲੱਗਿਆ ਥੋੜਾ ਜਿਹਾ ਵੀ ਨਹੀਂ ਹੂੰ ਪਿੱਛੇ ਹਟ ਗਏ ਸ਼ਾਇਦ ਬਾਕੀ ਦੇਖੋ ਕੀ ਇਹ ਰਾਜਨੀਤੀ ਆ ਰਾਜਨੀਤੀ ਚ ਕੀ ਪਤਾ ਲੱਗਦਾ ਪਰ ਵਧੀਆ ਰਹਿਣਗੇ ਜੇ ਨਾ ਸਮਝਾਤਾ ਕਰਨਗੇ ਜੇ ਸਮਝਾਤਾ ਕਰ ਲਿਆ ਆਪਦੇ ਪੈਰ ਕਹਾੜੀ ਮਾਰਨਗੇ ਤਾਂ ਬਲਵਿੰਦਰ ਸਿੰਘ ਭੂੰਦੜ ਹੋਰੀ ਸੀ ਹੂੰ ਉਹਨਾਂ ਨੇ ਕੱਲ ਕਹਿਤਾ ਰਹੇ ਲੀਤੇ ਕਿ ਸੁਖਬੀਰ ਜੀ ਤਖੜੇ ਹੋ ਜੋ ਹੂੰ ਮੜਦੇ ਤੱਕੜੇ ਹੋ ਕੇ ਕੰਮ ਕਰੋ ਹੂੰ ਐ ਗੱਲ ਨਹੀਂ ਬਾਨੀ ਹੂੰ ਅਕਾਲੀ ਦਲ ਦਾ ਸਰਵਾਈਵ ਐ ਨਹੀਂ ਹੋਣਾ ਹੂੰ ਇਹ ਅਕਾਲੀ ਦਲ ਲਈ ਮੈਂ ਤੈਨੂੰ ਦੱਸ ਦਿੰਨਾ ਜਿੰਨੇ ਲੋਕ ਵੀ ਸੁਣ ਰਹੇ ਆ ਹੋ ਸਕਦਾ ਸਹਿਮਤ ਹੋਣ ਅਕਾਲੀ ਦਲ ਲਈ ਇਹ ਲਾਸਟ ਹੈ ਹੂੰ ਇਹ ਬਹੁਤ ਕੁਝ ਤੈਅ ਕਰ ਦੂ ਅਕਾਲੀ ਦਲ ਦਾ ਪਾ ਵੇਖੋ ਮਤਲਬ ਆ ਹੁਣ ਸਾਲ ਡੇਢ ਸਾਲ ਲਈ ਪਰ ਰਤਨ ਜੀ ਜਿਹੜੀਆਂ ਖਬਰਾਂ ਆ ਰਹੀਆਂ ਹਨਾ ਕਿ ਜਿਹੜੀ ਉੱਤੋਂ ਵਾਲੀ ਦਿੱਲੀ ਆ ਥੋੜੀ ਥੱਲੇ ਵਾਲੀ ਦਿੱਲੀ ਆ ਹੂੰ ਇਹ ਰਲ ਗਈਆਂ ਹੂੰ ਦੂਜੀ ਦਿੱਲੀ ਵੀ ਤੇ ਹੋਰ ਲਈ ਦਿੱਲੀ ਵੀ ਤੇ ਕਿ ਨਵੀਂ ਦਿੱਲੀ ਆ ਹੂੰ ਕਹਿੰਦੇ ਤਿੰਨ ਦਿੱਲੀ ਇਕ ਪਾਸੇ ਹੋਣ ਜਾਂ ਤੇ ਬਾਦਲ ਪਰਿਵਾਰ ਇਕ ਪਾਸੇ ਰਹੂਗਾ ਹੂੰ ਕਹਿੰਦੇ ਜੋਰ ਲੱਗਾ ਜੀ ਬਾਦਲ ਪਰਿਵਾਰ ਨੂੰ ਖੁੰਝੇ ਲਾਉਣਾ ਹੂੰ ਹੂੰ ਇਹ ਤਾਂ ਇਹ ਤਾਂ ਯਾਰ ਕਲੀਅਰ ਕਟ ਆ ਹਾਂ ਐਤਕੀ ਵੀ ਜੇ ਬਾਦਲ ਫੈਮਿਲੀ ਚੋਂ ਵੀ ਹਰਸਮਰਤ ਕਾ ਔਰ ਬਾਦਲੀ ਚੋਂ ਲੜਦੇ ਆ ਵੀ ਚਾਹੇ ਉਹ ਫਰੋਜਪੁਰ ਤੋਂ ਖੜ ਜਾਣ ਚਾਹੇ ਬਟਿੰਡੇ ਤੋਂ ਖੜ ਜਾਣ ਉਹ ਕਹਿੰਦੇ ਵੀ ਇਹਨਾਂ ਨੂੰ ਖੁੰਝੇ ਲਾ ਕੇ ਛੱਡਣਾ ਹਾਂ ਮਤਲਬ ਇਹ ਸਾਰਿਆਂ ਦਾ ਹੀ ਪਲਾਨ ਆ ਇੱਕ ਹਿਸਾਬ ਦਾ ਤੁਸੀਂ ਇਹ ਦੇਖੋ ਜੀ ਇੱਕ ਪਾਸੇ ਕਾਲੀ ਜੋਰ ਲਾ ਰਹੇ ਆ ਕਿ ਗਠਬੰਧਨ ਹੋ ਜੇ ਹੋ ਜੇ ਹੂੰ ਦੋ ਦਿਨ ਪਹਿਲਾਂ ਭਾਇਆ ਪ੍ਰਧਾਨ ਜੇਪੀ ਨੱਡਾ ਜੀ ਦਾ ਇੱਕ ਬਿਆਨ ਆਇਆ ਹੂੰ ਉਹ ਕਹਿੰਦੇ ਦੇਖੋ ਜੀ ਪ੍ਰਕਾਸ਼ ਸਿੰਘ ਬਾਦਲ ਨੇ ਸਾਰਾ ਜੋਰ ਲਾਤਾ ਆਪਦੇ ਬੇਟੇ ਸੁਖਬੀਰ ਸਿੰਘ ਬਾਦਲ ਖਾਤਰ ਹੂੰ ਇਹ ਪਰਿਵਾਰਵਾਦ ਖਾਤਰ ਹੂੰ ਉਹਨਾਂ ਟਿੱਪਣੀ ਕੀਤੀ ਸੀ ਤੇ ਨਾਮ ਲੈ ਕੇ ਹੂੰ ਤੇ ਦੂਸਰੇ ਪਾਸੇ ਤੁਸੀਂ ਸਮਝੌਤੇ ਗੱਲ ਕਰ ਰਹੇ ਹੋ ਉਹ ਤੁਹਾਡੇ ਤੇ ਹਮਲੇ ਬੋਲ ਰਹੇ ਆ ਹੂੰ ਨਹੀਂ ਕੱਲ ਤਾਂ ਮੜਾ ਜਾ ਹਮਲਾ ਇਹਨਾਂ ਨੇ ਵੀ ਬੋਲਿਆਗਾ ਉਦੋਂ ਬਾਅਦ ਬੋਲਿਆ ਨਾ ਜਿਵੇਂ ਜੇਪੀ ਨੱਡਾਈ ਦਾ ਬਿਆਨ ਆ ਗਿਆ ਹੂੰ ਉਹ ਚੱਲਿਆ ਨਹੀਂ ਬੜਾ ਪੰਜਾਬ 'ਚ ਇੱਕ ਦੁੱਕਾ ਚੈਨਲ ਨਹੀਂ ਪਾਇਆ ਉਹ ਹੂੰ ਤੇ ਉਦੋਂ ਬਾਅਦ ਫਿਰ ਕਾਲੀ ਵੀ ਕਹਿੰਦੇ ਨਾ ਜਿਨਾ ਫਿਰ ਆਪਾਂ ਵੀ ਸਿੱਧੇ ਹੋ ਜਾਂਦੇ ਆ ਹੂੰ ਤਾਂ ਹੁਣ ਇਹ ਕਹਿੰਦੇ ਚਲੋ ਕੋਈ ਨਾ ਟਾਈਮ ਟੱਪਾ ਉਹ ਹਜੇ ਕੀ ਪਤਾ ਕਦੋਂ ਨਾ ਹੋਊਗਾ ਬੀਡੀਪੀ ਨੇ ਤਾਂ ਯਾਰ ਪਲਾਨ ਕਰ ਲਿਆ ਪੰਜਾਬ ਲਈ 22 ਤਰੀਕ ਨੂੰ ਰਾਮ ਮੰਦਿਰ ਦਾ ਇਹਨਾਂ ਨੇ ਕਰ ਦੇਣਾ 26 ਜਨਵਰੀ 26 ਜਨਵਰੀ ਤੋਂ ਬਾਅਦ ਕਿਸੇ ਵੇਲੇ ਵੀ ਹਫਤਾ ਦਾ 10 ਦਿਨ 15 ਦਿਨ ਵੱਧ ਤੋਂ ਵੱਧ ਮਹੀਨਾ ਵੱਧ ਤੋਂ ਵੱਧ ਚੋਣਾਂ ਦਾ ਐਲਾਨ ਹੋ ਜਾਣਾ ਮਹੀਨੇ ਤਰ ਤਨਜੀ ਵੈਸੀ ਲੱਗਣਾ ਨਾ ਵੈਸੀ ਲੱਗਿਆ ਨਾ ਚਲੋ ਬੱਬੀ ਦੀ ਲਾਟ ਇਹ ਹੀ ਕਰਨਗੇ ਤੇ ਦੇਖੋ ਬਾਕੀ ਦੇਖੋ ਕਿਵੇਂ ਇਹਨਾਂ ਦਾ ਪਲਾਨ ਲੱਗ ਗਿਆ ਖਬਰਾਂ ਆ ਰਹੀਆਂ ਉਹ ਕਹਿੰਦੇ ਸੱਜਣਾ ਬਸ 22 ਜਨਵਰੀ ਕਿਉਂਕਿ ਹੁਣ ਵੇਪ ਬੀਜੇਪੀ ਦੇ ਹੱਕ ਚ ਆ ਉਹ ਬਣੀ ਵੀ ਆ ਫੇਰ ਗੱਲ ਕੀ ਆ ਇੱਕ ਪੰਜਾਬ ਲਈ ਇਹਨਾਂ ਨੇ ਮਹੀਨੇ ਡੇਢ ਮਹੀਨੇ ਦਾ ਇੱਕ ਪਲਾਨ ਤਿਆਰ ਕਰਾਇਆਗਾ ਜਿੱਚ ਰਾਜਨਾਥ ਸਿੰਘ ਕੀ ਅਮਿਤ ਸ਼ਾਹ ਕੀ ਨਰਿੰਦਰ ਮੋਦੀ ਦੀ ਸਾਰੇ ਧੜਾ ਧੜ ਰੈਲੀਆਂ ਹੋਣਗੀਆਂ ਤੇ ਵੱਡੇ ਲੈਵਲ ਦਾ ਤਮਾਜਾਮਾ ਹੋਊਗਾ ਪੰਜਾਬ ਦੇ ਜਿਹੜੇ 13 ਲੋਕ ਸਭਾ ਹਲਕੇ ਉਹਨਾਂ ਨੂੰ ਪੰਜ ਕਲਸਟਰਾਂ ਚ ਇਹਨਾਂ ਨੇ ਵੰਡਿਆਗਾ ਤੇ ਇਹਨਾਂ ਨੇ ਆਪ ਦਾ ਹਿੰਦੂ ਵੋਟ ਬੈਂਕ ਕਣੀ ਜਿਵੇਂ ਸਾਰੇ ਦੇਸ਼ ਚ ਇਹਨਾਂ ਦਾ ਧਿਆਨ ਆ ਤੈਨੂੰ ਇੱਕ ਹੋਰ ਨਵੀਂ ਗੱਲ ਦੱਸਣਾ ਸਾਡੇ ਸ਼ਹਿਰ ਚ ਤਾਂ ਹੋ ਗਈ ਮੈਨੂੰ ਹੋਰ ਕਿਤੇ ਪਤਾ ਨਹੀਂ ਸਾਡੇ ਏਰੀਏ ਦੇ ਵਿੱਚ ਇਧਰ ਘਰਾਂ ਚ ਤੇ ਸ਼ਹਿਰ ਚ ਵੀ ਹੋਇਆਗਾ ਪੰਜ ਪੰਜ ਦੀਵੇ ਹੂੰ ਐਨੇ ਕ ਚੌਲ ਤੇ ਇੱਕ ਸੱਦਾ ਪੱਤਰ ਜਾ ਉਹ ਮਤਲਬ ਪੱਤਰ ਜਾਗਾ ਉਹ ਉੱਤੇ ਲਿਖਿਆ ਵਗਾ ਤੇ ਉਹ ਕਹਿੰਦੇ ਵੀ ਦੀਵੇ ਤੁਸੀਂ 22 ਤਰੀਕ ਨੂੰ ਜਗਾਉਣਿਆ ਇਹ ਘਰ ਘਰ ਉਹ ਪ੍ਰਚਾਰ ਕਰਦੇ ਫਿਰਦੇ ਨੇ ਆਪਦਾ ਹੂੰ ਫਿਰ ਉਹੀ ਗੱਲਾਂ ਨਾ ਕਿ ਹਾਂ RAM ਮੰਦਰ ਦੇ ਬਹਾਨੇ ਤਿੰਨ ਚਾਰ ਚਾਰ ਬੰਦੇ ਪੂਰੀ ਉਹਨਾਂ ਦੀ ਟੀਮ ਪੂਰਾ ਉਹਨਾਂ ਦਾ ਐ ਉਹ ਬਣਾਇਆ ਵਗਾ ਸਿਸਟਮ ਹੂੰ ਇੱਕ ਬੰਦਾ ਸਮਝਾਉਂਦਾ ਜੀ ਕੋਈ ਇਹ ਅੰਧਵਿਸ਼ਵਾਸ ਨਹੀਂ ਕੋਈ ਕੁਝ ਨਹੀਂ ਸਮਝਾਉਂਦੇ ਵੀ ਨਾਲ ਉਹ ਹੂੰ ਤੁਸੀਂ ਇਹ ਲੋਡੀ ਉਹ ਫਿਰ ਦੂਜਾ ਬੰਦਾ ਉਹਨਾਂ ਦਾ ਗਾਈਡ ਕਰਦਾ ਜੀ ਰਾਮ ਮੰਦਰ ਦਾ ਉਹ ਹੋ ਰਿਹਾ ਹੈਗਾ ਆ ਗੱਲ ਤੁਸੀਂ ਉਹਨਾਂ ਦਾ ਪ੍ਰੋਸੈਸ ਦੇਖੋ ਯਾਰ ਹੂੰ ਇਹ ਹੋ ਰਿਹਾ ਹਾਂ ਸੀ ਦੇਖਣਾ ਇਹ ਉਹ ਘਰ ਘਰ ਤੱਕ ਅਪਰੋਚ ਕਰ ਰਹੇ ਆ ਹਾਂ ਜਦੋਂ ਜੇਕਰ ਉਹ ਪੰਜਾਬ ਚ ਆ ਕੇ ਹੂੰ ਇੰਨਾ ਜੋਰ ਲਾ ਰਹੇ ਆ ਹੂੰ ਤਾਂ ਯੂਪੀ ਬਿਹਾਰ ਰਾਜਸਥਾਨ ਮੱਧ ਪ੍ਰਦੇਸ਼ ਛਤੀਸਗੜ੍ਹ ਹੋ ਗਿਆ ਮਹਾਰਾਸ਼ਟਰ ਹੋ ਗਿਆ ਬਿਹਾਰ ਕਹਿੰਦਾ ਪਹਿਲਾਂ ਕਹਿਤਾ ਤਾਂ ਇੱਥੇ ਕੀ ਹਾਲ ਹੋਊਗਾ ਹੂੰ ਇੱਥੇ ਆਪਾਂ ਕਹਿੰਦੇ ਆ ਬੀਜਪੀ ਸਭ ਤੋਂ ਕਮਜ਼ੋਰਾ ਪੰਜਾਬ ਚ ਹੂੰ ਹੂੰ ਕਿਉਂ ਕਰ ਇੱਥੇ ਇੰਨਾ ਜੋਰ ਲਾ ਰਿਆ ਉਹ ਇੱਕ ਨੈਟਿਵ ਸੈੱਟ ਕਰਨ ਦੇ ਲਈ ਤਾਂ ਬਾਕੀ ਰਾਜਾਂ ਕੀ ਹਾਰੂਗਾ ਤੈਨੂੰ ਮੈਂ ਦੱਸ ਦਿੰਨਾ ਯਾਰ ਬੀਜੇਪੀ ਦੀ ਜਿਹੜੀ ਕਨਸੈਂਟਰੇਸ਼ਨ ਹੈ ਨਾ ਪੰਜ ਸੂਬਿਆਂ ਤੇ ਤਾਂ ਯਾਰ ਪੂਰੀ ਖਤਰਨਾਕ ਤਰੀਕੇ ਦੀ ਆ ਹੂੰ ਉਹਦੇ ਚ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਯੂਪੀ ਹੂੰ ਫੇਰ ਆਉਂਦਾ ਐਮਪੀ ਹੂੰ ਫੇਰ ਆਉਂਦਾ ਰਾਜਸਥਾਨ ਹੂੰ ਫੇਰ ਆਉਂਦਾ ਗੁਜਰਾਤ ਪੰਜਵਾਂ ਆਉਂਦਾ ਬਿਹਾਰ ਹੂੰ ਪੰਜਾਂ ਦੇ ਉੱਤੇ ਤੇ ਜੇ ਪੰਜਾਂ ਤੋਂ ਜਿੱਦੀ ਤੂਤੀ ਬੋਲ ਗਈ ਬਿਆ ਬਿਆ ਹੋ ਇਹਨੀਆਂ ਪੰਜਾਂ ਦੀਆਂ ਤੁਸੀਂ ਕੱਢ ਕੇ ਦੇਖ ਲਓ ਇਹਨਾਂ ਦੀਆਂ ਸੀਟਾਂ ਜ਼ਿਆਦਾ ਗਈਆਂ ਮਹਾਰਾਸ਼ਟਰਾਂ ਚ ਵੀ ਨੇ ਉਹ ਪਰ ਮਹਾਰਾਸ਼ਟਰਾਂ ਚ ਉਹ ਹੋਰ ਸਾਹਬ ਨਾਲ ਚੱਲਦੇ ਨੇ ਪਰ ਇਹ ਪੰਜਾਂ ਚ ਤਾਂ ਫੁੱਲ ਹੈਗਾ ਯਾਰ ਹਾਂ ਬਿਹਾਰ ਚ ਵੀ ਕਦੇ-ਕਦੇ ਹੁੰਦਾ ਚਾਰਾਂ ਚ ਤਾਂ ਇਹ ਬੜਾ ਮਤਲਬ ਹੈਗਾ ਯਾਰ ਤੁਸੀਂ ਇਹ ਦੇਖੋ ਯਾਰ ਰਾਜਸਥਾਨ ਗੁਜਰਾਤ ਐਮਪੀ ਤੇ ਯੂਪੀ ਚਾਰਾਂ ਚ ਪੂਰੇ ਸਟਰੋਂਗ ਨੇ ਪੂਰੇ ਜ਼ਿਆਦਾ ਸਟਰੋਂਗ ਨਹੀਂ ਅੱਜ ਦੀ ਘੜੀ ਸੀ ਦੇਖਣਾ ਹਿੰਦੂ ਧਰਮ ਨਾਲ ਇਹ ਜਿਹੜੇ ਸ਼ੰਕਰਚਾਰੀਆ ਹੁੰਦੇ ਆ ਉਹ ਸਭ ਤੋਂ ਉੱਤੇ ਹੁੰਦੇ ਆ ਹੂੰ ਉਹ ਕਿੰਨੇ ਸੀ ਨਹੀਂ ਜਾ ਰਹੇ ਤਾਂ ਉਹ ਨਹੀਂ ਜਾ ਰਹੇ ਤਾਂ ਇਹ ਸਭ ਤੋਂ ਵੱਡੀ ਗੱਲ ਆ ਜਿਹਨੂੰ ਲੈ ਕੇ মিডিਆ ਨਹੀਂ ਬੋਲ ਰਿਹਾ মিডিਆ ਜਮੀ ਨਹੀਂ ਬੋਲਿਆ ਉਹਨਾਂ ਦੀ ਇੱਕ ਇੱਕਾ ਦੁੱਕਾ ਬਾਈਟ ਬੂਟ ਆਈ ਆ ਕੋਈ ਬਸ ਹਾਂ ਕਿ ਜੇਕਰ ਹਿੰਦੂ ਧਰਮ ਦੇ ਸਭ ਤੋਂ ਵੱਡੇ ਦੇਵਤੇ ਦੀ ਮੂਰਤੀ ਲੱਗਣ ਜਾ ਰਹੇ ਆ ਹਾਂ ਤਾਂ ਉੱਥੇ ਤੁਹਾਡੇ ਧਰਮ ਦੇ ਸਭ ਤੋਂ ਉੱਤਮ ਬੰਦੇ ਹਾਂ ਨਹੀਂ ਜਾ ਰਹੇ ਤਾਂ ਸਵਾਲ ਹੋਣਾ ਬੰਦ ਆ ਹਾਂ ਉਹਨਾਂ ਨੇ ਵੀ ਇਹੀ ਕਿਹਾ ਉਹ ਕਹਿੰਦੇ ਹਜੇ ਇੱਕ ਤਾਂ ਮੰਦਿਰ ਨਹੀਂ ਕੰਪਲੀਟ ਮੰਦਿਰ ਨਹੀਂ ਕਿ ਤਕਰੀਬਨ ਹਜੇ 1.5 ਸਾਲ ਦਾ ਸਮਾਂ ਲੱਗ ਜਾਣਾ ਮੰਦਿਰ ਬਣਾਉਣਾ ਉਹਦੇ ਉੱਪਰ ਕਹਿੰਦੇ ਕਲਾਸ਼ ਵਗੈਰਾ ਵੀ ਨਹੀਂ ਜਿਵੇਂ ਇਹਨਾਂ ਦਾ ਹੁੰਦਾ ਸਿੱਧੂ ਧਰਮ ਚ ਆਪਾਂ ਨੂੰ ਕਹੀ ਜੀ ਜਾਓ ਮੈਂ ਵੀ ਉਹਨਾਂ ਦੀ ਉਹੀ ਸੁਣੀ ਆ ਜੋ ਉਹਨਾਂ ਨੇ ਆਪਦਾ ਦੱਸਿਆ ਕਿਉਂਕਿ ਉਹਨਾਂ ਨੂੰ ਇਹ ਕਹਿ ਰਹੇ ਹੈ ਵੀ ਉਹਨਾਂ ਨੂੰ ਪ੍ਰਚਾਰਿਆ ਜਾ ਰਿਹਾ ਕਾਂਗਰਸ ਕਰਕੇ ਬਿਲਕੁਲ ਪਰ ਉਹਨਾਂ ਨੇ ਦੱਸਿਆ ਵੀ ਅਸੀਂ ਕੋਈ ਕਾਂਗਰਸੀ ਨਹੀਂ ਅਸੀਂ ਕੋਈ ਬੀਜੇਪੀ ਵਾਲੇ ਨਹੀਂ ਤੁਸੀਂ ਦੇਖੋ ਨਾ ਕਿ ਉੱਥੇ ਚਲ ਪ੍ਰਧਾਨ ਮੰਤਰੀ ਨੂੰ ਸਭ ਕੁਝ ਕਰੇਗਾ ਹੂੰ ਇਹ ਕਿਸਤਰਮ ਦੇ ਵੱਡੇ ਬੰਦੇ ਕਿੱਥੇ ਆ ਹੂੰ ਤਾਂ ਇੱਕ ਪ੍ਰਧਾਨ ਮੰਤਰੀ ਐਜ਼ ਅ ਗੈਸਟ ਹੋ ਸਕਦਾ ਹੂੰ ਪਰ ਉਹ ਮੇਣ ਕਰਤਾ ਧਰਤਾ ਹੀ ਹੋਵੇ ਤਾਂ ਸਵਾਲ ਹੋਣੇ ਬੰਦੇ ਆ ਹੂੰ ਪਰ ਭਾਏ ਪਾਣ ਕੋਈ ਮਤਲਬ ਨਹੀਂ ਹੂੰ ਤੁਸੀਂ ਦੇਖੋ ਨਾ ਹਰ ਇੱਕ ਚੀਜ਼ ਉਹਨਾਂ ਦੇ ਹੱਥ ਵਿੱਚ ਆ ਹੂੰ ਉਹਨਾਂ ਨੂੰ ਕੋਈ ਮਤਲਬ ਨਹੀਂ ਸ਼ੰਕਰ ਚਾਰਜਾ ਕੀ ਬੋਲ ਰਹੇ ਨੇ ਹੂੰ ਪੰਜਾਬ ਕੀ ਬੋਰੇ ਪੂਰਾ ਸਿਆਸੀ ਪ੍ਰੋਗਰਾਮ ਆ ਯਾਰ ਉਹ ਹਾਂ ਕਾਂਗਰਸੀ ਕੀ ਬੋਰੇ ਆ ਜਿਸ ਤਰੀਕੇ ਨਾਲ ਨੇਟਿਵ ਸੈੱਟ ਕਰਨਾ ਸੀ ਉਹ ਕਰ ਰਹੇ ਆ ਜਿਵੇਂ ਚੰਡੀਗੜ੍ਹ ਸਿੰਘ ਸਭਾ ਗਈ ਜਾਂ ਹੋਰ ਕਈ ਬੰਦੇ ਆ ਜਿਵੇਂ ਕਰਨਾਲ ਸਿੰਘ ਪੰਜੋਲੀ ਬਾਰੇ ਪਤਾ ਲੱਗਿਆ ਉਹਨਾਂ ਨੇ ਜਥੇਦਾਰ ਕਾਲ ਤਖਤ ਨੂੰ ਚਿੱਠੀ ਲਿਖੀ ਆ ਹੂੰ ਵੀ ਤੁਸੀਂ ਭਾਈ ਉੱਥੇ ਨਾ ਜਾਇਓ ਹੂੰ ਤੇ ਇੱਕ ਗੱਲ ਹੋਰ ਆ ਜੇ ਉੱਥੇ ਚਲੇ ਗਏ ਸੀਸੀ ਵਾਂਗੂ ਬਹੁਤ ਚੀਜ਼ਾਂ ਸਾਫ਼ ਹੋ ਜਾਣੀਆਂ ਪਹਿਲੀ ਗੱਲ ਮੈਨੂੰ ਲੱਗਦਾ ਵੀ ਸ਼ਾਇਦ ਨਹੀਂ ਜਾਣ ਕੇ ਨਾ ਜਾਣ ਤਾਂ ਭਲਾਈ ਆ ਕਿਉਂਕਿ ਉਹ ਜੋ ਲੱਗ ਰਿਹਾ ਸਿਸਟਮ ਉਹ ਸਾਰਾ ਸਿਆਸੀ ਹੀ ਲੱਗ ਰਿਹਾ ਹੈਗਾ ਜਿੰਨਾ ਤਾਣਾ ਬਾਣਾ ਲੱਗ ਰਿਹਾ ਜਾਂ ਜਿਹੜਾ ਉਹਨੂੰ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਕ ਹੋਰ ਉਹਦਾ ਜਿਹੜਾ ਨਿਯੁਤਤਾਕਾਰ ਜਾਂ ਇਨਵਿਟੇਸ਼ਨ ਉਹ ਆਇਆ ਸਾਰਿਆਂ ਨੂੰ ਉਹ ਇਨਵਿਟੇਸ਼ਨ ਆਇਆ ਮੰਦਰ ਕਮੇਟੀ ਵੱਲੋਂ ਸਾਰੀਆਂ ਪਾਰਟੀਆਂ ਨੂੰ ਕਾਮਰੇਡਾਂ ਦੇ ਪ੍ਰਧਾਨਾਂ ਨੂੰ ਕੀ ਦੂਜੇ ਆਪਣੇ ਅਕਾਲੀ ਦਲ, ਭਾਜਪਾ, ਵਿਸਪੀ ਸਾਰੇ ਕਹਤੋਂ ਜੁੰਨੀਆਂ ਪਾਰਟੀਆਂ ਆ ਗਿਆ ਆਲ ਓਵਰ ਇੰਡੀਆ ਹਮ ਸਾਰਿਆਂ ਨੂੰ ਗਏ ਆ ਤੇ ਜਿਹੜੀਆਂ ਵੱਡੀਆਂ-ਵੱਡੀਆਂ ਸ਼ਕਤੀਆਂ ਆ ਗਿਆ ਜਾਂ ਕੁਝ ਵੀ ਆ ਬਹੁਤ ਵੱਡੇ-ਵੱਡੇ ਚਿਹਰੇ ਉੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ ਪਰ ਹਜੇ ਤੱਕ ਜਥੇਦਾਰ ਸਾਹਿਬ ਨੇ ਸਾਫ਼ ਨਹੀਂ ਕੀਤਾ ਕਿ ਉਹ ਜਾ ਰਹੇ ਨੇ ਜਾਂ ਨਹੀਂ ਜਾ ਰਹੇ ਕਿਉਂਕਿ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਦੇ ਵੱਲੋਂ ਹਮ ਪੋਸਟ ਪਾਈ ਗਈ ਸੀ ਫੇਸਬੁੱਕ ਤੇ ਹਮ ਕਿ ਮੈਨੂੰ ਇਹ ਜਾਣਕਾਰੀ ਮਿਲੀ ਆ ਐਸਜੀਪੀਸੀ ਸੈਕਟਰੀਏਟ ਤੋਂ ਕਿ ਜਹਦਾਰ ਸਾਹਿਬ ਨਹੀਂ ਜਾ ਰਹੇ ਹੂੰ ਪਰ ਉਸ ਤੋਂ ਬਾਅਦ ਇਸ ਪੋਸਟ ਦਾ ਖੰਡਨ ਆ ਜਾਂਦਾ ਕਿ ਜਈ ਕੋਈ ਗੱਲ ਵੀ ਨਹੀਂ ਇਹ ਜਾਣਕਾਰੀ ਗਲਤ ਆ ਤਾਂ ਜਹਦਾਰ ਸਾਹਿਬ ਵੀ ਚੁੱਪ ਧੜੀ ਬੈਠੇ ਆ ਹੂੰ ਹੂੰ ਪਤਾ ਲੱਗੂ ਕਾਲੀ ਦਲ ਵਾਲਿਆਂ ਦਾ ਵੀ ਪਤਾ ਲੱਗੂ ਹੋਰ ਦਾ ਵੀ ਪਤਾ ਲੱਗੂ ਦੇਖੋ ਹੂੰ ਕਿ ਤੁਸੀਂ ਜਾਣਦੇ ਹੋ ਕਿ ਨਹੀਂ ਜਾਂਦੇ ਹੂੰ ਕਿ ਕਿਤੇ ਐ ਚੁੱਪਣਾ ਹੁਣ ਚਲੋ ਆਪਾਂ ਪਹਿਲਾਂ ਸਸਪੈਂਸ ਰੱਖੋ ਬਣਾ ਕੇ ਕੇਰ ਤੋਂ ਹੋਰ ਗੱਲ ਦੇਖ ਜਿਹੜੀ ਮੈਂ ਸੋਚ ਰਿਹਾ ਸੀਗਾ ਹੂੰ ਮੈਂ ਇਹ ਸੋਚ ਰਿਹਾ ਸੀ ਵੀ ਸੁਖਵੀਰ ਬਾਦਲ ਦਾ ਭਾਸ਼ਣ ਸੁਣਿਆ ਕੱਲ ਹਾਂ ਮੱਗੀ ਕਾਨਫਰੰਸ ਤੇ ਜੀ ਜਿਹੜੀ ਐ ਸਿਆਸੀ ਕਾਨਫਰੰਸ ਸੀ ਉਹਦੇ ਤੇ ਜੋ ਉਹਨਾਂ ਨੇ ਗੱਲਾਂ ਕਰ ਗਿਆ ਉਹਨਾਂ ਨੇ ਇੱਕ ਗੱਲ ਕਹੀ ਵੀ ਵੀ ਮੈਂ ਇੱਥੇ ਬੈਠਾ ਬੈਠਾ ਪਿਛਲੇ 40 ਸਾਲ ਦਾ ਉਹਨਾਂ ਨੇ ਗੱਲ ਬੋਲੀ ਨਾ ਵੀ ਮੈਂ 40 ਸਾਲਾਂ ਨੂੰ ਦੇਖ ਰਿਹਾ ਸੀ ਇੱਥੇ ਬੈਠਾ ਬੈਠਾ ਨਕਸ਼ਾ ਬਣਾ ਰਿਹਾ ਸੀ ਵੀ ਕੀ ਹੋਇਆ ਸਾਡੀ ਸਰਕਾਰ ਐਨੇ ਵਾਰੀ ਰਹੀ ਕਾਂਗਰਸ ਦੀ ਐਨੇ ਵਾਰੀ ਦੋ ਸਾਲ ਆਪ ਦੇ ਹੋ ਗਏ ਮੈਂ ਦੇਖ ਰਿਹਾ ਸੀ ਕਿਹਨੇ ਕੀ ਕੀਤਾ ਕਿਹਨੇ ਨਹੀਂ ਅਕਾਲੀ ਦਲ ਜਦੋਂ ਗਿਣਾ ਰਿਹਾਗਾ ਉਹ ਗਿਣਾ ਰਿਹਾ ਸੜਕਾਂ ਨੂੰ ਹੂੰ ਉਹ ਗਿਣਾ ਰਿਹਾ ਥਰਮਲ ਪਲਾਂਟਾਂ ਨੂੰ ਹੂੰ ਵਿਕਾਸ ਕਰ ਜਾਣ ਬਿਲਕੁਲ ਪਰ ਅਕਾਲੀ ਦਲ ਸ਼ਾਇਦ ਇਹ ਭੁੱਲ ਗਿਆ ਵੀ ਜਿਹੜੀ ਪੰਥਕ ਸੋਚ ਆ ਜਾਂ ਜਿਹੜੀ ਗੱਲ ਕਰਕੇ ਉਹਨਾਂ ਦੀ ਨੀਂ ਰੱਖੀ ਗਈ ਆ ਉਹਦੇ ਤੇ ਉਹ ਨਹੀਂ ਉਵੇਂ ਤਾਂ ਹੀ ਕਰਕੇ ਉਹਨਾਂ ਦਾ ਜਿਹੜਾ ਹੈਗਾ ਗਰਾਊਂਡ ਖਤਮ ਹੋਇਆ ਹੈਗਾ ਜਿਹੜੀ ਧਰਤਲਾਵ ਵਿਕਾਸ ਕਰਕੇ ਨਹੀਂ ਖਤਮ ਹੋਈ ਅਕਾਲੀ ਦਲੇ ਸੋਚੇ ਸਮਝੇ ਥੋੜੀ ਹੈਗੀ ਆ ਲੋੜ ਇਹਨਾਂ ਨੂੰ ਫੇਰ ਇੱਕ ਗੱਲ ਹੋਰ ਆ ਉਹ ਇਹ ਵੀ ਕਹਿ ਰਹੇ ਆ ਵੀ ਪੰਥ ਦੀ ਸਰਮੌਰ ਜਥੇਬੰਦੀ ਜਾਂ ਕਿਵੇਂ ਉਵੇਂ ਸੀ ਅਸੀ ਹੂੰ ਉਹਦੇ ਚ ਵੀ ਉਹਨਾਂ ਨੂੰ ਸੱਤਾ ਪ੍ਰਾਪਤੀ ਦਾ ਖੇਡਾ ਹੀ ਨਜ਼ਰ ਆਉਂਦਾ ਹੈ ਹੂੰ ਇਹ ਸ਼ੀਧਾਂ ਦੀ ਪਾਰਟੀ ਹੈ ਸੱਤਾ ਪ੍ਰਾਪਤੀ ਵਾਸਤੇ ਉਹ ਨਹੀਂ ਬਣੀ ਸੀ ਇਹ ਸੰਘਰਸ਼ ਵਾਲੀ ਪਾਰਟੀ ਹਾਂ ਉਹ ਹਜੇ ਵੀ ਉਹੀ ਖੇਡ ਰਹੇ ਹੈ ਅਭੀ ਸਰਕਾਰ ਬਣਾਉਣ ਵਾਲਾ ਸਰਕਾਰ ਤਾਂ ਲੋਕਾਂ ਨੇ ਘਰੇ ਬੈਠਿਆਂ ਦੀ ਹੀ ਬਣਾ ਦੇਣੀ ਹੈ ਜੇ ਤੁਸੀਂ ਸੰਘਰਸ਼ ਵਾਲੇ ਰੂਪ ਜਾ ਹੋਵੇਂ ਕੁਝ ਕਰੋ ਪਰ ਪ੍ਰੋਬਲਮ ਇਹ ਹੋ ਚੁੱਕੀ ਹੈ ਵੀ ਉਹ ਇੱਕ ਹੀ ਬੰਦੇ ਦੇ ਕਮਾਂਡ ਹੱਥ ਚਾਤੇ ਉਹੀ ਬੰਦੇ ਚਲਾ ਰਹੇ ਆ ਹੂੰ ਉੱਥੋਂ ਹੀ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਇਹੀ ਗੱਲ ਕੋਈ ਗੱਲ ਨਹੀਂ ਤੁਸੀਂ ਸਰ ਇਹਨਾਂ ਦਾ ਮੈਨੂੰ ਲੱਗਦਾ ਕੋਈ ਏ ਸਰਵੇਸ ਰੁਪਏ ਕਰਾਉਣਾ ਆਪਦੇ ਲੈਵਲ ਤੇ ਯਾਰ ਵਿਕਾਸ ਦੀ ਤਾਂ ਗੱਲ ਹੀ ਨਹੀਂ ਵਿਕਾਸ ਵਾਲਾ ਤਾਂ ਪ੍ਰਸ਼ਨ ਹੀ ਨਹੀਂ ਕਲਿੱਦਲ ਨੂੰ ਨਹੀਂ ਸ਼੍ਰੋਮਣੀ ਕਲਿੱਦਲ ਨੇ ਸਮਝੇ ਦਿਆ ਜਿਹੜਾ ਇਹਨਾਂ ਨੇ ਪਦਾਰਥਵਾਦੀ ਵਿਕਾਸ ਕੀਤਾ ਹੂੰ ਇਹ ਉਸ ਨੂੰ ਆਪਦਾ ਏਜੰਡਾ ਬਣਾ ਰਿਆ ਹੂੰ ਪਰ ਤੁਸੀਂ ਨਾਲ ਸਮਾਜਿਕ ਤੌਰ ਤੇ ਕੀ ਕੀਤਾ ਹੂੰ ਉਸ ਵੱਲ ਥੋੜਾ ਝਾਕਣ ਦੀ ਲੋੜ ਆ ਤੇ ਸਾਰੇ ਲੋਕ ਉਧਰ ਝਾਕ ਰਹੇ ਆ ਹੂੰ ਇਹ ਗੱਲ ਤਾਂ ਕਿਸੇ ਨੇ ਆਖੀ ਨਹੀਂ ਕਿ ਕਲਿੱਦਲ ਨੇ ਪੁਲ ਨਹੀਂ ਬਣਾਏ ਹੂੰ ਉਹਨੇ ਕੋਈ ਸੜਕ ਨਹੀਂ ਬਣਾਈ ਹੂੰ ਵਿਕਾਸ ਹੁੰਦਾ ਪ੍ਰਤੀ ਵਿਅਕਤੀ ਆਮਦਨ ਕਿੰਨਾ ਵਾਧਾ ਹੋਇਆ ਹੂੰ ਵਿਕਾਸ ਤਾਂ ਇਹ ਆ ਹੂੰ ਨਾਲੇ ਯਾਰ ਬਾਕੀ ਰਤਨ ਜੀ ਜਿਹੜੀ ਸੜਕ ਬਣਾਉਣੀ ਪੁਲ ਬਣਾਉਣਾ ਉਹ ਜ਼ਰੂਰ ਤਾਂ ਹੂੰ ਇਹ ਤੁਸੀਂ ਨਾ ਬਣਾਉਂਦੇ ਕੋਈ ਹੋਰ ਬਣਾਉਂਦਾ ਕਿ ਹਾਂ ਹਾਂ ਨਾਲੇ ਤਾਂ ਸੈਂਟਰ ਦੇ ਯੋਗਦਾਨ ਉਹ ਤਾਂ ਸਾਰਾ ਕੁਝ ਹੁਣ ਵੀ ਚੱਲ ਰਿਹਾ ਹੈਗਾ ਹੁਣ ਜਿਹੜੀਆਂ ਸੜਕਾਂ ਬਣਨੀਆਂ ਉਹ ਤਾਂ ਰੁਟੀਨ ਚ ਆ ਹੂੰ ਉਹ ਤਾਂ ਬਣਨੀਆਂ ਬਣਨੀਆਂ ਕੋਈ ਪੁਲ ਬਣਾਣਾ ਉਹ ਵੀ ਬਣਾਣਾ ਬਣਾਣਾ ਤੁਸੀਂ ਉਸ ਤੋਂ ਇਲਾਵਾ ਕੀ ਕੀਤਾ ਹੂੰ ਮੈਨੇ ਤਾਂ ਉਹ ਰੱਖਦਾ ਨਾ ਨਾਲੇ ਯਾਰ ਜਿਹੜੇ ਲੋਕਾਂ ਦੀ ਮੁੱਢਲੀ ਲੋੜਾਂ ਜਾਂ ਜਿਹੜੀ ਗੱਲ ਕਰਕੇ ਕਾਲੀ ਦਲ ਦਾ ਮਤਲਬ ਸਾਰਾ ਠੀਕ ਹੈ ਵਾ ਜਿਹੜੀ ਗੱਲ ਤੇ ਕੇਂਦਰ ਬਿੰਦੂ ਆ ਉਹ ਪੰਥ ਹੈ ਹੂੰ ਤੇ ਉਸ ਨੂੰ ਲੈ ਕੇ ਤਾਂ ਤੁਸੀਂ ਬਹੁਤ ਪਿੱਛੇ ਰਹਿ ਗਏ ਨਾ ਤੁਸੀਂ ਮਤਲਬ ਆ ਠੀਕ ਹੈ ਤੁਸੀਂ 97 ਤੱਕ ਜੋ ਕਰ ਗਏ ਹੂੰ ਠੀਕ ਹੈ ਤੁਸੀਂ 2002 ਤੱਕ ਜੋ ਕਰ ਗਏ ਉਦੋਂ ਬਾਅਦ ਵਾਲੀਆਂ 10 ਸਾਲ ਦੀ ਜਿਹੜੀ ਸਰਕਾਰ ਸੀ ਉਹਦੇ ਚ ਕੀ ਆ ਤੁਸੀਂ ਇਹਦੇ ਬੰਦਿਆਂ ਨੂੰ ਅਫਸਰ ਲਾਤਾ ਜਿਹੜਾ ਨੇ ਪੰਥ ਦਾ ਕਾਹਨ ਕੀਤਾਗਾ ਲੋਕਾਂ ਨੂੰ ਕੋਕੋ ਕੇ ਮਾਰਿਆ ਗਿਆ ਲੋਕਾਂ ਨੂੰ ਚੱਕ ਚੱਕ ਕੇ ਕਿੰਨੇ ਮੁੰਡਿਆਂ ਨੂੰ ਮਤਲਬ ਹਰ ਇੱਕ ਚੀਜ਼ ਤੇ ਤੁਸੀਂ ਗਲਤ ਗਏ ਹੋ ਤੇ ਹੁਣ ਡਿਫੈਂਡ ਵੀ ਕਰ ਰਹੇ ਨੇ ਹਜੇ ਉਹ ਉਹ ਉਹਨੂੰ ਤੁਸੀਂ ਡਿਫੈਂਡ ਕਰ ਰਹੇ ਹੋ ਯਾਰ ਕਿੱਡੀ ਮਤਲਬ ਬੁਰੇ ਤਰੀਕੇ ਨਾਲ ਤੁਸੀਂ ਡਿਫੈਂਡ ਕਰ ਰਹੇ ਹੋ ਕਮਾਲ ਹੋਈ ਪਈ ਆ ਇਹ ਨਾ ਅਕਾਲੀ ਦਲ ਸਮਝ ਨਹੀਂ ਰਿਹਾ ਹੂੰ ਜਿਹੜੀਆਂ ਚੀਜ਼ਾਂ ਤੇ ਉਹ ਗਲਤ ਆ ਜਾਂ ਤੁਸੀਂ ਮਾਫੀ ਤਾਂ ਮੰਗ ਲਈ ਸੀ ਕਿੰਨੇ ਮਾਫੀਆਂ ਹੋਰ ਮੰਗ ਕਿਉਂਗੇ ਸਾਰੇ ਕਹਿ ਰਹੇ ਆ ਨਹੀਂ ਇਹਨਾਂ ਨੂੰ ਤੁਸੀਂ ਹੁਣ ਡਿਫੈਂਡ ਕਰਨਾ ਛੱਡ ਦਿਓ ਅਸਲ 'ਚ ਇਹਨਾਂ ਨੂੰ ਲੋੜ ਆ ਉਹਦੀ ਮੈਡੀਟੇਸ਼ਨ ਦੀ ਮੈਡੀਟੇਸ਼ਨ ਦੀ ਮੈਡੀਟੇਸ਼ਨ ਦੀ ਲੋੜ ਆ ਪਰ ਇਹਨਾਂ ਨੂੰ ਲੋੜ ਪਤਾ ਕਿਵੇਂ ਮੈਡੀਟੇਸ਼ਨ ਦੀ ਸਾਰਾ ਕੁਝ ਤਿਆਗ ਕੇ ਆਪਦਾ ਬਹਿ ਜਾਣ ਘਰੇ ਹੂੰ ਫਿਰ ਬੰਦੇ ਬਥੇਰੇ ਆ ਹੋਰ ਚਲਾ ਲੈਣਗੇ ਹੂੰ ਹੋਰ ਬਣ ਜਾਣਾ ਇਹ ਹੋਣਾ ਹੀ ਆ ਇਹ ਤੇਰੇ ਸਾਹਮਣੇ ਆ ਅੱਜ ਨਾ ਹੋਇਆ ਕੱਲ ਨੂੰ ਵੀ ਜ਼ਰੂਰੀ ਨਹੀਂ ਵੀ ਇਹ ਇਕੱਲੀ ਦਲ ਉਹ ਇਹ ਨਹੀਂ ਪਰ ਰਤਨ ਜੀ ਰੌਲਾ ਇਹ ਆ ਜੇ ਪਿੰਡ 'ਚ ਕੋਈ ਕਾਰਵਾਈ ਕਰਦਾ ਹੋਵੇ ਨਾ ਕੋਈ 50 100 ਕਿੱਲੇ ਦੀ ਹੂੰ ਉਹਦੇ ਘਰੇ ਕੋਈ 10 ਡੰਗਰ ਵੀ ਹੁੰਦੇ ਆ ਹੂੰ ਤਾਂ ਕੋਈ ਆਣ ਗਵਾਂਡ ਲੱਸੀ ਲੈਣ ਆ ਜਾਂਦਾ ਹੂੰ ਤੇ ਫਿਰ ਕਹਿੰਦਾ ਸਰਦਾਰ ਜੀ ਲੱਸੀ ਹੈਗੀ ਆ ਜੀ ਹੂੰ ਰੋਟੀ ਹੈਗੀ ਆ ਜੀ ਹੂੰ ਮੇਰੇ ਦੁੱਧ ਹੈਗਾ ਜੀ ਹੂੰ ਫਿਰ ਹੀ ਸਲਾਮ ਹੁੰਦੀ ਆ ਹੂੰ ਜੇ ਉਹ 100 ਕਿੱਲੇ ਵਾਹੀ ਵੀ ਨਾ ਕਰੂਗਾ ਘਰੇ ਡੰਗਰ ਵੀ ਨਹੀਂ ਹੋਣਾ ਫਿਰ ਤੁਹਾਡੇ ਘਰੇ ਕਿਹਨੇ ਆਉਣਾ ਹੂੰ ਇਹੋ ਸਲਾਮ ਦੇ ਭੁੱਖੇ ਆ ਹੂੰ ਫਿਰ ਉਹ ਸਲਾਮ ਤਾਂ ਫਿਰ ਚੰਗੇ ਕਰਮਾਂ ਨਾਲ ਹੀ ਵਜਣੀ ਹੈ ਨਾ ਅਗਲੇ ਨੂੰ ਲੱਸੀ ਵੀ ਪਾਉਣੀ ਤੇ ਅਗਲੇ ਨੂੰ ਅੱਖਾਂ ਵੀ ਦਿਖਾਉਣੀਆਂ ਦੋਨੇ ਕੰਮ ਨਹੀਂ ਨਾ ਚੱਲਣੇ ਫਿਰ ਇਹੀ ਹੋਇਆਗਾ ਇਹੀ ਹੋਇਆਗਾ ਪਰ ਇਹਨਾਂ ਨੇ ਤਾਂ ਜ਼ਿਆਦਾ ਹੀ ਹੋਰ ਕੁਝ ਕਰਤਾ ਨਾ ਯਾਰ ਹੋਰ ਕੁਝ ਕਰਤਾ ਪੂਰੀ ਗੁਸ਼ਤ ਨੇ ਲੀਡਰ ਬਜ਼ੁਰਗ ਹੋ ਗਏ ਹੂੰ ਹੋ ਪੈਸੇ ਦੇ ਮਾਰੇ ਬੈਠੇ ਆ ਉਹ ਸਾਪੋਂਗੂ ਕੁੰਡਲੀ ਹੂੰ ਦੇਖਣ ਬੰਦਾ ਵੀ ਹਰੇਕ ਬੜਾਵੇ ਅਸੀਂ ਇੱਕ ਬੰਦੇ ਦਾ ਇੰਟਰਵਿਊ ਕਰ ਰਹੇ ਹੁਣ ਤਾਂ ਹੋਰ ਧਮਾਕਾ ਕਰਤਾ ਉਹ ਕਹਿੰਦਾ ਦੋ ਵੱਡੇ ਅਕਾਲੀ ਲੀਡਰ ਉਹਨਾਂ ਨੇ ਕਹਿੰਦਾ ਆਸਟ੍ਰੇਲੀਆ 'ਚ ਜ਼ਮੀਨ ਲਈ ਆ ਇੱਕ ਨੇ 1200 ਗੱਲਾ ਇੱਕ ਨੇ 500 ਗੱਲਾ ਸੋ ਠੀਕ ਹੈ ਫਿਰ ਤੁਹਾਡੇ ਧੀ ਪੁੱਤ ਐਸ ਕਰਨਗੇ। ਬਾਕੀ ਮੁੱਖ ਮੰਤਰੀ ਸਾਹਿਬ ਨੇ ਹੁਣ ਕਹਿਤਾ ਕਹਿੰਦੇ ਇਹਨਾਂ ਦੇ ਉਹ ਪਾਰਕਿੰਗ ਕੀ ਪਾਰਕਿੰਗ ਅਲਾਟ ਜਾਂ ਹੋ ਹੋ ਜਾਂਦੀ ਜਿੱਚ ਪਾਰਕਿੰਗ ਵਾਲਾ ਸਿਸਟਮ ਬਾਹਰ ਪਤਾ ਨਹੀਂ ਅਮਰੀਕਾ 'ਚ ਕਿਹਾ ਕੋਈ ਨਹੀਂ ਕੈਨੇਡਾ 'ਚ ਪਤਾ ਨਹੀਂ ਕਿੱਥੇ। ਚਾਚੇ ਇਹ ਜੀ ਕੀ ਬਤਾ ਆਪਾਂ ਨੂੰ ਤਾਂ ਅਮਰੀਕਾ, ਆਸਟ੍ਰੇਲੀਆ ਕਿੱਥੇ ਕਹਿੰਦੇ ਆ ਭਾਈ। ਹੁਣ ਮੁਕਸਰੀ ਫੇਰ ਰਹਿੰਦੇ ਆ ਆਪਾਂ। ਜਿੱਦੇ ਆਪਾਂ ਪਿਛਲਾ ਪੋਡਕਾਸਟ ਕੀਤਾ। ਉਹਦੇ ਖਬਰ ਨਿਕਲ ਕੇ ਆਈ ਸੀ ਕਿ ਜੀ ਸੁਖਬੀਰ ਸਿੰਘ ਬਾਦਲ ਜੀ ਮਾਨ ਹਾਨੀ ਦਾ ਕੇਸ ਕਰਨ ਜਾ ਰਹੇ ਆ। ਭਗਵੰਤ ਮਾਨ ਜੀ ਤੇ। ਮੁੱਖ ਮੰਤਰੀ ਮਾਨ ਜੀ ਤੇ। ਉਹ ਕਰਤਾ ਜੀ। ਹਾਂ। ਸਾਨੂੰ ਮਾਨ ਸਾਹਿਬ ਵੀ ਖੁਸ਼ ਨੇ ਹੂੰ ਉਹਦੇ ਕੋਈ ਗੱਲ ਨਹੀਂ ਸੱਜਣਾ ਅਸੀਂ ਤਿਆਰ ਆ ਹੂੰ ਬੇ ਬੇ ਸਵਾਗਤ ਕਰਦੇ ਆ ਸਭ ਪੈਣ ਤਰੀਕਾ ਹਾਂ ਹੂੰ ਤਾਂ ਹੁਣ ਆ ਰਹੇ ਆ ਫਰਵਰੀ ਦੇ ਵਿੱਚ ਮਾਨ ਸਾਹਿਬ ਮੁਖਸਰ ਹੂੰ ਤੇ ਦੇਖੋ ਭਾਈ ਕੀ ਬੰਦ ਆ ਹੂੰ ਉਹਦੇ ਮੈਂ ਤਾਂ ਕੱਲੀ ਕੱਲੀ ਗੱਲ ਦੱਸੂਗਾ ਦੇਖ ਇੱਕ ਗੱਲ ਹੈਗੀ ਆਪਾਂ ਇਹ ਕੋਈ ਐ ਨਹੀਂ ਆਮ ਆਦਮੀ ਪਾਰਟੀ ਦਾ ਪੱਖ ਲੈ ਰਹੇ ਆ ਕੁਝ ਵੀ ਆ ਪਰ ਇਸ ਟਾਈਮ ਚਿਹਰੇ ਦੇ ਤੌਰ ਦੇ ਉੱਤੇ ਸਿਆਸਤ ਸਿਆਸਤ ਦੇ ਤੌਰ ਦੇ ਉੱਤੇ ਹੂੰ ਦੋਨਾਂ ਕੰਮਾਂ ਚ ਭਗਵੰਤ ਮਾਨ ਇਹਨਾਂ ਨਾਲੋਂ ਸਟਰੋਂਗ ਬਿਲਕੁਲ ਉਹ ਕੁਛ ਵੀ ਆ ਠੀਕ ਆ ਉਹਨਾਂ ਦੀ ਨੀਤੀਆਂ ਗਲਤ ਆ ਉਹ ਕੁਛ ਵੀ ਆ ਪਰ ਉਹ ਇਹਨਾਂ ਨਾਲੋਂ ਸਟਰੋਂਗ ਆ ਇਹ ਅਸਲ ਚ ਜ਼ਮੀਨ ਆਵਦੀ ਗਵਾ ਚੁੱਕੇ ਆ ਨਾ ਹੂੰ ਅਸਲ ਚ ਜਿਹੜੀ ਗੱਲ ਹੁਣ ਜਿੰਨਾ ਕ ਇਹਨਾਂ ਦੀ ਮਾੜੀ-ਮੁੱਟੀ ਹਾਈ ਬਣੀ ਉਹ ਜ਼ਥੇਦਾਰ ਸਾਹ ਵਾਲੀ ਰਿਪੋਰਟ ਬਾਹਰ ਆ ਗਈ ਉਹਨੇ ਸਾਰ ਉਹ ਆਉਣੇ ਆ ਬਾਈ ਹੂੰ ਉਹੀ ਤੂੰ ਆਪਾਂ ਲਾਬੇ ਵਾਲਾ ਗਾਣਾ ਸੁਣਾਇਆ ਸੀ ਪੁੱਢੀ ਉਮਰੇ ਪੱਤਾ ਲੱਗੂ ਕਰਤੁੱਤਾ ਕਰੀਆਂ ਦਾ ਹਾਂ ਉਹ ਤਾਂ ਫਿਰ ਹੋਣੀ ਹੀ ਹੋਣਾਗਾ ਹਾਂ ਉਹ ਸਿਸਟਮ ਹੋਣੀ ਹੀ ਹੋਣਾਗਾ ਤੇ ਆਪਾਂ ਹੋਰ ਚੱਲ ਚਰਕਰ ਕਰ ਗਏ ਆਪਾਂ ਨਵਜੋਤ ਸਿੰਘ ਸਿੱਧੂ ਸਾਚ ਕੀ ਕਹਿ ਰਹੇ ਕਿ ਕਦੇ ਕੋਈ ਧਮਖਾ ਕਰ ਰਿਹਾ ਅੱਜ ਕੱਲ ਗੱਠ ਜੋੜ ਦੀ ਵੀ ਆਪਾਂ ਗੱਲ ਕਰਨੀ ਹੈ ਇਹ ਦੋ ਮੇਨ ਗੱਲਾਂ ਯਾਦ ਰੱਖਿਓ ਪਹਿਲਾ ਗੱਲ ਕਰਦੇ ਆਪਾਂ ਨਵਜੋਤ ਸਿੰਘ ਸਿੱਧੂ ਹੋਰਾਂ ਹੂੰ ਉਹ ਮਿਲ ਪਹੁੰਚਦੇ ਨੇ ਦਵਿੰਦਰ যাদਬ ਜੀ ਨੂੰ ਹੂੰ ਚੰਡੀਗੜ੍ਹ ਹੋਟਲ ਦੇ ਵਿੱਚ ਹੂੰ ਉਹਨਾਂ ਬੰਦਿਆਂ ਦੇ ਨਾਲ ਜਿਹੜੇ ਸਾਬਕਾ ਵ代ਕਾਂ ਨੂੰ ਜਾ ਕੁਝ ਹੋਰ ਲੀਡਰਾਂ ਨੂੰ ਕਾਂਗਰਸ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਹੋਇਆ ਹੂੰ ਸਿੱਧੂ ਸਾਹਿਬ ਅੰਦਰ ਕਾਰੇ ਸੀ ਮੀਟਿੰਗ ਹੋਟਲ ਦੇ ਵਿੱਚ ਹੂੰ ਬਾਹਰ ਆ ਜਾਂਦੇ ਆ ਰਾਜਾ ਵੜਿੰਗ ਜੀ ਹੂੰ ਤਾਂ ਪੱਤਰਕਾਰ ਘੇਰ ਲੈਂਦੇ ਆ ਹੂੰ ਕਿ ਤੁਹਾਡੀ ਵੀ ਨਵਜੋ ਸਿੱਧੂ ਦੇ ਨਾਲ ਮੀਟਿੰਗ ਹੈ ਜੀ ਉਹਦੀ ਮੈਨੂੰ ਤਾਂ ਪਤਾ ਹੀ ਨਹੀਂ ਹੂੰ ਕਿ ਸਿੱਧੂ ਸਾਹਿਬ ਇੱਥੇ ਆਏ ਹੋਏ ਆ ਮੈਂ ਤਾਂ ਉਹਨੂੰ ਲੈਣ ਆਇਆ ਅਸੀਂ ਜਾਣਾ ਮੀਟਿੰਗ ਕਰਨ ਦੇ ਲਈ ਜਿਹੜੇ ਵਰਕਰਾਂ ਨਾਲ ਆਹੜਿਆਂ ਨਾਲ ਤਾਂ ਉੱਤੇ ਸਵਾਲ ਕੀਤਾ ਗਿਆ ਕਿ ਜੀ ਫਿਰ ਕੀ ਬੰਦ ਆ ਹੂੰ ਉਹਦੇ ਕੋਈ ਗੱਲ ਨਹੀਂ ਜੀ ਜਿਹੜੀ ਖਬਰ ਤੁਸੀਂ ਭਾਲਦੇ ਹੋ ਨਾ ਸੋਨੂੰ ਮਿਲ ਜੂਗੀ ਹਮ ਮੈਂ ਸਪੈਸ਼ਲੀ ਗੱਲ ਕਹਿ ਤੀ ਇਹ ਖਬਰਾਂ ਤੁਸੀਂ ਲਾ ਉਹਦੇ ਫਿਰਦੇ ਹੋ ਤੁਹਾਨੂੰ ਮਿਲ ਜੂਗੀ ਹਮ ਫੇਰ ਸਵਾਲ ਕੀਤਾ ਗਿਆ ਮੋਗਾ ਰੈਲੀ ਨੂੰ ਲੈ ਕੇ ਕਿ ਜੀ ਕੀ ਬੰਦਾ ਹਮ ਜਦੋਂ ਰੈਲੀ ਹੋਊਗੀ ਕੋਈ ਗੱਲ ਨਹੀਂ ਉਹ ਜਵਾਬ ਦੇ ਦਾਂਗੇ ਹਮ ਜਿੰਨਾ ਕ ਮੈਨੂੰ ਲੱਗ ਰਿਹਾ ਕਿ ਸਿੱਧੂ ਸਾਹਿਬ ਨੇ ਜੇ ਮੋਗਾ ਰੈਲੀ ਕਰ ਲਈ ਤਾਂ ਉਹਨਾਂ ਦੇ ਮੋਗੇ 'ਚ ਕਾਂਗਰਸ ਇੱਟ ਫਸਾ ਦੇਣਗੇ ਨਹੀਂ ਹੋ ਗਈ ਸੈਟਿੰਗ ਹੋ ਗਈ ਮੰਨ ਲਾ ਤੂੰ ਗੱਲ ਚੰਗੀ ਗੱਲ ਆ ਹਮ ਪਰ ਰਿਪੋਰਟਾਂ ਆ ਰਹੀਆਂ ਕਿਉਂਕਿ ਜਿਹੜੇ ਐ ਤਾਂ ਮਾੜਾ ਮੋਟਾ ਰੌਲਾ ਪਊਗਾ ਪਰ ਮੜੀ ਜੀ ਗੱਲ ਹੋਊਗੀ ਹਮ ਕਹਿ ਰਿਹਾਗਾ ਕੋਈ ਕਹਿੰਦੇ ਵੀ ਜਿੰਨੀਆਂ ਇਹਨਾਂ ਦੀਆਂ ਤੈਅ ਹੋਣਾ 1 2 ਕਹਿੰਦੇ ਉਹ ਸ਼ਾਇਦ ਹੋ ਜਾਣਗੀਆਂ ਉਸ ਤੋਂ ਬਾਅਦ ਨਹੀਂ ਹੋਊਗਾ ਐਂ ਜੀ ਵੀ ਕੁਝ ਮਾੜਾ ਮੋਟਾ ਹਾਂ ਕਿਉਂਕਿ ਇਹ ਵੀ ਗੱਲ ਕਹਿ ਰਿਹਾ ਸਿੱਧੂ ਸਾਹਿਬ ਕਿ ਇਹ ਮੇਰੇ ਪ੍ਰੋਗਰਾਮ ਪਹਿਲਾਂ ਦੇ ਤੈਅ ਨਹੀਂ ਤੇ ਗਠਵੰਦਨ ਵਾਲਾ ਵੀ ਕਿਤੇ ਨਾ ਕਿਤੇ ਹੌਣੇ ਆਪਾਂ ਘੜਬੰਦਾਂ ਦੀ ਕੋਈ ਗੱਲ ਨਹੀਂ ਪਰ ਜਿਹੜੇ ਮੋਗਾ ਦੇ ਕੋਈ ਅਹੁਦੇਦਾਰ ਨੇ ਉਹ ਕਹਿ ਰਿਹਾ ਨਾ ਜੀ ਨਾ ਇਹ ਤਾਂ ਕੋਈ ਨਿੱਜੀ ਪ੍ਰੋਗਰਾਮ ਆ ਸਾਡੇ ਦੇ ਨਾਲ ਕੋਈ ਲੈਣ ਦੇ ਨਹੀਂ ਤੇ ਜਿਹੜੀਆਂ ਚਿੱਠੀਆਂ ਬਠਿੰਡਾ ਅਧਿਆਤੀ ਤੋਂ ਗਈਆਂ ਸੀ ਕਾਂਗਰਸ ਦਫ਼ਤਰ ਤੱਕ ਹੁਣ ਉਸੇ ਤਰ੍ਹਾਂ ਚਿੱਠੀਆਂ ਫੇਰ ਜਾ ਰਹੀਆਂ ਮੋਗੇ ਤੋਂ ਕਿ ਜੀ ਕੱਢੋ ਬਾਹਰ ਕਰੋ ਬਾਹਰ ਕਰੋ ਕਾਰਵਾਈ ਇਹ ਤਾਂ ਹਟਦੇ ਹੀ ਨਹੀਂ ਹੁਣ ਦੇਖੋ ਭਾਈ ਕੀ ਬੰਦਾ ਕਿ ਸਿੱਧੂ ਸਾਹਿਬ ਨੂੰ ਬਾਹਰ ਭੇਜਦੇ ਆ ਕਿ ਨਹੀਂ ਭੇਜਦੇ ਪਰ ਮੇਰਾ ਅੰਦਾਜ਼ਾ ਬਾਕੀ ਦੇਖੋ ਮੋਗਾ ਰੈਲੀ ਹੁੰਦੀ ਆ ਜਾਂ ਉਸ ਤੋਂ ਬਾਅਦ ਹੋ ਰੈਲੀ ਹੁੰਦੀ ਆ ਨਹੀਂ ਫਿਰ ਸਿੱਧੂ ਸਾਹਿਬ ਤਾਂ ਆਊਟ ਸਮਝੋ ਜੇ ਨਾਕ ਤਸਵੀਰ ਲੱਗ ਰਹੀ ਆ ਦੇਖੋ ਹੁਣ ਆਉਣੇ ਆਪਾਂ ਗਠਜਬੰਦਨ ਤੇ ਲਗਾਤਾਰ ਬੀਤੇ 3 ਮਹੀਨਿਆਂ ਤੋਂ ਹੂੰ 3-4 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਮੰਗ ਕਰ ਰਹੇ ਸੀ ਕਾਂਗਰਸ ਪਾਰਟੀ ਤੋਂ ਸਮਾਂ ਦੇਣ ਦੀ ਹੂੰ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਦੇ ਲਈ ਹੂੰ ਤਾਂ ਮੁਲਾਕਾਤ ਹੋ ਗਈ ਹੂੰ ਆਖਰਕਾਰ ਆਖਰਕਾਰ ਹਾਂ ਆਖਰਕਾਰ ਕਾਂਗਰਸ ਪ੍ਰਧਾਨ ਖੜਗੇ ਸ਼ਾਮਲ ਸੀ ਹੂੰ ਕੇ ਸੀ ਵੀਨੂ ਗੋਪਾਲ ਜੀ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕੋਈ ਕਿਸੇ ਨੇ ਟਵੀਟ ਵੀ ਕਰਿਆ ਸੀ ਕਹਿੰਦੇ ਦੇਖੋ ਮਾਫਲਰ ਕਹਿੰਦੇ ਕਿੱਧਰ ਤੋਂ ਕਿੱਧਰ ਆ ਗਿਆ ਦੇਖਿਆ ਹੈ ਉਹ ਤਸਵੀਰ ਵਾਕਈ ਦੇਖਣ ਵਾਲੀ ਸੀ ਹੂੰ ਤਾਂ ਮੀਟਿੰਗ ਹੋ ਗਈ ਹੂੰ ਇੱਕ ਪਾਸੇ ਕਹਿੰਦੇ ਹਨ ਕਿ ਕਾਂਗਰਸੀ ਚੋਰ ਆ ਹੂੰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੀ ਲਗਾਤਾਰ ਮੰਗ ਕਰੇ ਸੀ ਸਮਾਂ ਦੀ ਹੀ ਸਮਾਂ ਦੋ ਜੀ ਸਮਾਂ ਦੋ ਅਸੀਂ ਤੁਹਾਡੇ ਨਾਲ ਮੁਲਾਕਾਤ ਕਰਨੀ ਆ ਉਹ ਮੁਲਾਕਾਤ ਹੋ ਗਈ ਤਸਵੀਰਾਂ ਆਈਆਂ ਹੱਸਦਿਆਂ ਦੀਆਂ ਹੂੰ ਉਸ ਮੀਟਿੰਗ ਦੇ ਵਿੱਚ ਰੱਗ ਵਿਚੱਡਾ ਜੀ ਹੂੰ ਜਿਹੜੇ ਕਾਫੀ ਦਿਨਾਂ ਤੋਂ ਆਉਣ ਕੈਮਰਾ ਗਾਇਬ ਸੀ ਉਹ ਦੇਖਣ ਨੂੰ ਮਿਲ ਗਏ ਹੂੰ ਕਿਉਂਕਿ ਉਹਨਾਂ ਦੀ ਇੱਕ ਰੌਲਾ ਪੈ ਗਿਆ ਸੀ ਕੋਟਿੰਗ ਨੂੰ ਲੈ ਕੇ ਹੂੰ ਤੁਹਾਨੂੰ ਉਹ ਗੱਲ ਵੀ ਦੱਸਦਾ ਮੈਂ ਹੂੰ ਤੇ ਉਹ ਦਿਸੇ ਹੂੰ ਮੜਾ ਜਾ ਤੇ ਉਸ ਤੋਂ ਬਾਅਦ ਹੁਣ ਕਾਂਗਰਸ ਨੂੰ ਪੈ ਗਈ ਦੰਦਲ ਹੂੰ ਕੀ ਸੱਜਣਾ ਆਹ ਕੀ ਗੱਲ ਹੋ ਗਈ ਹੂੰ ਅਸੀਂ ਥੱਲੇ ਝੋਲ ਲਾ ਰਹੇ ਆ ਹੂੰ ਕਿ ਨਾ ਇਹ ਤਾਂ ਹੀ ਕਸੂਰ ਹੋ ਗਿਆ ਹਾਂ ਤੇ ਉਹਤਲੇ ਮੀਟਿੰਗ ਕਰਕੇ ਉਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿੜੀ ਕਾਂਗਰਸ ਹਾਈ ਕਮਾਂਡ ਨੇ ਇੱਕ ਪਾਲਿਸੀ ਬਣਾਈ ਹੂੰ ਕਿ ਜਿੰਨਾ ਸਮੇਂ ਤੱਕ ਲੋਕ ਸਭਾ ਚੋਣਾਂ ਦਾ ਐਲਾਨ ਨਹੀਂ ਹੁੰਦਾ ਹੂੰ ਇਹ ਤੇ ਚੁੱਪ ਰੋ ਹੂੰ ਇਹਨੂੰ ਪੈਂਡਿੰਗ ਕਰ ਦੋ ਮਸਲਾ ਸਾਰਾ ਇੱਥੇ ਤਾਂ ਗਲਤੀ ਕਰ ਰਿਹਾ ਇਹਨਾਂ ਦਾ ਅਲਾਈਅੰਸ ਹੂੰ ਉਹ ਕਹਿੰਦੇ ਕਿ ਪੈਂਡਿੰਗ ਰੱਖੋ ਹੂੰ ਉਧਰੋਂ ਬੀਜੇਪੀ ਕੰਮ ਖਿੱਚੀ ਆਉਂਦੀ ਆ ਨਰਿੰਦਰ ਮੋਦੀ ਜਾਂ ਮੋਤ ਸ਼ਾਹ ਕੰਮ ਖਿੱਚੀ ਆਉਂਦੇ ਆ ਇਹਨਾਂ ਦਾ ਹਜੇ ਸੀਟਾਂ ਦਾ ਮਤਲਬ ਇਹਨਾਂ ਦਾ ਤਾਂ ਅਜੇ ਨਹੀਂ ਡਿਸਾਈਡ ਹੋਇਆ ਕਿਹਨੇ ਕਿੱਥੇ ਕਿੰਨੀ ਹੈ ਕਿਵੇਂ ਲੜਦੀਆਂ ਹੂੰ ਹਾਂ ਇਸੇ ਲਈ ਤਾਂ ਯਾਰ ਬੀਜੇਪੀ ਸਟਰੋਂਗ ਆ ਫਿਰ ਕਾਂਗਰਸੀ ਕਹਿੰਦੇ ਯਾਰ ਅਸੀਂ ਵੀ ਖੁਆਏ ਕਹਿ ਕੇ ਆਈ ਸੀ ਮੀਟਿੰਗ 'ਚ ਸਾਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਕੋਈ ਗੱਲ ਨਹੀਂ ਸਜਣਾ ਤੁਹਾਡੇ ਤੋਂ ਪੁੱਛ ਕੇ ਗੱਲਬਾਤ ਕਰਾਂਗੇ ਦੂਸਰੇ ਪਾਸੇ ਯਾਦਵ ਸਾਹ ਪੰਜਾਬ ਚੋਂ ਫੀਡਬੈਕ ਤਾਂ ਲੈ ਕੇ ਹਜੇ ਤੱਕ ਉਹਨਾਂ ਨੇ ਇਹਦਾ ਫੀਡਬੈਕ ਕੱਲ ਤੱਕ ਉਹ ਦਿੱਤਾ ਨਹੀਂ ਸੀ ਹੂੰ ਐਤਵਾਰ ਸ਼ਾਮ ਤੱਕ ਉਹਨਾਂ ਨੇ ਫੀਡਬੈਕ ਆ ਜਮਾ ਨਹੀਂ ਕਰਾਇਆ ਉੱਥੇ ਕਾਂਗਰਸ ਦਫ਼ਤਰ ਚ ਜਾ ਕੇ ਕੀ ਪੰਜਾਬ ਚੋਂ ਕੀ ਆਇਆ ਦੂਸਰੇ ਪਾਸੇ ਮੀਟਿੰਗ ਹੋਗੀ ਹੂੰ ਹੁਣ ਕਾਂਗਰਸੀ ਮਣਾ ਚੌਕੇ ਬਹੁਤ ਨੇ ਇਹ ਜਿੰਨਾ ਕਿ ਪੈਂਡਿੰਗ ਕਰੀ ਜਾਣਗੇ ਇਹ ਉਹ ਉਹਨਾਂ ਦੇ ਅੰਦਰ ਜ਼ਹਿਰ ਬਣੀ ਹੋਊਗਾ ਹੂੰ ਕਹਨੇ ਹੁੰਦੇ ਨੇ ਨਾ ਕਿ ਆ ਬੰਦਾ ਚੁੱਪ ਕੀਤਾ ਜਾ ਯਾਰ ਚੁੱਪ ਕੀਤਾ ਬੰਦਾ ਬੜਾ ਖਤਰਨਾਕ ਹੁੰਦਾ ਕਿਉਂਕਿ ਉਹ ਅੰਦਰ ਸੋਚ-ਸੋਚ ਕੇ ਆਦਿ ਇੱਕ ਨਵੀਂ ਤਸਵੀਰ ਬਣਾ ਲੈਂਦਾ ਉਹ ਜ਼ਹਿਰ ਬਣ ਜਾਂਦਾ ਅੰਦਰ ਜਦੋਂ ਫਿਰ ਉਹ ਬੋਲਦਾ ਉਹ ਵੈਂਡੀ ਲਾਉਂਦਾ ਹਾਂ ਇਹ ਚੁੱਪ ਕੀਤੇ ਇਹ ਕਿਤੇ ਭੜਨਾ ਨਿਕਲਣਾ ਹੁਣ ਇਹ ਦੇਖਣਾ ਬਾਕੀ ਆ ਹੁਣ ਯਾਦਵ ਸਾਹਿਬ ਸਾਰੇ ਫੀਡਬੈਕ ਲੈ ਗਏ ਭਾਈ ਕਿ 11 ਦਾ ਇਹਨਾਂ ਦਾ ਇਹੀ ਹੋਇਆਗਾ ਵੀ ਸ਼ਾਇਦ ਨਹੀਂ ਹੋਊਗਾ ਲਾਇਸ ਇਹ ਖਬਰ ਆ ਰਹੀ ਆ ਆ ਰਹੀ ਆ ਬਾਕੀ ਦੇਖੋ ਇਹਨਾਂ ਇਹਨਾਂ ਲੱਗਿਆ ਪਤਾ ਆਪਣੀ ਲੱਗੀ ਸ਼ਰਤ ਸਮੋਸਿਆਂ ਦੀ ਹੂੰ ਇਹ ਕਿਹਦਾ ਤੁਨ ਖੁਸ਼ ਕਰ ਦਿੰਦੇ ਆ ਮਾੜਾ ਜਿਹਾ ਇਹ ਕਿਹਦੇ ਮੈਨੂੰ ਖੁਸ਼ ਕਰ ਦਿੰਦੇ ਆ ਚੱਲ ਕੋਈ ਨਹੀਂ ਹਾਂ ਆਪਣਾ ਤਾਂ ਨੇੜੀ ਆਪਾਂ ਉਹਦੀ ਨੂੰ ਘੰਟੀ ਮਾਰ ਦੇਣੀ ਆ ਹਾਂ ਸਮੋਸੇ ਵਾਲੇ ਨੂੰ ਬਿਲਕੁਲ ਬਿਲਕੁਲ ਇਹ ਆਪਣੋ ਛੀਤੀ ਕਿਤੋਂ ਗਰਮੀ ਨਾ ਜਿ ਕਿਤੇ ਸੁਖਵੰਤ ਤਾਂ ਦੇ ਖਾਂਦਾ ਨਹੀਂ ਸੁਖਵੰਤ ਨੇ ਤਾਂ ਤਲਾਵਾ ਛੱਡਿਆ ਵਾ ਕਿਉਂ ਠੀਕ ਹੈ ਬਾਕੀ ਰਹਿਗਾ ਮੈਂ ਮੈਂ ਵੀ ਨਹੀਂ ਸ਼ਾ ਦੇ ਖਾਣਾ ਨਹੀਂ ਇਹ ਮਾੜੀ ਗੱਲ ਛੱਡ ਤਾਲਾ ਵੀ ਖਾਣੇ ਪੈਣਗੇ ਜੇ ਤੂੰ ਖਵਾਏਗਾ ਖਾਵਾਂਗੇ ਸੀ ਨਹੀਂ ਨਾ ਨਾ ਉਦੋਂ ਦਾ ਹੀ ਗੋਲੀਆਂ ਦੋ ਲੜਾਂਗੇ ਤੇ ਆਪਦੀਆਂ ਗੱਲ ਕਾਦੀ ਕਰਦਾ ਕਿ ਨਹੀਂ ਸੁਖਵੰਤ ਹੈ ਸੁਖਵੰਤ ਤਾਂ ਵੇ ਤੁਸੀਂ ਖਵਾਓ ਭਾਵੇਂ ਮੈਂ ਖਵਾਵਾਂ ਸੁਖਵੰਤ ਨੇ ਯਾਰ ਮਿੱਠਾ ਵੀ ਛੱਡਦਾ ਪੁੱਛ ਤੇ ਨਹੀਂ ਛੱਡਿਆ ਪੁੱਛ ਛੱਡ ਤਾਂ ਹੁਣ ਖਾ ਕੇ ਛੱਡਿਆ ਬਈ ਯਾਰ ਦੱਸ ਦਿਖਾਈਂ ਪੀਸ ਡੱਬੇ ਚੋਂ ਆ ਲੈ ਤੇ ਹੋਰ ਉਹ ਇੱਕ ਪੀਸ ਦਿਖਾ ਦੇ ਗਿਣੂਗਾ ਯਕੀਨ ਨਹੀਂ ਕਰਦਾ ਦੇਖ ਲੈ ਤੇਰਾ ਯਕੀਨ ਨਹੀਂ ਕਰਦਾ ਇਹ ਬੰਦਾ ਨਹੀਂ ਵੇ ਸਬੂਤ ਹੈਗਾ ਕੋਲੇ ਨਲੇ ਅੱਜ ਤੇਰੀ ਸ਼ਿਕਾਇਤ ਲਾਈ ਆਣੇ ਦੇਖ ਲੈ ਅਨਸਾਰ ਹਾਂ ਆ ਇਹੇ ਦੇ ਬੰਦੇ ਦੇਖ ਲੋ ਵੀ ਦਰਸ਼ਕੋ ਸਾਡੇ ਹਾਂ ਨਹੀਂ ਤੇਰੀ ਸ਼ਿਕਾਇਤ ਲਈ ਕਹਿੰਦਾ ਯਾਰ ਫੋਨ ਨਹੀਂ ਚਾਗਦਾ ਸੁਖਮੰਤ ਮੇਰਾ ਉਹ ਮੈਂ ਕਹਾ ਤਿਆਰੀਆਂ ਤੂਰਾਂ ਕਰੀ ਜਾਂਦਾਗਾ ਪ੍ਰੋਗਰਾਮ ਤੇ ਜਾਣਾ ਸੁਖਮੰਤ ਨੇ ਹਾਂ ਲੱਗਾ ਮੈਨੂੰ ਪਤਾ ਕਹਿੰਦਾ ਕਹਿੰਦਾ ਬਈ ਛੁੱਟੀਆਂ ਚਾਹੀਦੀਆਂ ਮੈਨੂੰ ਦੋ ਅੱਛਾ ਹੂੰ ਬਸ ਕੋਈ ਗੱਲ ਨਹੀਂ ਕਿ ਸਜਣਾ ਲੈਣੀ ਯਾਰ ਸ਼ਨੀ ਐਤਵਾਰ ਦੀਆਂ ਹੂੰ ਹਨਾ ਕਿ ਨਹੀਂ ਬੋਲਦਾ ਘੱਟਾ ਯਾਰ ਸੁਖਮੰਤਰ ਕੇ ਨੇ ਨਵਾਂ ਨਾਰਾ ਦਿੱਤਾ ਸੰਤਰਾ ਖਾਓ ਤੇ ਆਪ ਜਾਓ ਨਹੀਂ ਅੱਜ ਠੀਕ ਆ ਹਾਂ ਤੂੰ ਸਨੈਪਚੈਟ ਤੇ ਦੇਖਿਆ ਕਰ ਨਾ ਸਖੋਹੰਤ ਯਾਰ ਉੱਥੇ ਆ ਜੀ ਗੱਲ ਉੱਥੇ ਜਿਹੜਾ ਪੂਰਾ ਇੰਸਟਾਲ ਉੱਥੇ ਜਿਹੜਾ ਪੂਰਾ ਉੱਥੇ ਛਾਇਆ ਵਾ ਇਹ ਅੱਜ ਗੱਲ ਪੂਰਾ ਇੱਕ ਆਪਾਂ ਕੱਲ੍ਹ ਦੇ ਜ਼ਿਕਰ ਸੁਖਪਾਲ ਸਿੰਘ ਖੈਰਜ ਨੂੰ ਲੈ ਕੇ ਹੂੰ ਦਵਿੰਦਰ ਯਾਦਵ ਜੀ ਮਿਲ ਪਹੁੰਚੇ ਆ ਹੂੰ ਤਾਂ ਸਾਰੇ ਕਾਂਗਰਸ ਉਹਨਾਂ ਦੇ ਨਾਲ ਸੀ ਹੂੰ ਜਿਹੜੇ ਚਿਹਰੇ ਦਿਖਦੇ ਰਹਿੰਦੇ ਆਪਾਂ ਹੁਣ ਅਕਸਰ ਹੂੰ ਤਾਂ ਉਹ ਵੀ ਸ਼ੁਕਰ ਨਾਲ ਸੀ ਹੁਣ ਇੱਕ ਪਾਸੇ ਤਾਂ ਸੁਖਪਾਲ ਖੈਰ ਨਾਲ ਮੁਲਾਕਾਤ ਕਰਕੇ ਆਇਆ ਦੋ ਸਾਹਿਬ ਹੂੰ ਦੂਸਰੇ ਪਾਸੇ ਦਿੱਲੀ ਚ ਮੀਟਿੰਗ ਹੋ ਗਈ ਹੂੰ ਇਹਨੂੰ ਲੈ ਕੇ ਲੋਕ ਬੜਾ ਤੰਜ ਕੱਸ ਰਹੇ ਸੀ ਹੂੰ ਪਰ ਤੁਸੀਂ ਆਪ ਦੇ ਬੰਦੇ ਮਿਲਣ ਲਈ ਜੇਲਾ ਚ ਜਾ ਰਹੇ ਹੋ ਦੋ ਪੰਜਾਬ ਦੇ ਵੱਡੇ ਲੀਡਰ ਸੰਪਰਕ ਚ ਨੇ ਬੀਜੇਪੀ ਦੇ ਦੋ ਵੱਡੇ ਹਾਂ ਦੱਸਣ ਵਾਲੇ ਦੱਸਦੇ ਆ ਬੀਕੋ ਪਾਰਟੀ ਦੇ ਨੇ ਕੁਝ ਵੀ ਹੋ ਸਕਦਾ ਤੇ ਇੱਕ ਸੁਖਪਾਲ ਸਿੰਘ ਖੈਰਨ ਲੈ ਕੇ ਅੱਜ ਕੋਈ ਅਪਡੇਟ ਆ ਸਕਦੀ ਪਾ ਦੱਤੀ ਕਿਹੜਾ ਪੋਡਕਾਸਟ ਆ ਪਾਰ ਕਰ ਕੜਾ ਰਿਹਾ 15 ਜਨਵਰੀ ਨੂੰ ਹਾਂ ਇਹ ਆਊਗਾ 16 ਨੂੰ 16 ਜਨਵਰੀ ਨੂੰ ਕਿਉਂਕਿ ਅਸੀਂ ਜਾਣਾ ਵਿਆਹ ਤੇ ਸਦੀਕ ਸਾਹਿਬ ਦੇ ਐਮਪੀ ਸਾਹਿਬ ਦੇ ਬਿਆਤ ਨਹੀਂ ਜਾਣਾ ਦੇਖੀ ਬਾ ਦੇਖੀ ਇਤੋਂ ਕਹਿੰਨੇ ਕਲਪਣਾ ਹੈ ਖਾੜਾ ਲੱਗੂ ਸੀ ਉਹ ਤਾਂ ਬੰਦ ਦੱਸ ਰਿਹਾ ਲਗਾਤਾਰ ਆਪਣੇ ਗੋ ਜਾਣਾ ਫਿਰ ਥੋੜਾ ਹਾਂ ਤੁਹਾਨੂੰ ਪਤਾ ਨਾ ਆਪਣੇ ਵੀਰ ਵਸਾਰੇ ਨੂੰ ਬੀਵੀ ਬੀਵੀ ਆ ਕੰਮ ਥੋੜਾ ਆ ਤਾਂ ਕਰਕੇ ਇੰਨੀ ਅਡਜਸਟਮੈਂਟ ਚੱਲਣੀ ਇੰਨੀ ਕ ਆਪਣੇ ਵਾਲੇ ਇਹ ਬੰਦੇ ਸਮਝਦਾਰ ਨੇ ਕੋਈ ਨਹੀਂ ਜੇ ਕੋਈ ਖਬਰ ਲੇਟ ਫੇਟ ਵੀ ਹੋਗੀ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਤਾਂ ਵੇਖੋ ਬਈ ਖੁਸ਼ਖਬਰੀ ਆ ਜੇ ਕਿਤੇ ਹਾਂ ਪਰ ਖੈਰਾ ਸਾਹਿਬ ਨੇ ਆਪਦਾ ਜਨਮ ਦਿਨ ਤੇ ਲੋੜੀ ਤੇ ਆਪਣੇ ਪੋਤੇ ਦੀ ਫਰਸਟ ਲੋੜੀ ਸੀ ਵਿਚਾਰੇ ਜੇਲ੍ਹ ਚ ਬਣਾਈ ਫਿਰ ਤਾਂ ਦੇਖੋ ਹੁਣ ਖੈਰਾ ਸਾਹਿਬ ਨੂੰ ਜੋ ਸਵਾਲ ਕੀਤਾ ਗਿਆ ਕਿ ਦੱਸੋ ਜੀ ਹਾਂ ਤੇ ਜਨਾਬ ਖੜ ਚੋ ਜੇ ਮੈਂ ਹੁਣ ਕੁਝ ਬੋਲਿਆ ਨਾ ਤਾਂ ਤੁਹਾਡੇ ਪੁਲਿਸ ਵਾਲੇ ਤੇ ਕਾਰਵਾਈ ਹੋ ਜਾਊਗੀ ਹਾਂ ਬਾਹਰ ਆ ਲੈਣ ਦਿਓ ਫਿਰ ਦੇਖਿਓ ਹਾਂ ਫਿਰ ਖੋਲਾਂਗੇ ਆਪਾਂ ਮੋਰਚਾ ਬਿਲਕੁਲ ਤੇ ਕਿਹੜੇ ਕਿਹੜੇ ਤੱਥ ਲੈ ਕੇ ਆਉਂਦੇ ਆ ਇਹ ਦੇਖਣ ਵਾਲਾ ਹਾਂ ਕਿਉਂਕਿ ਪੰਜਾਬੀ ਲਗਾਤਾਰ ਇੰਤਜ਼ਾਰ ਕਰ ਰਿਹਾ ਸੁਖਪਾਲ ਸਿੰਘ ਖੈਰਾ ਦਾ ਹੂੰ ਕਿਉਂਕਿ ਉਹ ਅੱਗੇ 2-3 ਦਿਨ ਟੱਪ ਨਹੀਂ ਦਿੰਦੇ ਸੀ ਹਾਂ ਉਹਦੇ ਕੋਈ ਨਾ ਕੋਈ ਲਾਈਵ ਜਾਂਨ ਦੀ ਕੋਈ ਬਾਈਟ ਸਾਹਮਣੇ ਆ ਜਾਂਦੀ ਸੀ ਹੂੰ ਹੁਣ ਲੰਮਾ ਇੰਤਜ਼ਾਰ ਹੋ ਰਿਹਾ ਭਾਈ ਤੇ ਲੋਕ ਵੀ ਇੰਤਜ਼ਾਰ ਕਰ ਰਹੇ ਆ ਕਿ ਖੈਰਾ ਸਾਹਿਬ ਆਜੋ ਹੂੰ ਹੂੰ ਮਿੱਟੀ ਵਾਜਾਂ ਮਾਰਦੀ ਹੁਣ ਤਾਂ ਹਾਂ ਕਿਉਂਕਿ ਕਿ ਚਰਚਾ ਹੋਣ ਲੱਗੀ ਸੀ ਕਿ ਖੈਰਾ ਸਾਹਿਬ ਨੇ ਦੇਖੀ ਰੇ ਹੂੰ ਤੇ ਕੋਈ ਸਰਕਾਰ ਤੇ ਹਮਲਾ ਵਰਜਾ ਹੈ ਨਹੀਂ ਹੂੰ ਤਾਂ ਫਿਰ ਐਂਟਰੀ ਹੁੰਦੀ ਆ ਵਿਕਰਮ ਸਿੰਘ ਮਜੀਠੀਆ ਦੀ ਹੂੰ ਉਹ ਵੀ ਹੁੰਦਾ ਚੁੱਪ ਨੇ ਨੋਟ ਕਰੀ ਗੱਲ ਚੁੱਪ ਨੇ ਨਾ ਇੱਕ ਹੋਰ ਨੋਟ ਕਰਨ ਵਾਲੀ ਗੱਲ ਅਕਾਲੀ ਦਲ ਦੇ ਕਿੰਨੇ ਕ ਮੇਨ ਲੀਡਰ ਨੇ 10 ਕ ਬੰਦੇ ਹੋਣਗੇ ਮੇਨ ਹੂੰ ਜੇ ਤੂੰ ਸਾਰੇ ਗਿਣਨ ਲੱਗ ਰਿਹਾ ਪਹਿਲੀ ਗੱਲ ਤਾਂ 4-5 ਹੀ ਨੇ ਹੂੰ ਪਹਿਲੇ ਚਾਰਾਂ 'ਚ ਵਿਕਰਮਜੀਠੀਆ ਦਾ ਨਾਮ ਆਉਂਦਾ ਕਿ ਨਹੀਂ ਹਾਂ ਕਿ ਨਾ ਦੱਸ ਮੈਨੂੰ ਆਉਂਦਾ ਕਿ ਨਹੀਂ ਉਹ ਤਾਂ ਆਉਂਦਾ ਪਰ ਉਹ ਨਹੀਂ ਵੀ ਆਉਂਦਾ ਦੋਨੇ ਗੱਲਾਂ ਨਹੀਂ ਆਉਂਦਾ ਯਾਰ ਆਉਂਦਾ ਆਉਂਦਾ ਮਹੱਲਾ ਸਹੀ ਤਾਂ ਆਉਂਦਾ ਨਾ ਹਾਂ ਤੇ ਮਾਗੀ ਕਾਨਫਰੈਂਸ ਤਾਂ ਨਹੀਂ ਨਾ ਯਾਰ ਹੁੰਦੇ ਉਹ ਉਵੇਂ ਕਿਹਾ ਨਾ ਉਹ ਨਹੀਂ ਵੀ ਆਉਂਦਾ ਹਾਂ ਕਿਉਂਕਿ ਅਕਾਲੀ ਦਲ ਦੀਆਂ ਜਿੰਨੀਆਂ ਮੀਟਿੰਗਾਂ ਹੁੰਦੀਆਂ ਜੇ ਕੋਈ ਪ੍ਰੈਸ ਕਾਨਫਰੈਂਸ ਹੁੰਦੀ ਆ ਉਹ ਜੋ ਮਜੀਠੀਆ ਸਾਹਿਬ ਗੈਰ ਹਾਜ਼ਰ ਹੁੰਦੇ ਆ ਉਹ ਆਪਦੀ ਆਡੀ ਕਰਦੇ ਆ ਉਹ ਆਡੀ ਆ ਅਯਾਲੀ ਸਾਹਿਬ ਦਾ ਨਾਮ ਆਉਂਦਾ ਕਿ ਨਹੀਂ ਪਹਿਲੇ ਦਸਾਂ ਚ ਤਾਂ ਆਉਂਦੀ ਹੂ ਹਾਂ ਉਹ ਵੀ ਨਹੀਂ ਨਜ਼ਰ ਆਉਂਦੇ ਹੂੰ ਇਹ ਗੱਲਾਂ ਸੋਚਣ ਵਾਲੀਆਂ ਵਿਚਾਰਨ ਵਾਲੀਆਂ ਕੋਈ ਨਹੀਂ ਅਕਾਲੀ ਬਣਾ ਲੈਣਗੇ ਹੂੰ ਮੰਨਣਗੇ ਕਿ ਨਹੀਂ ਮੰਨਦੇ ਇਹਦਾ ਯਾਰ ਹੁਣ ਮੁਸ਼ਕਲ ਆ ਇਹਨਾਂ ਦਾ ਤਾਂ ਕੰਮ ਤੁਸੀਂ ਦੇਖੋ ਜਦੋਂ ਮੱਤੇਵਾੜੇ ਜੰਗਲ ਇਹ ਵੀ ਇੱਕ ਨੈਰੇਟਿਵ ਹੁੰਦਾ ਤੈਨੂੰ ਮੈਂ ਦੱਸਦਾ ਗੱਲ ਤੂੰ ਸੋਚ ਕੇ ਦੇਖ ਤੂੰ ਜਿੱਥੇ ਜਾਣਾਗਾ ਜਿੱਥੇ ਜਿਹਨੂੰ ਮਰਜੀ ਪੁੱਛਲਾ ਅਕਾਲੀ ਦਲ ਦਾ ਨਾਮ ਲਾਇਓ ਕਹਿੰਦਾ ਇਹ ਨਹੀਂ ਉੱਤਾਂ ਕਰਕੇ 73 ਦਿੱਤੋ ਨਾ ਜਿਹੜੀ ਉਹ ਗੱਲ ਬਣ ਗਈ ਜੋ ਗੱਲ ਬਣਦੀ ਜਾਂਦੀ ਆ ਬਣਦੀ ਜਾਂਦੀ ਆ ਫਿਰ ਕਾਫੀ ਖਤਮ ਹੋ ਜਾਂਦਾ ਜੇ ਇਹਨਾਂ ਦੇ ਅਤਕੀ ਵੋਟ ਪਰਸੈਂਟੇਜ ਡਿੱਗ ਵੀ ਨਾ ਅਕਾਲੀ ਲਈ ਬਹੁਤ ਉਹ ਹੋਜੂ ਸੀਟਾਂ ਹਾਰਨ ਤੱਕ ਦਾਣੀ ਪਰ ਤਾਂ ਇਹਨੂੰ ਪਤਾ ਹੋਣਾ ਅਸਲੀ ਗੇਮ ਜਿਹੜੀ ਵੋਟ ਪਰਸੈਂਟੇਜ ਦੀ ਹੁੰਦੀ ਆ ਜੋ ਥੱਲੇ ਡਿੱਗ ਪੀ ਨਾ ਤਾਂ ਬਹੁਤ ਖਤਰਨਾਕ ਚੀਜ਼ ਹੋ ਜਾਣੀ ਆ ਤੁਸੀਂ ਇਹ ਦੇਖੋ ਮੱਤੇਵਾੜ ਜੰਗਲ ਨੂੰ ਲੈ ਕੇ ਜਦੋਂ ਇਹ ਸਰਕਾਰ ਨੇ ਕਿਹਾ ਸੀ ਅਸੀਂ ਇੱਥੇ ਇੰਡਸਟਰੀ ਲਾਉਣ ਜਾ ਰਹੇ ਆ ਹੂੰ ਤਦੋਂ ਵਿਰੋਧ ਹੁੰਦਾ ਹੂੰ ਤਾਂ ਉਦੋਂ ਆਪਾਂ ਮੱਤੇਵਾੜੇ ਗਏ ਹੋਏ ਸੀ ਹੂੰ ਤਾਂ ਉਦੋਂ ਯਾਦਲੀ ਸਾਹਿਬ ਖੜੇ ਆ ਕੇ ਤੇ ਕੋਲੇ ਮੈਂ ਖੜਾ ਹੋਇਆ ਸੀ ਤਾਂ ਇੱਕ ਵਰਕਰ ਆਇਆ ਕੰਮ ਲੱਦਦਾ ਹਮ ਕਹਿੰਦਾ ਯਾਦਲੀ ਸਾਹਿਬ ਤੁਸੀਂ ਕਾਹਨੋਂ ਤੁਸੀਂ ਕਾਹ ਹੋਹਾ ਚਲ ਠੀਕ ਹੈ ਠੀਕ ਆ ਜੀ ਕਹਿੰਦੇ ਗੱਲ ਕਰਨੀ ਸੀ ਕਰੋ ਹਮ ਕਹਿੰਦੇ ਪ੍ਰਧਾਨ ਸਾਹਿਬ ਬੋਲ ਲਓ ਤਾਂ ਆਪਣੀ ਪਾਰਟੀ ਵੱਜ ਹਮ ਯਾਦਲੀ ਸਾਹਿਬ ਜਾਰੇ ਕੀ ਆਖਣ ਉੱਥੇ ਹਣ ਕੋਲੇ ਮੈਂ ਖੜਾ ਸੀ ਉਹ ਕਹਿੰਦੇ ਠੀਕੋ ਗੱਲ ਨਹੀਂ ਜ਼ਰੂਰ ਜੀ ਹਮ ਲਾਉਣੇ ਥੋੜਾ ਸੁਨੇਹਾ ਹਾਂ ਤਾਂ ਥੱਲੇ ਨੇ ਨਿੱਕੇ ਲੈਵਲ ਦੇ ਲੀਡਰ ਹਨ ਸੁਖਵੰਤ ਦਾ ਆਪ ਕਹਿੰਦਾ ਕਿ ਨਹੀਂ ਸੁਖਵੰਤ ਦੇਖੋ ਜੀ ਬੋਲਦਾ ਨਹੀਂ ਇੱਕ ਉਹ ਆ ਕਟੜਾ ਅੱਛਾ ਮਗਰ ਡਿਪਲੋਮੇਟ ਕਿਵੇਂ ਆ ਦੱਸ ਦੇ ਗੱਲ ਆਪਣੇ ਕੈਂਟ ਤੱਕ ਫੇਰ ਵੀ ਨਹੀਂ ਖਸੂਣਾ ਬਈ ਨਹੀਂ ਤੂੰ ਕੀ ਚਾਹਣਾ ਤੂੰ ਕੀ ਚਾਹਣਾ ਵੀ ਇਕੱਲੇ ਦਾ ਲੋਕਾਂ ਦਾ ਹੰਤਰ ਦੇ ਵਿੱਚ ਭਵੇਂ ਆਵਾਜ਼ ਇੱਕ ਆ ਉਹਦਾ ਮੁੱਲ ਹੁੰਦਾ ਹਾਂ ਇਹ ਤਾਂ ਬੰਦ ਕਰਨਾ ਤੂੰ ਅੱਜ ਫਿਰ ਵੀਊ ਤੇ ਰੱਖਣਾ ਫਿਰ ਪੌਡਕਾਸਟ ਤੇ ਆ ਰਹੇ ਹਾਂਗਾ ਤੇਰੀ ਬਾਤ ਆ ਰਹੀ ਤੇ ਤੂੰ ਕੀ ਚਾਹਣਾ ਅਕਾਲੀ ਦਲ ਨੂੰ ਕੀ ਚੇਂਜ ਕਰਨਾ ਚਾਹੀਦਾ ਸੀ ਲੈ ਲਓ ਸੀਟ ਲਾ ਮੈਂ ਪਿੱਛੇ ਖੜਾ ਬਈ ਯਾਰ ਲੈ ਉਹ ਬੱਸ ਬਰਬਾਦੀ ਨਹੀਂ ਨਹੀਂ ਤੇ ਤੋ ਸੇ ਐਜ਼ ਐਕ ਕਵੋਟਰ ਤੇ ਖੜਾ ਤੈਨੂੰ ਧੱਕਾ ਦੇਣਾ ਨਹੀਂ ਅੱਤੇ ਨਹੀਂ ਅਸੀਂ ਐਜ਼ ਐਕ ਵੋਟਰ ਤੇ ਤੋਂ ਪੁੱਛਿਆ ਆਪਾਂ ਤਾਂ ਉਹਨਾਂ ਦਾ ਪੁੱਛਦੇ ਆ ਅਕਾਲੀ ਦਲ ਆਪਾਂ ਆਪਦੀ ਗੱਲ ਹੀ ਕਰਦੇ ਵੀ ਅਕਾਲੀ ਦਲ ਦਾ ਨੂੰ ਕੀ ਲੱਗਦਾਗਾ ਵੀ ਪ੍ਰਧਾਨ ਬਦਲਣਾ ਚਾਹੀਦਾ ਕਿ ਨਹੀਂ ਜੇ ਸਾਰੀ ਚਾਹੀਦੀ ਫਿਰ ਉਹਦਾ ਬਦਲਣਾ ਚਾਹੀਦਾ ਹੀ ਹੈ ਚਾਹੀਦੀ ਆ ਹੈਗੀ ਯਾਰ ਇਹ ਪਤਾ ਕੀ ਇਹ ਆਫਰ ਕੋਡ ਬਹੁਤ ਹੈ ਤੇ ਕਿੰਤੂ ਟਿੱਪਣੀ ਕਰਦਾ ਹੈ ਪਰ ਤੁਸੀਂ ਖੜਜ 15 ਸਾਲ ਤੂੰ ਪ੍ਰਭਾਵ ਦੇਖ ਆਏ ਪਾਰਟੀ ਖਿਲਾਫ ਆ ਔਨ ਰਿਕਾਰਡ ਦੇਖ ਤਾਂ ਇਹ ਤਾਂ ਮਰੀ ਜਾਂਦੇ ਨੇ ਹਜੇ ਤੱਕ ਸਹੀ ਗੱਲ ਆ ਔਨ ਦੀ ਰੈਕਡ ਨਹੀਂ ਬੋਲਣਾ ਸੀ ਹਾਂ ਇਹ ਆਫ ਦੀ ਰੈਕਡ ਭਾਵੇਂ ਹੂੰ ਕੁਛ ਮਰਜੀ ਹੋਈ ਜਾਵੇ ਦੇਖੋ ਬਈ 2037 ਤੱਕ ਤਾਂ ਪੱਕਾ ਪੈਂਚਰ ਲੱਗਿਆ ਹਾਂ ਪ੍ਰਧਾਨ ਸਾਹਿਬ ਵਾਲਾ ਕੀ ਇਹ ਨਹੀਂ ਹਿਲਦੇ ਇਹ ਤੂੰ ਭੁੱਲ ਜਾ ਇਹ ਪਤਾ ਹੀ ਨਹੀਂ ਹੁਣਾ ਨਹੀਂ ਜਿੰਦੋਂ ਇਹਨਾਂ ਨੇ ਆ ਨਵਾਂ ਸਾਰਾ ਢਾਂਚਾ ਬਣਾਇਆ ਆ ਆਪ ਦਾ ਐਲਾਨ ਕੀਤਾ ਉਹਦੋਂ ਨਵਾਂ ਯਾਰ ਆ ਇਹ ਆਣਾ ਸਿਸਟਮ ਯਾਰ ਜਿੰਨਾ ਟਾਈਮ ਇਹਨਾਂ ਨੂੰ ਪਤਾ ਕੀ ਆ ਹਮ ਅਕਾਲੀ ਦਲ ਦਾ ਬਹੁਤ ਲੋਕ ਕਹਿੰਦੇ ਆ ਆਪਣਾ ਵੀ ਇੱਥੇ ਕਹਿ ਰਹੇ ਨੇ ਹੁਣਗੇ ਵੀ ਇਹ ਨਿੰਦੀ ਜਾਂਦੇ ਜੇ ਇਹਨਾਂ ਦਾ ਗਰਾਫ ਚੱਲੂਗਾ ਤਾਂ ਉਹ ਕੋਈ ਸਟੇਟ ਦੀ ਜਾਂ ਸੈਂਟਰਲ ਪਾਵਰ ਦੇ ਨਾਲ ਹੀ ਖੜੇ ਹੋਣਾਗਾ ਓਵੇਂ ਤਾਂ ਤਰਤਲ ਤੋਂ ਖਤਮ ਆ ਚੀਜ਼ਾਂ ਹਮ ਹਾਂ ਚਲ ਦੇਖੋ ਭਾਈ ਫਿਰ ਬਾਕੀ ਚਲੋ ਦੇਖੋ ਕੀ ਲੱਗਦਾ ਕੀ ਨਹੀਂ ਇੱਕ ਆਪਾਂ ਕਰਨਾ ਜ਼ਿਕਰ ਮੜਾ ਆ ਹਮ ਲੁਧਿਆਣੇ ਤੋਂ ਐਮਪੀ ਰਮਨਿਤ ਸਿੰਘ ਬਿੱਟੂ ਹਾਂਜੀ ਹੁਣ ਉਹ ਕੀ ਕਹਿੰਦੇ ਨੇ ਪਤਾ ਨਹੀਂ ਉਹਨਾਂ ਨੂੰ ਕਿਸੇ ਨੇ ਚਾਬੀ ਲਾਈ ਆ ਹੂੰ ਪਤਾ ਨਹੀਂ ਉਹ ਜਾਗੇ ਹੋਣਾ ਹੂੰ ਉਹ ਲਗਾਤਾਰ ਤਿੰਨ ਹਫ਼ਤਿਆਂ ਤੋਂ ਹੂੰ ਅਕਾਲੀ ਦਲ ਤੇ ਕੱਲੇ ਅਕਾਲੀ ਦਲ ਛੱਡੋ ਜੀ ਬਾਦਲ ਪਰਿਵਾਰ ਤੇ ਹੂੰ ਹਮਲੇ ਤੇ ਹਮੜਾ ਹਮਲੇ ਤੇ ਹਵੜਾ ਹਮਲੇ ਤੇ ਹਮੜਾ ਹੂੰ ਬਹੁਤ ਤਕੜਾ ਪਲਾਨ ਹੋ ਰਿਹਾ ਹੈਗਾ ਇਹਨਾਂ ਦੇ ਪਰਿਵਾਰ ਦੇ ਖਿਲਾਫ ਹੁਣ ਉਹਨਾਂ ਨੇ ਕੀ ਕਿਹਾ ਕਹਿੰਦੇ ਜੀ ਬੀਬਾ ਜੀ ਨੇ ਕਿਹਾ ਉਹਦੇ 11 ਜਨਵਰੀ ਨੂੰ ਕਿਹੜੀ ਤੱਕੜੀ ਐ ਨਾ ਇਹ ਬਾਬੇ ਨਾਨਕ ਦੀ ਤੱਕੜੀ ਆ ਭਾਈ ਇਹ 13 13 ਤੋਲਦੀ ਆ ਹੁਣ ਬਿੱਟੂ ਸਾਹਿਬ ਕਹਿੰਦੇ ਬੀਬਾ ਜੀ ਇਹ ਤੱਕੜੀ ਬਾਬੇ ਨਾਨਕ ਵਾਲੀ ਨਹੀਂ ਇਹ ਤੱਕੜੀ ਤੁਹਾਡੀ ਆ ਜਿਹੜੀ ਮੇਰਾ ਮੇਰਾ ਤੋਲਦੀ ਆ ਜਿਹੜੀ ਚਿੱਟਾ ਚਿੱਟਾ ਤੋਲਦੀ ਆ ਉਹਨਾਂ ਨਾਲੇ ਵੀ ਕਿਹਾ ਕਿ ਜੀ ਐਸਜੀਪੀਸੀ ਤਾਂ ਜੱਥੇਦਾਰ ਸਾਹਿਬ ਇੱਥੇ ਕੋਈ ਐਕਸ਼ਨ ਲੈਣ ਕਾਂਕੀ ਅਕਾਲੀ ਦਲ ਇਹ ਕਲੇਮ ਕਰ ਰਿਹਾ ਕਿ ਬਾਬੇ ਨਾਨਕ ਦੀ ਤਕੜੀ ਸਾਡੇ ਕੋਲੇ ਆ। ਹੂੰ। ਤੇ ਨਾਲ ਇਹ ਵੀ ਕਿਹਾ ਕਿ ਐਂ ਤਾਂ ਫਿਰ ਸਾਡਾ ਜਿਹੜਾ ਚੋਣ ਸ਼ਾਣਾ ਕਾਂਗਰਸ ਦਾ ਉਹ ਪੰਜਾ ਹੂੰ। ਕਿ ਅਸੀਂ ਕਹਿੰਦੇ ਬਾਬੇ ਨਾਨਕ ਦਾ ਜਿਹੜਾ ਪੰਜਾ ਉਹ ਸਾਡਾ ਹੂੰ। ਬਾਬੇ ਨਾਨਕ ਕਿਹੜਾ ਪੱਥਰ ਰੋਕਿਆ ਸੀ ਉੱਤੇ ਪੰਜਾ ਨਿਸ਼ਾਨ ਬਣਿਆ ਆ ਉਹ ਸਾਡਾ ਐਂ ਦੱਸੀ ਕਲੇਮ ਕਰਦਾ ਹੈ ਕਹਿੰਦਾ। ਹੂੰ। ਦੇਖੋ ਭਾਈ ਹੁਣ ਬਿੱਟੂ ਸਾਹਿਬ ਲਾਈਵ ਜਾ ਹੋ ਕੇ ਰੋਜ਼ ਹੀ ਭੈਣ ਦੇਖਦਾ ਹੁੰਦਾ। ਹੂੰ। ਤੇ ਕੀ ਤੱਕ ਬੰਦੀ ਕਰ ਰਹੇ ਆ ਉਹ ਜੀ ਬਤਾ ਹੁਣ ਕਿੱਥੋਂ ਚਾਬੀ ਦਿੱਤੀ ਵੀ ਆ ਕਿਵੇਂ ਚੱਲਦੀ ਆ ਗੱਲ ਹਾਂ ਪਰਦੇ ਦੇ ਪਿੱਛੇ ਕੀ ਹੈ ਉਹ ਗਾਣਾ ਨਹੀਂ ਆਇਆ ਹਾਂ ਪਰਦੇ ਦੇ ਪਿੱਛੇ ਕੀ ਹੈ ਪਰਦੇ ਦੇ ਪਿੱਛੇ ਹੈ ਨਾ ਠੀਕ ਹੈ ਕਿਸੇ ਤੇਰੇ ਨਾਲ ਕੋਈ 뮤직 ਡਾਇਰੈਕਟਰ ਨਾਲ ਸੰਪਰਕ ਕਰ ਲੈ ਹਿੰਦੀ ਗੀਤ ਹੈ ਹਨਾ ਹਮ ਇੰਨਾ ਕੁ ਮੈਨੂੰ ਯਾਦ ਆ ਕਿ ਘਟ ਸੌਂਦੇ ਆਪਾਂ ਏਦੋਂ ਪਹਿਲਾਂ ਬਿੱਟੂ ਸਾਹਿਬ ਨੇ ਕਿਹਾ ਸੀ ਕਿ ਭਾਈ ਇਹ ਤਾਂ ਗੱਡੀ ਮਗਰ ਭੌਂਗ ਦੇ ਕੁੱਤੇ ਵਾਂਗੂ ਆ ਹਮ ਕੀ ਭੌਂਕੀ ਜਾਂਦੋ ਆਪਾਤ ਦੀ ਚਾਲ ਤੁਰੇ ਜਾਣਾ ਹਮ ਤਾਂ ਬਿੱਟੂ ਸਾਹਿਬ ਵਿਕਰਮ ਮਜੀਠੀਆ ਹੋਣ ਹਮ ਸੁਖਬੀਰ ਸਿੰਘ ਬਾਦਲ ਹੋਣ ਹਮ ਬੀਬਾ ਹਰਸਿਮਰਤ ਕੌਰ ਬਾਦਲ ਹੋਵੇ ਹਮ ਇਹਨੂੰ ਲੈ ਕੇ ਲਗਾਤਾਰ ਸਵਾਲ ਖੜੇ ਕਰ ਰਹੇ ਆ ਹਮ ਇਹਨਾਂ ਦੇ ਉੱਪਰ ਟਿੱਕਾ ਟਿੱਪਣੀ ਕਰ ਰਹੇ ਆ ਹਮ ਹੁਣ ਚਰਚਾ ਇਹ ਵੀ ਆ ਕਿ ਬਿੱਟੂ ਸਾਹਿਬ ਇਹ ਗੱਲ ਕਰਕੇ ਇਕਤਾ ਦੀ ਪਾਰਟੀ ਚ ਉੱਚੇ ਹੋ ਰਹੇ ਆ ਆ ਦੇਖੋ ਜੀ ਆਪਾਂ ਤਾਂ ਵਿਰੋਧੀਆਂ ਨੂੰ ਘੇਰ ਰਹੇ ਆ ਹੂੰ ਦੂਸਰੇ ਪਾਸੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਨੇੜੇ ਹੋਣ ਦੀ ਕੋਸ਼ਿਸ਼ ਕਰ ਰਹੇ ਆ ਹੂੰ ਖਬਰਾਂ ਹੈ ਕਿ ਨੇੜੇ ਹੈਗੇ ਆ ਭਾਈ ਕੋਸ਼ਿਸ਼ ਕੀ ਕਰਨੀ ਆ ਉਹਨਾਂ ਨੇ ਤਾਂ ਉਹ ਜਾਣ ਕੇ ਬਾਦਲ ਪਰਿਵਾਰ ਨੂੰ ਭੰਡ ਰਹੇ ਆ ਹੂੰ ਕਿ ਜੇ ਗਠਬੰਧਨ ਹੋ ਗਿਆ ਤਾਂ ਸਜਣਾ ਆਪਾਂ ਟਿਕਟ ਪੱਕੀ ਕਰ ਲਗੇ ਪੱਕੀ ਕੀ ਹੋਰ ਕੰਮ ਹੋ ਗਿਆ ਤੈਨੂੰ ਲੈ ਹੋਰ ਦੱਸਦਾ ਕੰਮ ਇੱਕ ਹੂੰ ਹੋਰ ਜਿਹੜਾ ਸਿਸਟਮ ਆ ਜਥੇਦਾਰ ਕੌਕੇ ਦੇ ਘਰੇ ਕੌਣ ਜਾਂਦਾਗਾ ਸੁਖਵੀਰ ਸਿੰਘ ਬਾਦਲ ਜੀ ਹੁਣ ਉਹ ਸੁਖਵੀਰ ਬਾਦਲ ਨੂੰ ਸਰੋਪਾ ਪਾ ਦਿੰਦੇ ਨੇ ਪਤਾ ਨਹੀਂ ਉਹਨਾਂ ਨੂੰ ਕਿਹਨੇ ਗਾਈਡ ਕਰਤਾ ਜਾਂ ਕਿਵੇਂ ਆ ਉਹ ਸਟੈਪ ਦੀ ਮਤਲਬ ਪਰਿਵਾਰ ਦੀ ਉਸ ਲੈਵਲ ਦੇ ਉੱਤੇ ਕਿਤੇ ਨਾ ਕਿਤੇ ਵਿਰੋਧ ਹੋ ਰਿਹਾ ਹੈ ਹਮ ਤੇ ਮੈਨੂੰ ਵੀ ਲੱਗਦਾ ਵੀ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਆਪਣੀ ਨਿੱਜੀ رائے ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਹਮ ਤੇ ਮਤਲਬ ਤੁਸੀਂ ਕਿਸੇ ਦੇ ਘਰੇ ਮਤਲਬ ਪਤਾ ਨਹੀਂ ਕਿਵੇਂ ਹੋ ਗਿਆ ਇਹ ਹਮ ਹੁਣ ਸ਼ਬਦ ਹੈ ਨਹੀਂ ਤਾਂ ਸਿਆਸੀ ਤੌਰ ਦੇ ਉੱਤੇ ਵੀ ਗਲਤ ਹੋਇਆ ਸਾਰਾ ਕੁਝ ਤੇ ਹੁਣ ਉਸ ਪਰਿਵਾਰ ਨੇ ਇੱਕ ਸ਼ਿਕਾਇਤ ਦਿੱਤੀ ਆ ਹੂੰ ਕਿ ਇਹ ਸਾਰੇ ਆਫਸਰਾਂ ਦੇ ਨਾਮ ਭਾਈ ਹੂੰ ਇਹਨਾਂ ਖਿਲਾਫ ਕਾਰਵਾਈ ਕਰੋ ਹੂੰ ਉਹਨਾਂ ਚੋਂ ਕੁਝ ਕ ਆਫਸਰ ਤਾਂ ਹੁਣ ਇਸ ਦੁਨੀਆ ਦੇ ਉੱਪਰ ਹੀ ਹੈ ਨਹੀਂ ਹੂੰ ਕੁਝ ਕ ਹੈਗੇ ਆ ਚਲੋ ਜਿਹੜੇ ਹੈਗੇ ਆ ਹਾਂ ਉਹਨਾਂ ਖਿਲਾਫ ਕਾਰਵਾਈ ਕਰੋ ਹੂੰ ਤੇ ਸ਼ਾਇਦ ਉੱਥੇ ਨਾਲ ਜ਼ਿਕਰੇ ਵੀ ਕਰਨਾ ਸੀ ਕਿ ਉਸ ਵੇਲੇ ਦੇ ਮੁੱਖ ਮੰਤਰੀ ਉਹ ਦੁਬਾਰੇ ਬਣੇ ਆ ਜਾਂ ਗ੍ਰਹਿ ਮੰਤਰੀ ਬਣੇ ਆ ਜਾਂ ਜਿੰਨਾ ਕੋਈ ਰਿਪੋਰਟ ਆਈਆਂ ਹਮ ਉਹਨਾਂ ਤੇ ਵੀ ਕਾਰਵਾਈ ਹਾਂ ਹੁਣ ਅਕਾਲੀ ਦਲ ਇਹ ਸੁਭਾਅ ਪੈਦਾ ਕਰ ਰਿਹਾ ਇੱਕ ਨਵਾਂ ਹਮ ਵੇਖੋ ਜੀ ਇਹ ਤਾਂ 2010 ਵੇਲੇ ਸਾਹਮਣੇ ਆਈ ਚਿੱਠੀ ਹਮ ਇਹ ਪੂਰੀ ਰਿਪੋਰਟ ਇਹ ਹੁਣ ਕਿਉਂ ਪੇਸ਼ ਕੀਤੀ ਗਈ ਹੈ ਜੀ ਉਦੋਂ ਕਿਉਂ ਨਹੀਂ ਕੀਤੀ ਗਈ ਹਮ ਇਹ ਗੱਲ ਹੁੰਦੀ ਹੈ ਕੋਈ ਹਮ ਭਲਿਓ ਮਾਨਸੋ ਤੁਹਾਡੀ ਸਰਕਾਰ ਸੀ ਹਮ ਤੁਸੀਂ ਚਿੱਠੀ ਸਾਹਮਣੇ ਲੈ ਕੇ ਆਉਂਦੇ ਇਹ ਤੁਸੀਂ ਪੂਰੀ ਰਿਪੋਰਟ ਸਾਹਮਣੇ ਲੈ ਕੇ ਆਉਂਦੇ ਇਹ ਤੇ ਉਦੋਂ ਬਾਅਦ ਨਵੀਂ ਕਾਰਵਾਈ ਕਰਾਉਂਦੇ ਸਵਾਲ ਤਾਂ ਫੇਰ ਹੀ ਹੈ ਨਾ ਉਹ ਆਪਦੇ ਤੀਨ ਗੱਲਾਂ ਆਉਂਦੇ ਰੇ ਇਹ ਦੇਖੋ ਚਿੱਠੀ ਇਹ ਪੂਰਾ ਜੋ ਲੈਟਰ ਆ ਇਹ ਪੂਰੀ ਜੋ ਰਿਪੋਰਟ ਆ ਹੂੰ ਇਹ ਲੋਕੋ ਕਿਉਂ ਰੱਖੀ ਗਈ ਜੀ ਹੂੰ ਅਜੇ 13 ਸਾਲ ਬਾਅਦ ਬਾਹਰ ਕਿਉਂ ਕੱਢੀ ਗਈ ਲੈ ਹੂੰ ਪਰ ਆ ਵੋ ਸੋਡੀ ਸਰਕਾਰ ਆਸੀ ਤੁਸੀਂ ਕੋਈ ਚੰਗੀ ਕਾਰਵਾਈ ਕੀਤੀ ਹੁੰਦੀ ਤਾਂ ਲੋੜ ਹੀ ਨਹੀਂ ਪੈਣੀ ਸੀ ਚਰ ਰਿਪੋਰਟਾਂ ਦੀ ਦੋ ਹਫ਼ਤੇ ਵੀ ਵੰਡੀਆਂ ਸੀ ਸਮਰਨਜੀਤ ਸਿੰਘ ਮਾਨ ਨੇ ਮਾਨ ਬਾਡੀ ਨੇ ਰਿਪੋਰਟ ਉਦੋਂ ਐ ਵਾਇਰਲ ਨਹੀਂ ਹੋਇਆ ਹੁਣ ਹੋ ਗਿਆ ਬਾਈ ਤੇ ਹੋਣਾ ਹੀ ਸੀ ਹਰੇ ਇੱਕ ਨਹੀਂ ਹਰੇ ਹੋਰ ਬਹੁਤ ਕੁਝ ਹੋਣਾ ਹਰੇ ਬਹੁਤ ਕੁਝ ਹੋਣਾਗਾ ਬਹੁਤ ਜ਼ਿਆਦਾ ਕੁਝ ਹੋਣਾਗਾ ਹੂੰ ਇਹਦਾ ਬਹੁਤ ਕੁਝ ਹੋਣਾਗਾ ਤਾਂ ਇਸ ਨੂੰ ਲੈ ਕੇ ਸ਼ਾਇਦ ਸਪੀਕਰ ਸੰਵਤ ਸਾਹਿਬ ਨਾਲ ਕੁਝ ਲੁੱਕ ਮਿਲੇ ਆ ਸ਼ਾਇਦ ਮੈਨੂੰ ਲੱਗਦਾ ਹੂੰ ਉਹਨੇ ਕਿਹਾ ਸੀ ਕਾਰਵਾਈ ਕਰਾਂਗੇ ਹੂੰ ਤਾਂ ਦੂਸਰੇ ਪਾਸੇ ਸ਼ਿਕਾਇਤ ਵੀ ਜਾ ਤੁਹਾਨੂੰ ਮੈਂ ਦੱਸ ਦਾਂਗਾ ਤੇ ਇੱਕ ਹੋ ਜੋ ਮੈਂ ਗੱਲ ਅੜ ਕਰਦਾ ਘਟ ਗਿਣਤੀ ਕਮਿਸ਼ਨ ਨੇ ਵੀ ਇਸ ਦਾ ਨੋਟਸ ਲੈ ਲਿਆ ਹੂੰ ਹਾਂ ਹਾਂ ਆਪਣੇ ਇਕਬਾਲ ਸਿੰਘ ਲਾਲਪੁਰਾ ਹਾਂਜੀ ਹਾਂ ਉਹ ਪੰਜਾਬ ਤੋਂ ਹੀ ਨੇ ਜਿਹੜੇ ਵੀ ਦੇ ਨੇ ਨਾਲੇ ਉਹ ਉਦੋਂ ਐਕਟਿਵ ਸੀਗੇ ਚਲੋ ਪੁਲਿਸ ਦੇ ਵਿੱਚ ਸੀ ਕਿ ਬਹੁਤ ਕੁਸ਼ਾ ਚਲੋ ਉਹਨਾਂ ਦੇ ਵੀ ਇਲਜ਼ਾਮ ਵਗੈਰਾ ਲੱਗਦੇ ਆ ਠੀਕ ਆ ਸਿਸਟਮ ਵੀ ਪਰ ਨੋਟਿਸ ਆ ਗਿਆ ਤਾਂ ਉਹਦਾ ਹਾਂ ਉਹ ਭਾਪੀ ਵੀ ਹਾਂ ਅੰਦਰ ਵੈਸੇ ਉਹਨਾਂ ਨੇ ਮੀਟਿੰਗ 'ਚ ਕਿਹਾ ਵੀ ਅਸੀਂ ਧਾਰਮਿਕ ਮਤਲਬ ਇਸ ਸਿੱਖਾਂ ਦੇ ਚ ਉਹ ਨਹੀਂ ਕਰਨਾ ਪਰ ਜਿਹੜਾ ਅੰਦਰ ਖਾਤੇ ਤੁਸੀਂ ਇਹ ਵੀ ਦੇਖੋ ਨਾ ਲਾਲਪੁਰਾ ਸਾਹਿਬ ਨੇ ਇੱਕ ਆਰਟੀਕਲ ਲਿਖਿਆ ਇੱਕ ਪੰਜਾਬੀ ਅਖਬਾਰ ਦੇ ਵਿੱਚ ਹੂੰ ਕੀ ਸਿੱਖਾਂ ਦਾ ਸਬੰਧ ਅਯੋਧਿਆ ਦੇ ਨਾਲ ਹੂੰ ਤਾਂ ਮੈਂ ਫਿਰ ਪੂਰਾ ਪੜਿਆ ਉਹਨਾਂ ਨੇ ਕਿਵੇਂ ਗੱਲਾਂ ਵੜ-ਵੜ ਕੇ ਵੜ-ਵੜ ਕੇ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਉਹ ਵੀ ਬਾਕਮਾਲਾ ਭਾਈ ਹੂੰ ਦੇਖੋ ਭਾਰਤੀ ਜਨਤਾ ਪਾਰਟੀ ਜੇ ਕੱਲੇ ਦੀਵੇ ਬੰਨ ਰਹੀ ਹੈ ਨਾ ਜਾਂ ਮੀਡੀਆ ਕੰਟਰੋਲ ਕਰ ਰਹੀ ਆ ਤਾਂ ਪੰਜਾਬ ਦੇ ਲੀਡਰ ਨੇ ਭਾਇ ਭਾਂ ਜੁੜ ਉਹ ਆਰਟੀਕਲ ਵੀ ਲਿਖ ਰਹੇ ਨੇ ਕਿ ਤਿਆਰੀ ਹਰੇਕ ਪਾਸੇ ਆ ਹੂੰ ਐ ਨਹੀਂ ਕਿ ਕਦੇ ਪਾਸੇ ਤਿਆਰੀ ਆ ਹੂੰ ਹਰੇਕ ਮੋਰਚੇ ਤੋਂ ਘੇਰਨ ਦੀ ਤਿਆਰੀ ਹੈ ਭਾਈ ਹਾਂ ਤੇ ਹੁਣ ਇਹ ਤੁਸੀਂ ਬਾਇਦੇ ਹੋ ਜਾਂ ਨਹੀਂ ਪਾਇਦੇ ਸਭ ਤੋਂ ਵੱਡੀ ਗੱਲ ਹੈ ਤਾਂ ਜਥੇਦਾਰ ਸਾਹਬ ਵਾਲੀ ਰਿਪੋਰਟ ਹੀ ਬਾਹਰ ਆਈ ਆ ਜਿੱਦਣ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਨੇ ਜਾਂ ਉਹਨਾਂ ਜੋ ਕਿਸੇ ਬੰਦੇ ਨੇ ਜਿਹਨੂੰ ਪਤਾਗਾ ਵੀ ਉਹ ਮਾਫੀ ਵਾਲਾ ਹੋਇਆ ਕੀ ਸੀ ਬਿਲਕੁਲ ਜੀ ਬਿਲਕੁਲ ਉਹ ਜਦੋਂ ਸਾਹਮਣੇ ਆਊ ਫੇਰ ਦੇਖੋ ਚਰਚਾ ਚੱਲ ਰਹੀ ਆ ਨਾ ਵੀ ਡਾਕਟਰ ਚੀਮਾ ਨੇ ਉਹ ਲਿਖੀ ਆ ਚੱਲ ਰਹੀ ਆ ਨਾ ਹਰੇ ਉਹ ਓਵੇਂ ਨਹੀਂ ਚਰਚਾ ਤੇ ਜਦੋਂ ਹਾਈਲਾਈਟ ਹੋ ਮਾਮਲਾ ਉਸ ਦਿਨ ਵੀ ਇਹਨਾਂ ਨੂੰ ਜਵਾਬ ਦੇਣਾ ਪਊਗਾ ਬਹੁਤ ਕੁਝ ਸਾਹਮਣੇ ਹੋ ਇਹਨਾਂ ਦੀਆਂ ਸਰਕਾਰਾਂ ਦਾ ਬਹੁਤ ਕੁਝ ਸਾਹਮਣੇ ਆਉਣਾ ਗਤਨ ਜੀ ਆਪਾਂ ਜ਼ਿਕਰ ਕੀਤਾ ਸੀ ਕਿ ਐਸਜੀਪੀਸੀ ਹੂੰ 100 ਸਾਲ ਪੁਰਾਣੀ ਸੰਸਥਾ ਹੂੰ ਜੱਥੇਦਾਰ ਸਾਹਿਬ ਹੋਣ ਜਦੋਂ ਕਿਤੇ ਉਹ ਬੋਲਦੇ ਸੀ ਨਾ ਤਾਂ ਸਰਕਾਰਾਂ ਖੜ ਜਾਂਦੀਆਂ ਸੀ ਬਿਲਕੁਲ ਤੇ ਹੁਣ ਹਾਲ ਇਹ ਆ ਕਿ ਪਾਈ ਰਾਜੋ ਵਾਲਾ ਮਾਮਲੇ ਦੇ ਵਿੱਚ ਸਜ਼ਾ ਮਾਫੀ ਨੂੰ ਲੈ ਕੇ ਐਸਜੀਪੀਸੀ ਇੱਕ ਕਮੇਟੀ ਬਣੀ ਹੋਈ ਆ ਦੁਜੇ ਸਰ ਸਾਹਿਬ ਨੇ ਆਖਿਆ ਸੀ ਪੰਜ ਮੈਂਬਰਾਂ ਦੀ ਉਹਨੇ ਅਪਰੋਚ ਕੀਤੀ ਪੀਐਮਓ ਤੱਕ ਹੂੰ ਤਾਂ ਉੱਥੋਂ ਜਵਾਬ ਆਉਂਦਾ ਤੁਸੀਂ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਹਿ ਵਿਭਾਗ ਦੇ ਨਾਲ ਗੱਲਬਾਤ ਕਰੋ ਹੂੰ ਹੁਣ ਐਜੀਪੀਸੀ ਦੇ ਇਸ ਪੂਰੀ ਪੰਜ ਮੈਂਬਰੀ ਕਮੇਟੀ ਨੇ ਤਕਰੀਬਨ ਦੋ ਚਿੱਠੀਆਂ ਲਿਖਤੀਆਂ ਹੂੰ ਗ੍ਰਹਿ ਵਿਭਾਗ ਨੂੰ ਕਿ ਸਾਨੂੰ ਮਿਲ ਦਾ ਸਮਾਂ ਦਿਓ ਜੀ ਜਾਂ ਪੂਰੀ ਗੱਲਬਾਤ ਕਰ ਗਿਆ ਆਪਾਂ ਬੈਠ ਕੇ ਕੋਈ ਜਵਾਬ ਨਹੀਂ ਆਇਆ ਜਵਾਬ ਦੇ ਦਿੱਤਾ 31 ਦਸੰਬਰ ਤੱਕ ਦਾ ਸਮਾਂ ਮੰਗਿਆ ਗਿਆ ਸੀ ਪ੍ਰਧਾਨ ਸਭਾ ਚ ਜਵਾਬ ਦੱਸਤਾ ਦਿੱਤਾ ਉਹਨਾਂ ਨੇ ਲੋਕ ਸਭਾ ਚ ਹਾਂ ਆ ਆ ਹਾਂ ਸੌਰੀ ਲੋਕ ਸਭਾ ਚ ਹਾਂ ਦੂਸਰੇ ਪਾਸੇ ਤੁਸੀਂ ਦੇਖੋ ਨਾ ਪਹਿਲਾਂ ਮੰਗਿਆ ਸੀ 31 ਦਸੰਬਰ ਤੱਕ ਸਮਾਂ ਹੂੰ ਭੁੱਖ ਹੜਤਾਲ ਤੇ ਬੈਠੇ ਭਗਤ ਜੁਣਾਨ ਸਾਹਿਬ ਫਿਰ ਭੁੱਖ ਹੜਤਾਲ ਤੜਾਈ ਜਾਂਦੀ ਆ ਹੁਣ ਮੰਗਿਆ 27 ਜਨਵਰੀ ਤੱਕ ਦਾ ਹੂੰ ਤੇ ਮੈਨੂੰ ਲੱਗ ਰਿਹਾ ਕਿ ਹੁਣ ਵੀ ਇਹ ਹੱਲ ਹੋਣੋਂ ਤੱਕੂ ਮਸਲਾ ਹੈ ਇਹ ਇਹੇ ਤਰ੍ਹਾਂ ਕਈ ਗੱਲਾਂ ਆ ਗਈਆਂ ਲੋਕਾਂ ਨੂੰ ਹਜੇ ਸਪਸ਼ਟ ਨਹੀਂ ਆਪਾਂ ਫੇਰ ਇੱਕ ਵਾਰੀ ਲੋਕਾਂ ਨੂੰ ਜਿਹੜੇ ਦਰਸ਼ਕ ਸੁਣ ਰਹੇ ਆ ਜਿਹੜੀ ਭਾਈ ਰਾਜੂਵਾਨਾ ਦੀ ਮਰਸੀ ਪਟੀਸ਼ਨ ਐ ਐਸਜੀਪੀਸੀ ਨੇ ਭਾਈ ਵੀਏ ਉਹਦੇ ਲਈ ਹੀ ਉਹਨਾਂ ਨੇ ਕਿਹਾ ਵੀ ਜਾਂ ਤਾਂ ਇਹਨੂੰ ਅਸੈਪਟ ਕਰ ਲੈਣ ਕੇਂਦਰ ਸਰਕਾਰ ਜਾਂ ਗ੍ਰਹਿ ਵਿਭਾਗ ਕੋਲੇ ਪਈ ਆ ਜਾਂ ਇਹਨੂੰ ਕਹਿ ਦੇਣ ਵੀ ਖਤਮ ਆ ਖਾਰਜ ਆ ਵੀ ਜਾਂ ਉਹਨਾਂ ਨੇ ਕਿਹਾ ਵੀ ਜਾਂ ਮੈਨੂੰ ਫਾਂਸੀ ਦੇ ਦਿਓ ਭਾਈ ਲਮਕਾਉਣਾ ਕੰਮ ਲਮਕਾਉਣਾ ਕੰਮ ਇਸ ਦੀ ਦੀ ਗੱਲ ਆ ਕੋਈ ਮਾਫੀ ਮੁਫੀ ਵਾਲਾ ਸਿਸਟਮ ਹੈ ਨਹੀਂ ਕਈ ਧਾਕਾ ਹੋਗਾ ਲਗਭਗ ਕਈ ਬੰਦੇ ਨੂੰ ਮਾਫੀ ਵਾਲਾ ਸਿਸਟਮ ਕਰੀ ਜਾਂਦੇ ਵੀ ਮਾਫੀ ਮਾਫੀ ਇਹ ਵੀ ਪ੍ਰਚਾਰਿਆ ਜਾ ਰਿਹਾ ਇੱਕ ਦੋ ਬੰਦਿਆਂ ਨਾਲ ਅਸੀਂ ਮੈਂ ਕਹਾ ਮਾਫੀ ਮੁਫੀ ਵਾਲਾ ਕੋਈ ਸਿਸਟਮ ਨਹੀਂ ਹੂੰ ਕਿਉਂਕਿ ਜਿੰਨਾ ਦਾ ਅੰਦਰੋਂ ਪਤਾ ਲੱਗਦਾ ਜਾਂ ਕੁਝ ਵੀ ਆ ਉਹ ਵੀ ਯਾਰ ਮਤਲਬ ਵੀ ਬਲਵੰਤ ਸਿੰਘ ਰਾਜਵਾਨਾ ਦੀ ਕੌਮ ਲਈ ਉਹਨਾਂ ਨੇ ਕੀਤਾਗਾ ਹੂੰ ਸਿੱਖਾਂ ਲਈ ਉਹਨਾਂ ਨੇ ਕਰਿਆਗਾ ਜੋ ਉਹਨਾਂ ਦੀ ਵੀ ਕੁਰਬਾਨੀ ਆ ਉਹਨਾਂ ਦੀ ਕੁਰਬਾਨੀ ਨੂੰ ਆਪਾਂ ਪਾਸੇ ਨਹੀਂ ਕਰ ਸਕਦੇ ਬਿਲਕੁਲ ਤੇ ਉਹ ਵੀ ਆਪ ਦਾ ਅੰਦਰ ਭਜਨ ਬੰਦਗੀ ਕਰਦੇ ਨੇ ਪਾਠ ਪੜ੍ਹਦੇ ਨੇ ਆਪ ਦਾ ਜਿਵੇਂ ਸਿੱਖੀ ਤੁਸੀਂ ਦੇਖੋ 12-13 ਸਾਲ ਹੋ ਗਏ ਜੀ ਹੂੰ ਤੁਸੀਂ ਉਸ ਤੇ ਕੋਈ ਹੱਲ ਹੀ ਨਹੀਂ ਕਰ ਰਹੇ ਹੂੰ ਤੇ ਦੇਖੋ ਹੁਣ ਇਹਦਾ ਕੀ ਬਣਦਾ ਪਰ ਉਹ ਉਹ ਜੋ ਹਾਂ ਇੱਕ ਗੱਲ ਹੈ ਜੋ ਗ੍ਰਹਿ ਮੰਤਰੀ ਦਾ ਆਉਂਦਾ ਹੈਗਾ ਪਾਰਲੀਮੈਂਟ ਦੇ ਵਿੱਚ ਉਹਦਾ ਇਹਨਾਂ ਨੇ ਕੀ ਨੋਟਿਸ ਉਸ ਹੱਬ ਨਾਲ ਨਹੀਂ ਆਇਆ ਇਹ ਕਿਹਨਾਂ ਦਾ ਯੂਥ ਪ੍ਰਧਾਨ ਬੋਲਿਆ ਹੈਗਾ ਕੁਝ ਵੀ ਨਹੀਂ ਹਾਲਾਂਕਿ ਉਹਤੇ ਸੁਖਵੀਰ ਸਿੰਘ ਬਾਦਲ ਨੂੰ ਪੂਰਾ ਵੱਡਾ ਰਿਐਕਸ਼ਨ ਕਰਨਾ ਚਾਹੀਦਾ ਜੀ ਐਸਜੀਪੀਸੀ ਨੂੰ ਕਰਨਾ ਚਾਹੀਦਾ ਸੀ ਨੀ ਪ੍ਰਧਾਨ ਸਾਹਿਬ ਦਾ ਬਿਆਨ ਤਾਂ ਆਇਆ ਸੀ ਜਥੇਦਾਰ ਨੂੰ ਓਏ ਓਵੇਂ ਨਹੀਂ ਨਾ ਹਾਂ ਇੱਕ ਲੋਕ ਬਾਈਟ ਦੇ ਤੀ ਨਾ ਪਤਾ ਚੱਕਰ ਕੀ ਆ ਆਪਾਂ ਇਹ ਗੱਲ ਨੂੰ ਸਮਝੇ ਇੱਕ ਤਾਂ ਸਟੇਟਮੈਂਟ ਹੋਣੀ ਕਿਸੇ ਵੀ ਕੋਈ ਪ੍ਰਧਾਨ ਵੱਲੋਂ ਜਾਂ ਕਿਸੇ ਵੱਲੋਂ ਜਿਹੜਾ ਮਤਲਬ ਪਾਰਟੀ ਦਾ ਜਾਂ ਇੱਕ ਸੰਸਥਾ ਦਾ ਮੇਨ ਬੰਦਾ ਹੋਵੇ ਇਹ ਕਹਦਾ ਓਵੇਂ ਇੱਕ ਉਹਨੂੰ ਇਹ ਪ੍ਰਚਾਰ ਦੇ ਆ ਇਹ ਆਪਦੇ ਪ੍ਰੋਗਰਾਮ ਪ੍ਰਚਾਰ ਦੇ ਹਨ ਬਿਲਕੁਲ ਖਸ਼ੂਰੀ ਕਰਦੇ ਆ ਉਹਦੀ ਪੂਰੀ ਵੱਡੀ ਹਨਾ ਉਸ ਲੈਵਲ ਤੇ ਪੂਰਾ ਧੱਕੜ ਹੋਣਾ ਚਾਹੀਦਾ ਸੀ ਇਹ ਪਤਾ ਕੀ ਆ ਨਲੇ ਤਾਂ ਇਹ ਕਰ ਲੈਂਦੇ ਆ ਨਲੇ ਕਹਿੰਦੇ ਵੀ ਢਿੱਡ ਚ ਰਹੇ ਬਿਲਕੁਲ ਨਲਤਾ ਕਹਿੰਦੇ ਮੜਾ ਜਾ ਲੋਕ ਦਿਖਾਵਾ ਜਾ ਕਰਦਗੇ ਇਹ ਤਾਂ ਫਿਰ ਡਟਕੇ ਨਹੀਂ ਡਰਦੇ ਆ ਨਾ ਇਹ ਵੀ ਗੱਲ ਆ ਇਹ ਪਹਿਲੀ ਗੱਲ ਆ ਅਕਾਲੀ ਦਲ ਈਡੀ ਤੋਂ ਆ ਦੂਜੇ ਸਿਸਟਮ ਤੋਂ ਡਰੀ ਡਰੀ ਜਾਂਦੇ ਆ ਬਸ ਉਹ ਗੱਲ ਨਹੀਂ ਰਹੀ ਅਕਾਲੀ ਦਲ ਦੀ ਇਹ ਤੇ ਕਾਲ ਤੱਕ ਦੇ ਜਥੇਦਾਰ ਨੂੰ ਪੂਰਾ ਤਕੜਾ ਸਟਾਨਡ ਲੈਣਾ ਚਾਹੀਦਾ ਨਖੇਦੀ ਕਰਨੀ ਚਾਹੀਦੀ ਸੀ ਦੇਸ਼ ਦੇ ਗ੍ਰਹਿ ਮੰਤਰੀ ਦੀ ਪੂਰੀ ਮੈਨੂੰ ਤਾਂ ਇਹ ਲੱਗਦਾ ਸੀ ਵੀ ਉਹ ਅਕਾਲ ਤਖਤ ਸਾਬ ਦੇ ਪਲੇਟਫਾਰਮ ਤੋਂ ਖੜ ਕੇ ਇਕੱਠ ਕਰਕੇ ਹੂੰ ਹਣਾ ਜਦ ਪੰਜੇ ਤਖਤਾਂ ਦਾ ਸੰਘਾਂ ਦੀ ਮੀਟਿੰਗ ਹੋ ਕੇ ਇੱਕ ਪੂਰਾ ਤਕੜਾ ਸਟੇਟਮੈਂਟ ਆਉਣਾ ਚਾਹੀਦਾ ਸੀ ਵੱਡੇ ਲੈਵਲ ਤੇ ਇਹਹੀ ਕਾਰਨ ਆ ਕਿ ਅੱਜ ਐਸਜੀਪੀਸੀ ਹੋਵੇ ਹਮ ਜਸedar ਸਾਹਿਬ ਹੁਣ ਹਮ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਤੇ ਮੇਰੇ ਹਿਸਾਬ ਨਾਲ ਸ਼ਰਮਨਾਕ ਆ ਹਮ ਸਭ ਤੋਂ ਵੱਡੀ ਸਿੱਖਣ ਦੇ ਲਈ ਸ਼ਰਮ ਦੀ ਗੱਲ ਆ ਕਿ ਉਹਨਾਂ ਦੀ 100 ਸਾਲ ਪੁਰਾਣੀ ਸੰਸਥਾ ਹੋਵੇ ਹਮ ਅਕਾਲ ਤਖਤ ਦੇ ਜਸedar ਸਾਹਿਬ ਹੁਣ ਹਮ ਉਹਨਾਂ ਵੱਲੋਂ ਬਣਾਈ ਇੱਕ ਕਮੇਟੀ ਹੋਵੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਉਹਨਾਂ ਨੂੰ ਮਿਲਣ ਦਾ ਸਮਾਂ ਨਾ ਦੇ ਰਹੇ ਹੁਣ ਯਾਰ ਹੂੰ ਤੁਹਾਡੇ ਲਈ ਸ਼ਾਮ ਦੀ ਗੱਲ ਸਭ ਤੋਂ ਵੱਡੀ ਇਹ ਹੂੰ ਤੁਸੀਂ ਕਰ ਕੀ ਰਹੇ ਹੋ ਯਾਰ ਕਮੇਟੀ ਬਣਾ ਕੇ ਵੀ ਕੀ ਹੋਇਆ ਕਮੇਟੀ ਚ ਤੂੰ ਬੰਦੇ ਦੇਖ ਲਾ ਸਿੱਖਾਂ ਦੀ ਲੋਬਿੰਗ ਜ਼ੀਰੋ ਹੈ ਮਤਲਬ ਫਿਰ ਹਾਂ ਹਾਂ ਕੁਝ ਵੀ ਉਹੀ ਗੱਲ ਹੋਊਗੀ ਨਾ ਫਿਰ ਹੁਣ ਕੀ ਹਾਂ ਫਿਰ ਤੁਹਾਡੇ ਸਬੰਧ ਕਿੱਥੇ ਗਏ ਨਾ ਹੂੰ ਤੁਸੀਂ ਕਿਤੇ ਕਹਿੰਦੇ ਹੁੰਦੇ ਸਾਡਾ 9 ਮਾਸ ਦਾ ਰਿਸ਼ਤਾ ਜੀ ਇਹ ਤਾਂ ਹੂੰ ਤੇ ਅੱਜ ਤੁਹਾਡੇ 9 ਮਾਸ ਦੇ ਰਿਸ਼ਤੇ ਕਿੱਥੇ ਆ ਸੁਖਬੀਰ ਜੀ ਤੁਸੀਂ ਕਹਿੰਦੇ ਹੁੰਦੇ ਸੀ ਕਿ ਸਾਡੇ ਘਰ ਦੀ ਗੱਲ ਹੈ ਜੀ ਟਿਕਣਾ ਪੱਤਰਕਾਰ ਕੋਣ ਕਿੱਥੇ ਗਈਆਂ ਇੱਕ ਤਾਂ ਇੱਕ ਸਟੋਰੀ ਦੱਸਦਾ ਬਾਹਰ ਲੋਕਾਂ ਨੂੰ ਨਹੀਂ ਪਤਾ ਇਹ ਸਟੋਰੀ ਪਤਾ ਹੀ ਨਹੀਂ ਸ਼ਾਇਦ ਨਹੀਂ ਆਈ ਆਨ ਰਿਕਾਰਡ ਨਹੀਂ ਆਈ ਗੱਲ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆਗਾ ਉਦੋਂ ਜਿਹੜੇ ਉਹ ਨੇ ਛਟੋਪਾਦੇ ਜੀ ਸੁਦਾਰਥ ਛਟੋਪਾਦੇ ਆਏ ਡੀਜੀਪੀ ਡੀਜੀਪੀ ਸੀ ਨਾ ਉਹ ਸਾਡੇ ਡੀਜੀਪੀ ਰਹੇ ਨੇ ਉਹ ਜਿਹੜਾ ਇਹ ਬਾਦਲ ਕਾ ਸਾਰਾ ਜਦੋਂ ਕਹਿੰਦੇ ਸੀ ਟੂਟੀਆਂ ਵੀ ਗੱਲੀਆਂ ਆਏ ਗੱਲੀਆਂ ਉਹਨਾਂ ਨੂੰ ਡਿਊਟੀ ਦਿੱਤੀ ਗਈ ਸੀ ਵੀ ਬਾਹਰ ਜਾਓ ਭਾਈ ਬਾਹਰੋਂ ਸਾਰਾ ਕੁਝ ਇਹਨਾਂ ਦਾ ਚੈੱਕ ਕਰੋ ਜੀ ਕੀ ਕੁਛ ਆ ਬਕਾਇਦਾ ਇੱਕ ਇਹਨਾਂ ਦੀ ਫਾਈਲ ਤਿਆਰ ਆ ਹੂੰ ਉਹ ਫਾਈਲ ਗ੍ਰਹਿ ਮੰਤਰੀ ਕੋਲੇ ਵੀ ਹੋਊਗੀ ਪੱਕਾ ਹੀ ਹੋਊਗੀ ਕਿਉਂਕਿ ਉਹ ਫਾਈਲ ਉਦੋਂ ਮਨਮੋਹਨ ਸਿੰਘ ਕੋਲੇ ਗਈ ਸੀ ਜਿਹੜੇ ਉਦੋਂ ਪ੍ਰਧਾਨ ਮੰਤਰੀ ਸੀ ਜੀ ਤੇ ਮਨਮੋਹਨ ਸਿੰਘ ਨੇ ਕਾਰਵਾਈ ਕੈਪਟਨ ਕਹਿੰਦਾ ਸੀ ਕਿ ਕਰੋ ਇਹ ਸਾਰਾ ਪਰਦਾਫਾਸ਼ਕ ਇਹ ਵੀ ਸਟੋਰੀ ਸੀ ਹੂੰ ਦਾ ਮਰਮੂਣ ਸਿੰਘ ਨੇ ਤਾਂ ਨਹੀਂ ਕਰੀ ਸੀ ਜਿਹੜੇ ਡਾਕਟਰ ਮਰਮੂਣ ਸਿੰਘ ਦੇ ਪ੍ਰਧਾਨ ਮੰਤਰੀ ਸੀ ਵੀ ਇਹਨਾਂ ਨੇ ਕਹਿਣਾਗਾ ਵੀ ਸਾਨੂੰ ਓਵੇਂ ਬਦਨਾਮ ਕਰਦੇ ਇਹਨਾਂ ਕੋਈ ਤੁਸੀਂ ਇਹ ਮੈਸੇਜ ਕਰਦੇ ਇੱਕ ਨੂੰ ਗੱਲ ਐਡ ਕਰ ਦਾਂ ਹਾਂ ਹਾਂ ਪ੍ਰਕਾਸ਼ ਸਿੰਘ ਬਾਦਲ ਹੂੰ ਇਹ ਕਹਿੰਦੇ ਹੁੰਦੇ ਸੀ ਜੀ ਡਾਕਟਰ ਮਰਮੂਣ ਸਿੰਘ ਸਾਡੇ ਨਾਲ ਧੋਖਾ ਕਰਦੇ ਉਹ ਪੰਜਾਬ ਤੋਂ ਹੋ ਕੇ ਪੰਜਾਬ ਨੂੰ ਕੋਈ ਫੰਡ ਨਹੀਂ ਦਿੰਦੇ ਹੂੰ ਹੂੰ ਹਾਂ ਤਾਂ ਉਦੋਂ ਇੱਕ ਚਰਚਾ ਛਿੜੀ ਸੀ ਖਬਰੇ ਆਈ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਡਾਕਟਰ ਮਰਮੂਣ ਸਿੰਘ ਨੂੰ ਕਿਹਾ ਸੀ ਹੂੰ ਕੀ ਜੀ ਆਹ ਦੋ ਚਾਰ ਕੰਮ ਸਾਡੇ ਕਰੋ ਹੂੰ ਪੁਨਜੀ ਕੰਮ ਸੀ ਉਹ ਸ਼ਾਮ ਨੂੰ ਮੇਰੇ ਸੋਨ ਚ ਇਹ ਆਇਆ ਸੀ ਹੂੰ ਕਿ ਜੇਕਰ ਇਹ ਨਹੀਂ ਹੁੰਦੇ ਜਾਂ ਸਾਡੀ ਗੱਲ ਤੁਸੀਂ ਨਹੀਂ ਮੰਨਦੇ ਹੂੰ ਆਹ ਕੰਮ ਨਹੀਂ ਕਰਦੇ ਹੂੰ ਤਾਂ ਤੁਹਾਨੂੰ ਅਸੀਂ ਅਕਾਲ ਤੱਕ ਸਭ ਤੋਂ ਐਲਾਨ ਕਰਵਾ ਦਾਂਗੇ ਕਿ ਤੁਸੀਂ ਸਿੱਖ ਧਰਮ ਦੇ ਵਿੱਚੋਂ ਬਾਹਰ ਜਾਓ ਬਾਹਰ ਉਹੀ ਉਹੀ ਸਟੋਰੀ ਹੈ ਕਿ ਪਿੱਛੇ ਚੱਲ ਰਹੀ ਸੀ ਤਾਂ ਹੀ ਸ਼ਾਇਦ ਡਾਕਟਰ ਮਨਮੋਹਨ ਸਿੰਘ ਰੋਗੇ ਸੀ ਇਹਨਾਂ ਦਾ ਕੱਚਾ ਚਿੱਠਾ ਪੂਰਾ ਉਹ ਪਿਆਗਾ ਹੂੰ ਆ ਜਿਹੜਾ ਸਾਰਾ ਜਿਹੜਾ ਬਾਹਰ ਆ ਰਿਹਾ ਵੀ ਇੰਨੀ ਜ਼ਮੀਨ پارکੀ ਲੋਟ ਫਲਾਨਾ ਢਿੰਗੜ ਵਾਂਗੜ ਸਾਰਾ ਕੁਝ ਹੂੰ ਸਾਰਾ ਪਿਆ ਇਹਨਾਂ ਦਾ ਸਿਸਟਮ ਇਹ ਮੈਨੂੰ ਪੁੱਛਤਾ ਇੱਕ ਇੰਟਰਵਿਊ ਆ ਰਿਹਾ ਹੈ ਆਪਣਾ ਅ ਸ਼ਾਇਦ ਅਸੀਂ ਕਰ ਦਾਂਗੇ ਯਾਰ ਪਰ ਸੋਣੀ ਚਾਰਕ ਦਿਨਾਂ ਨੂੰ ਕਰ ਦਾਂਗੇ ਪੱਤਰਕਾਰਾਂ ਨਾਲ ਇੱਕ ਹੋਰ ਪੱਤਰਕਾਰਾਂ ਨਾਲ ਇੰਟਰਵਿਊ ਆ ਰਿਹਾ ਉਹ ਤੇ ਸੁਣ ਲੈਣ ਲੋਕ ਸੁਣ ਲੈਣ ਉਹ ਪੱਤਰਕਾਰ ਕਹਿੰਦਾ ਵੀ ਮੈਨੂੰ ਆਪ ਮੈਂ ਕੈਪਟਨ ਅਵਰਿੰਦਰ ਸਿੰਘ ਨੂੰ ਪੁੱਛਿਆ ਸੀ ਉਹ ਕਹਿੰਦਾ ਮੈਨੂੰ ਆਪ ਉਹਨਾਂ ਨੇ ਗੱਲ ਦੱਸੀ ਆ ਸਾਰੀ ਗੱਲ ਵੀ ਕਿਉਂ ਨਹੀਂ ਉਹ ਕਾਰਵਾਈ ਹੋਈ ਸੁਣ ਲੈਣ ਲੋਕ ਉਹਦੇ ਚ ਹਮ ਮਤਲਬ ਸਾਰਾ ਮਤਲਬ ਇਹ ਤਾਂ ਯਾਰ ਸਾਹਮਣੇ ਆਉਣੀ ਹੀ ਹੋਣਾ ਸਾਰੀਆਂ ਗੱਲਾਂ A ਤੋਂ Z ਯਾਰ ਸਾਹਮਣੇ ਆਉਣੀਆਂ ਹੀ ਆਉਣਗੀਆਂ ਫਿਰ ਆਪੀ ਹੀ ਠੀਕ ਆ ਫਿਰ ਆਪੀ ਵੀ ਭਗਵਾਨ ਜੀ ਵਰਨੇ ਸਟਰੋਂਗ ਹੋਣਾ ਜੋ ਤੁਸੀਂ ਪਹਿਲਾਂ ਗਲਤੀਆਂ ਕਰੀ ਗਿਆ ਅਗਲਾ ਤਾਂ ਫਿਰ ਕਰੂਗੀ ਬਿਲਕੁਲ ਹਾਂ ਠੀਕ ਆ ਉਹ ਅਗਲੇ ਦੀ ਅਗਲੇ ਦੀ ਸਲਾਹਤਾ ਜਾਂ ਅਗਲੇ ਦੀ ਨਲਾਈਕੀ ਆ ਉਹ ਲੋਕ ਲੋਕਾਂ ਨੇ ਉਹਨੂੰ ਦੱਸ ਦੇਣਾ ਠੀਕ ਹੈ ਸੋਨੂ ਬੀਤੀ 40 ਸਾਲਾਂ ਬਾਅਦ ਲੋਕ ਦੱਸ ਰਹੇ ਆ ਹੂੰ ਇੰਨਾ ਸਾਲ ਤਾਂ ਹੋ ਹੀ ਗਿਆ ਸਾਨੂੰ ਪੂਰਾ ਪੰਜਾਬ ਦੀ ਰਾਜਨੀਤੀ ਤੇ ਬਿਲਕੁਲ ਜੀ 70 ਤੋਂ ਲਾ ਲਓ 70 ਤੋਂ ਲਾ ਲਓ ਠੀਕ ਐ ਸਾਨੂੰ ਦੱਸ ਰਹੇ ਆ ਉਹ ਨੂੰ ਵੀ ਦੱਸ ਦੇਣਾ ਉਹਨੂੰ ਉੱਦੇ ਸਮੇਂ ਜੀ ਦੱਸ ਦੇਣਾਗਾ ਹੂੰ ਹਾਂ ਤਾਂ ਜੇ ਉਹ ਵਧੀਆ ਕਰੂ ਭਾਈ ਲੋਕ ਆਪੇ ਉਹਨੂੰ ਵਧੀਆ ਕਹਿਣਗੇ ਬਿਲਕੁਲ ਜੀ ਬਿਲਕੁਲ ਜੋ ਵਧੀਆ ਕਰੂਗਾ ਲੋਕ ਉਹਨੂੰ ਆਪੇ ਵਧੀਆ ਕਹਿਣਗੇ ਹੁਣ ਇੱਕ ਗੱਲ ਉਹਨਾਂ ਨੇ ਕਹੀ ਸੁਖਵੀਰ ਸਿੰਘ ਬਾਦਲ ਨੇ ਹੂੰ ਉਹ ਕਹਿੰਦੇ ਵੀ 84 ਹੋਇਆ ਉਹ ਤੋਂ 6 ਮਹੀਨਾ ਬਾਅਦ ਇਹਨਾਂ ਨੇ ਸਰਕਾਰ ਬਣਾਤੀ ਕਾਂਗਰਸ ਦੀ ਹੂੰ 7 ਸਾਲਾਂ ਬਾਅਦ ਫੇਰ ਸਰਕਾਰ ਬਣਾਤੀ 92 ਚ ਬੰਦ ਸਿੰਘ ਦੀ ਹੈ ਭਈ ਤੁਸੀਂ ਛੋਡੀ ਤਾਂ ਛੋਡੀ ਵੀ ਬਣਾਈ ਤੈਨਾਂ ਰੀ ਰੋਕਾਂ ਨੇ ਹੂੰ ਠੀਕ ਹੈ ਨਾ ਉਹਨਾਂ ਨੂੰ ਤਾਂ ਉਹਨਾਂ ਨੂੰ ਉਹੋ ਜੀ ਸਜ਼ਾ ਵੀ ਮਿਲੀ ਆ ਲੋਕ ਉਹਨਾਂ ਨੂੰ ਲੋਕਾਂ ਦੇ ਲੋਕ ਕਦੇ ਉਹ ਕਾਂਗਰਸ ਨੂੰ ਉਵੇਂ ਨਹੀਂ ਰਿਸਪੈਕਟ ਕਰਦੇ ਜਿਵੇਂ ਹਾਂ ਨਹੀਂ ਉਹਨੂੰ ਕਿ ਜੇਕਰ ਜਿਹੜੀ ਰਿਸਪੈਕਟ ਅਕਾਲੀ ਦਲ ਨੂੰ ਮਿਲਦੀ ਸੀ ਕਾਂਗਰਸ ਨੂੰ ਕਦੇ ਨਹੀਂ ਮਿਲੀ ਨਹੀਂ ਜੇਕਰ ਕਾਂਗਰਸ ਸਰਵਾਈਵ ਕਰ ਗਈ ਹਾਂ ਉਹ ਸਰਕਾਰਾਂ ਬਣਾ ਗਈ ਤੇ ਤੁਹਾਡੀ ਨਲਾਇਕੀ ਹੈ ਜੀ ਤੁਹਾਡੀ ਨਲਾਇਕੀ ਆ ਫਿਰ ਦੂਜੀ ਗੱਲ ਉਹ ਰਿਸਪੈਕਟ ਕਾਂਗਰਸ ਨੂੰ ਕਦੇ ਨਹੀਂ ਮਿਲੀ ਜੋ ਅਕਾਲੀ ਦਲ ਨੂੰ ਮਿਲਦੀ ਸੀ ਪਰ ਜੋ ਨਫਰਤ ਅਜ ਅਕਾਲੀ ਦਲ ਨੂੰ ਉਹ ਵੀ ਸ਼ਾਇਦ ਕਿਸੇ ਨੂੰ ਫਿਰ ਨਹੀਂ ਹੋਣੀ ਕਿਉਂਕਿ ਲੋਕਾਂ ਨੇ ਯਾਰ ਤੁਸੀਂ ਗਾਹ ਵਾਲੇ ਬੰਦਿਆਂ ਲਈ ਵੀ ਸਪੇਸ ਨਹੀਂ ਛੱਡੀ ਜਿਹੜਾ ਕੋਈ ਗਾਂ ਕੋਈ ਨਵਾਂ ਅਕਾਲੀ ਦਲ ਬਣਾਉ ਜਾਂ ਸੋਡੀ ਪਾਰਟੀ ਦਾ ਕੋਈ ਨਾ ਉਹਦੇ ਲਈ ਕਿੰਨਾ ਔਖਾ ਹੋਊਗਾ ਖੜਾ ਕਰਨਾ ਸਿਸਟਮ ਜਾਂ ਕੁਝ ਵੀ ਆ ਤੁਸੀਂ ਬਦਨਾਮ ਕਰਕੇ ਰੱਖਤਾ ਹੈ ਸਾਰਾ ਸਿਸਟਮ ਤੇ ਦੂਜੇ ਜਿਹੜਾ ਤੁਸੀਂ ਦੇਖੋ ਦੂਜੀਆਂ ਸਾਉਥ ਦੀਆਂ ਪਾਰਟੀਆਂ ਕਿੱਥੇ ਦੀ ਕਿੱਥੇ ਪਹੁੰਚ ਗਈ ਦੇਣ ਇਹਨਾਂ ਦੀ ਆ ਹੂੰ ਦੇਣ ਅਕਾਲੀ ਦਲ ਦੀ ਆ ਪੰਜਾਬ ਨੂੰ ਥੱਲੇ ਵੱਲ ਨਿਘਾਰ ਵੱਲ ਲੈ ਕੇ ਜਾਣਾ ਅੱਜ ਜੇ ਭਗਵੰਤ ਮਾਨ ਮੁੱਖ ਮੰਤਰੀ ਆ ਇਹਨਾਂ ਕਰ ਕੀ ਆ ਭਾਰਤ ਦੀਆਂ ਦੋ ਸਭ ਤੋਂ ਪੁਰਾਣੀਆਂ ਪਾਰਟੀਆਂ ਹਾਂ ਕਾਂਗਰਸ ਤੇ ਸ਼੍ਰੋਮਣੀ ਕਾਲ ਦਲ ਹਾਂ ਉਹ ਸੂਚੀ ਸੀ ਤੇ ਅੱਜ ਪੰਜਾਬ 'ਚ ਕੀ ਹਾਲਾਤ ਹੋ ਗਏ ਤੁਹਾਡੇ ਕੋਲੇ ਇੱਕ ਐਮਐਲਏ ਆਪਦਾ ਉਹ ਵੀ ਤੁਹਾਡਾ ਹੈ ਨਹੀਂ ਇੱਕ ਹਿਸਾਬ ਨਾਲ ਤਾਂ ਹੁਣ ਕਿਉਂਕਿ ਤੁਸੀਂ ਇਹ ਦੇਖੋ ਨਾਰਾਜ ਨੇ ਜੇਠੀਆ ਸਾਹਿਬ ਵੀ ਅੰਦਰ ਖਾਤੇ ਇਹਨਾਂ ਦੇ ਨਾਲ ਹਾਂ ਨਾਲੇ ਪਰਿਵਾਰਕ ਰਿਸ਼ਤੇ ਨੇ ਹਾਂ ਇਆਲੀ ਸਾਹਿਬ ਵੀ ਨਰਾਜ ਆ ਉਹ ਬਹੁਤ ਆ ਯਾਰ ਮੈਂ ਨਾ ਆਪਾਂ ਉਹਨੂੰ ਤੁਸੀਂ ਨਾਮ ਲੈ ਲਓ ਬਥੇਰੇ ਬੰਦੇ ਨੇ ਹਾਂ ਬਲਵਿੰਦਰ ਸਿੰਘ ਭੁੰਦੜ ਹੋ ਗਏ ਮੈਂ ਤੁਹਾਨੂੰ ਦੱਸ ਦਿੰਨਾ ਸਕੰਦਰ ਸਿੰਘ ਮਲੂਕਾ ਹੋ ਗਏ ਮਨਪ੍ਰੀਤ ਸਿੰਘ ਯਾਲੀ ਵਿਕਰਮ ਮਜੀਠੀਆ ਚੰਦੂ ਮਾਇਰਾ ਇਹ 5 6 ਬੰਦੇ ਨੇ ਜਿਹੜੇ ਅੰਦਰ ਖਾਤੇ ਬਹੁਤ ਨਰਾਜ ਨੇ ਇਹਨਾਂ ਨਾਲੋਂ ਈਵਨ ਕਿ ਬਲਵਿੰਦਰ ਸਿੰਘ ਭੁੰਦੜ ਦਾ ਕਈ ਲੋਕਾਂ ਨੂੰ ਸਰਪ੍ਰਾਈਜ਼ ਲੱਗਣਾ ਪਰ ਉਹ ਬੰਦਾ ਨਰਾਜ ਆ ਯਾਰ ਉਹ ਤਾਂ ਹੀ ਤਾਂ ਉਹ ਸਟੇਜ ਤੇ ਬੋਲ ਕੇ ਗਿਆ ਉਹਦਾ ਇੰਟਰਵਿਊ ਕਰਿਆ ਬਹੁਤ ਸਾਰੀਆਂ ਗੱਲਾਂ ਆਈਆਂ ਬਹੁਤ ਕੁਝ ਹੋ ਰਿਹਾ ਹੈਗਾ ਉਹਨਾਂ ਦੀਆਂ ਵੀ ਗਲਤੀਆਂ ਇਹ ਨਹੀਂ ਵੀ ਇੱਥੇ ਕੋਈ ਹਨੇ ਮਲੂਕੇ ਨੂੰ ਜਾਂ ਵਿਕਰਮਜੀਤ ਕੇ ਨੂੰ ਜਾਂ ਭੁੰਦਰ ਨੂੰ ਆਪਾਂ ਕਲੀਨ ਚਿੱਟ ਦੇਤੀ ਉਹਨਾਂ ਦੀਆਂ ਵੀ ਗਲਤੀਆਂ ਗਈਆਂ ਰਤਨ ਜੀ ਤੁਸੀਂ ਇਹ ਦੇਖੋ ਪਹਿਲਾਂ ਖਬਰ ਆਈ ਸੀ ਕਿ ਜਿਹੜਾ ਸ਼੍ਰੋਮ ਨੇ ਅਕਾਲ ਦਲ ਸਯੁਕਤ ਬਣਿਆ ਸੀ ਠੀਕ ਸਾਗ ਰੂਪਨਾ ਇਹਨਾਂ ਦੇ ਇੱਕ ਇੱਕ ਵੱਡੇ ਲੀਡਰ ਨੇ ਯਾਰ ਪਿਛਲੇ ਪਿੱਛੇ ਉਹ ਬੀਜੇਪੀ ਨਾਲ ਉਹ ਮੀਟਿੰਗ ਕਰ ਗਏ ਸੀਗੇ ਇੱਕ ਨੇ ਨਹੀਂ ਦੋ ਤਿੰਨ ਕਰ ਗਏ ਸੀ ਹਮ ਇਲੈਕਸ਼ਨਰ ਟਾਈਮ ਭਾਈ ਬਲੇ ਬੜੀਆਂ ਤਕੜੀਆਂ ਤਕੜੀਆਂ ਮੀਟਿੰਗਾਂ ਹੋ ਜਾਣੀਆਂ ਸੀ ਉਹ ਚਲੋ ਨਹੀਂ ਉਹਨਾਂ ਦੀ ਉਹੋ ਜਿਹੀ ਬਣੀ ਜਿਆਦਾ ਅਗਲੇ ਇੱਕ ਨੇ ਤਾਂ ਸਾਨੂੰ ਦੱਸ ਵੀ ਦਿੱਤਾ ਸੀਗਾ ਉਹ ਕਹਿੰਦੇ ਵੀ ਇਹ ਅਕਾਲੀ ਦਲ ਦੇ ਲੀਡਰ ਮੂੰਹ ਹੀ ਬਾਲਾ ਖੋਲਦੇ ਆ ਨਹੀਂ ਤਾਂ ਅਸੀਂ ਇਹਨਾਂ ਨੂੰ ਲੈ ਜਾਣਾ ਸੀਗਾ ਆਪਦੇ ਵਾਲੇ ਪਾਸੇ ਇਹ ਤਾਂ ਵੱਡੀ ਗੱਲਬਾਤ ਵੱਡੀ ਰੱਖ ਰਹੇ ਸੀ ਅੱਛਾ ਹਾਂ ਘਰ ਮੱਖੀ ਮੱਖੀ ਵੜ ਗਈ ਨੇ ਮੂੰਹ ਹੀ ਤਾਂ ਹਰਾ ਹਾਂ ਮੱਖੀ ਕੀ ਛੱਤਾ ਹੀ ਛੱਤਾ ਫੜ ਗਿਆ ਉਹ ਪਰੰਡਾਂ ਦਾ ਇਹਦਾ ਸਾਰਾ ਇਹਦਾ ਮੂੰਹ ਖੋਲਦੇ ਸੀ ਮਤਲਬ ਯਾਰ ਇਹ ਇਹਨਾਂ ਦਾ ਗਿਆ ਕੰਮ ਹੂੰ ਹਾਂ ਇਹਨਾਂ ਦਾ ਕੰਮ ਗਿਆ ਆ ਪਾਉਣੇ ਹੁਣ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਚੌਥਾ ਸੰਮਣ ਪਹੁੰਚ ਗਿਆ ਹੂੰ 18 ਜਨੋ ਬ੍ਰੀਨੂ ਹਮ ਹੁਣ ਖਬਰਾਂ ਹੈ ਕਿ ਉਹ ਤਾਂ ਜੀ 18 ਜਨਵਰੀ ਤੋਂ ਲੈ ਕੇ 20 ਤੱਕ ਗੋਆ ਜਾ ਰਹੇ ਹਮ ਲੱਗਦਾ ਹੈ ਕਿ ਵੀ ਨਹੀਂ ਉਕੀ ਜਾਣਗੇ ਹਮ ਚਲੋ ਦੇਖੋ ਕੀ ਬਣਦਾ ਹੈ ਹਾਂ ਪਰ ਮੈਨੂੰ ਤਾਂ ਯਾਰ ਇਹ ਗੱਲ ਦਾ ਅੱਜ ਗੱਲ ਕਰੀ ਜਣਾ ਹੁਣ ਥੋੜਾ ਜਿਹਾ ਗੁੱਬਗਲਾਟ ਆਪਾਂ ਨੂੰ ਕੱਢ ਹੀ ਲੈਣਗੇ ਕੱਢ ਹੀ ਲੈਣਾ ਹੈ ਠੀਕ ਹੈ ਜੀ 117 ਸੀਟਾਂ ਪੰਜਾਬ ਦੀਆਂ 13 ਲੋਕ ਸਭਾ ਤੁਸੀਂ 13 ਸੀਟਾਂ ਨੂੰ ਕੰਟਰੋਲ ਨਹੀਂ ਕਰ ਸਕਿਆ ਇਹ ਤ੍ਰਿਪਾਤੀ ਪੰਜਾਬ ਦੀ ਹਮ ਤੁਸੀਂ ਸਭ ਤੋਂ ਵੱਡਾ ਆਈਡੀਆ ਪੰਥਕ ਆਈਡੀਆ ਨੂੰ ਤੁਸੀਂ 1996 ਚ ਡ੍ਰੌਪ ਕਰਦੇ ਹੋ ਤੁਸੀਂ ਇਹਨੂੰ ਪੰਜਾਬੀ ਪਾਰਟੀ ਬਣਾਉਣੀ ਆ। ਉਦੋਂ ਬਾਅਦ ਤੁਸੀਂ ਦੱਸ ਦਿਓ ਛੋਟੀ ਦੇਣ ਕੀ ਆ। ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਉਹ ਕਰਤਾ ਡਵੈਲਪਮੈਂਟ ਕਰਾਤੀ। ਯਾਰ ਇਹ ਡਵੈਲਪਮੈਂਟ ਕਰਾਤੀ ਲੋਕਾਂ ਦੇ ਆਸਾਨ ਦੁੜੀ ਕਰਿਆ ਕੋਈ। ਤੁਸੀਂ ਇਹ ਆਸਾਨ ਕਰਕੇ ਨਹੀਂ ਹਾਂ ਜੇ ਤੁਸੀਂ ਇਹ ਗੱਲ ਕਰਦੇ ਹੋ ਵੀ ਅਸੀਂ ਮਤਲਬ ਵੀ ਸਿੱਖਾਂ ਦੀਆਂ ਤੇ ਆ ਸਿੱਖ ਜਗ੍ਹਾ ਬਚਾਈਆਂ। ਠੀਕ ਆ ਭਾਈ ਤੁਹਾਨੂੰ ਸ਼ਾਬਾਸ਼ ਆ ਜੇ ਤੁਸੀਂ ਕੋਈ ਯਾਦਗਾਰ ਬਣਾਈ ਬਚਾਈਆਂ ਨਹੀਂ ਸੌਰੀ ਯਾਦਗਾਰ ਬਣਾਈ। ਪਰ ਜਿਹੜਾ ਨੂੰ ਇਨਸਾਫ ਦਿਵਾਉਣਾ ਸੀ ਉਹਨਾਂ ਦੀ ਗੱਲ ਕਿੱਥੇ ਸੀ ਹੂੰ ਮੈਨੀਫੈਸਟੋ ਦੇ ਵਿੱਚ ਇੱਕ ਮੇਨ ਪੁਆਇੰਟ ਸੀ ਵੀ 97 ਵਾਲੀ ਸਰਕਾਰ ਦੇ ਵਿੱਚ ਵੀ ਅਸੀਂ ਜਿਹੜੇ ਖਲੜਾ ਸਾਹਿਬ ਜਾਂ ਜਿੰਨੇ ਵੀ ਜਥੇਦਾਰ ਖੁੱਡੀਆਂ ਜਥੇਦਾਰ ਕੌਂਕੇ ਜਿੰਨੇ ਨੌਜਵਾਨ ਉਹਨਾਂ ਦਾ ਮਤਲਬ ਦੱਸਣਾ ਹੁਣ ਇਹ ਕਹਿੰਦੇ ਨੇ ਕਿ ਬਿਆਨ ਦਿੰਦੇ ਨੇ ਤੁਸੀਂ ਇਹਨਾਂ ਦਾ ਸਾਰਾ ਸੁਣੋ ਵੀ ਉਹਨਾਂ ਦੇ ਚੱਲ ਰਹੇ ਨੇ ਕੇਸ ਜੀ ਉਹਨਾਂ ਉਹ ਫਾਸਟ ਟਰੈਕ ਕੋਟਾ ਬਣਾਉਦੇ ਤੁਸੀਂ ਅਫਸਰਾਂ ਨੂੰ ਦਾ ਤੁਸੀਂ ਯਾਰ ਡੀਜੀਪੀ ਸੁਮੇਤ ਸਿੰਘ ਸੈਣੀ ਨੂੰ ਤੁਸੀਂ ਡੀਜੀ ਮਤਲਬ ਉਹ ਲਾ ਕੇ ਐਸਐਸਪੀ ਨੂੰ ਡੀਜੀਪੀ ਬਣਾ ਕੇ ਸਾਰਾ ਸਿਸਟਮ ਜਿਹੜੇ ਬੰਦੇ ਤੇ ਮੇਨ ਰੋਪ ਲੱਗਦੇ ਨੇ ਹੂੰ ਮਤਲਬ ਖਾਲੜਾ ਸਾਹਿਬ ਨੂੰ ਲੈ ਕੇ ਜਾਂ ਹੋਰ ਕਿੰਨੇ ਮੁੰਡਿਆਂ ਨੂੰ ਲੈ ਕੇ ਮੇਨ ਰੋਪ ਨੇ ਉਹ ਬੰਦੇ ਤੇ ਉਹਨੂੰ ਤੁਸੀਂ ਐਂ ਕਰੀਗੇ ਫੇਰ ਹੁਣ ਇੱਕ ਅੰਦਰ ਅੰਦਰਲਾ ਇੱਕ ਨੈਰੇਟਿਵ ਚੱਲਿਆ ਇੱਕ ਅੰਦਰ ਨੈਰੇਟਿਵ ਛੱਲਿਆ ਵੀ ਬਹੁਤ ਘੱਟ ਗੱਲਾਂ ਸੀ ਜਿਹੜੀਆਂ ਬਾਦਲਾਂ ਦੇ ਹੱਥ ਸੀ ਸਾਡੀ ਬੀਜੇਪੀ ਨਾਲ ਉਹ ਸੀ ਤਾਂ ਵੀ ਰੀਪੀ ਹੁਣੇ ਚਲਾ ਰਹੇ ਨੇ ਡੀਜੀਪੀ ਸੁਮੇਤ ਸਿੰਘ ਸੈਣੀ ਨੂੰ ਲੈ ਕੇ ਕੇ ਨੈਰੇਟਿਵ ਛੱਡ ਰਹੇ ਨੇ ਵੀ ਹਟਾਈ ਤੁਸੀਂ ਪਾਸੇ हट ਜਾਂਦੇ ਦੱਸਦੇ ਤੁਸੀਂ ਲੋਕਾਂ ਨੂੰ ਨਹੀਂ ਲਿਸਟ ਸਜਣਾ ਤੁਸੀਂ ਭੇਜੀ ਹੋਗੀ ਕਿਉਂਕਿ ਇਹ ਚੋਣਾਂ ਦੇ ਨਾ ਇਥੋਂ ਤਿੰਨ ਬੰਦੇ ਲਿਸਟ ਭੇਜੀ ਜੀਪੀ ਵਾਸਤੇ ਉਹ ਸਾਰਾ ਕੁਝ ਛੱਡਦੇ ਉਹਦਾ ਆਪਾਂ ਨੂੰ ਦਿਖਾਉਣ ਖਾਤਰ ਆ ਨਾ ਲੋਕਾਂ ਨੂੰ ਲਿਸਟਾਂ ਹੋ ਗਿਆ ਜੀਆਂ ਐ ਹੋ ਗਿਆ ਉਮੀਦਵਾਰ ਕਹਿੰਦੇ ਆ ਵੀ ਅਸੀਂ ਇਕੱਠੇ ਬਹਿ ਕੇ ਚੁਣਦੇ ਆ ਵੀ ਮੁੱਖ ਮੰਤਰੀ ਕਿਨ ਬੋਟਿੰਗ ਹੁੰਦੀ ਆ ਕੁਝ ਵੀ ਆ ਸਾਰੀਆਂ ਪਾਰਟੀਆਂ ਉਹੋ ਜੀਆਂ ਗੱਲਾਂ ਛੱਡਦੇ ਪਰ ਗੱਲ ਇਹ ਆ ਵੀ ਅਲਟੀਮੇਟ ਰਿਜ਼ਲਟ ਤਾਂ ਇਹ ਕਨਕਲੂਜ਼ਨ ਆਫ ਦੀ ਸਟੋਰੀ ਇਹ ਨਿਕਲਦਾ ਵੀ ਤੁਸੀਂ ਸੱਤਾ ਪ੍ਰਾਪਤੀ ਲਈ ਸੀ ਤੁਸੀਂ ਛੱਡ ਦਿੰਦੇ ਤੁਸੀਂ ਕਹਿੰਦੇ ਸਾਡਾ ਗਠਵੰਡਨ ਟੁੱਟਿਆ ਜੇ ਡੀਜੀਪੀ ਨੂੰ ਲਾਉਣਾ ਜੇ ਤੁਸੀਂ ਅੱਜ ਇਹ ਗੱਲ ਕਹਿ ਰਹੇ ਹੋ ਵੀ ਬੀਜੇਪੀ ਵਾਲੇ ਲਾਗੇ ਸਰ ਗੱਲ ਆਉਂਦੀ ਹੈ ਗੱਠਸ ਦੀ ਹਾਂ ਨਹੀਂ ਵੀ ਸੱਤਾ ਪ੍ਰਾਪਤੀ ਲਈ ਆਹਾਰਾ ਕੋ ਹਾਂ ਤੁਹਾਡਾ ਧਾਰਮ ਲਈ ਤੁਹਾਡਾ ਪੰਥਕ ਸੋਚ ਲਈ ਤੁਸੀਂ ਐਸਜੀਪੀਸੀ ਨੂੰ ਹੁਣ ਜੇ ਅੱਜ ਦੀ ਘੜੀ ਇਹ ਕਹਿੰਦੇ ਨੇ ਹੁਣ ਇਹਨਾਂ ਨੇ ਬੜਾ ਮਤਲਬ ਸਪੀਚ ਤਾਂ ਦਿੱਤੀ ਪਰ ਸਪੀਚ ਦੇ ਤੇ ਕਾਊਂਟਰ ਸਵਾਲ ਕਿੰਨੇ ਨੇ ਹੁਣ ਸਾਨੂੰ ਮੌਕਾ ਦੇਣ ਅਸੀਂ ਕਿਹਾ ਇਹਨਾਂ ਨੂੰ ਕਰੀ ਵੀ ਇੱਕ ਦਿਨ ਬੇਨਤੀ ਵੀ ਦੋ ਮੌਕੇ ਹੂੰ ਪਤਾ ਨਹੀਂ ਤਾਂ ਹੀ ਨਹੀਂ ਮੌਕੇ ਦੇ ਇਹਨਾਂ ਨੂੰ ਪੰਥਕ ਸਵਾਲ ਜੇ ਹੋਣਗੇ ਮਤਲਬ ਹੁਣ ਕਹਿੰਦੇ ਆ ਵੀ ਹਰਿਆਣਾ ਕਮੇਟੀ ਬਣ ਗਈ ਕਿਹਦੇ ਕਰਕੇ ਬਣੀ ਜੀ ਤੁਹਾਡੇ ਕਰਕੇ ਤੁਹਾਡੇ ਕੋਲੇ ਜਵਾਬ ਕੀ ਆ ਕੀਦੇ ਕਰਕੇ ਬਣੀ ਦਿੱਲੀ ਕਮੇਟੀ ਬਣੀ ਕਿਹਦੇ ਕਰਕੇ ਕਹਿੰਦੇ ਵੀ ਹਜੂਰ ਸਾਹਿਬ ਗੁਰੂ ਘਰ ਦੇ ਉੱਤੇ ਕਬਜ਼ਾ ਗੋਲਿਆ ਸੁਖਵੀਰ ਸਿੰਘ ਬਾਦਲ ਬੋਲਿਆ ਨਾ ਸਪੀਚ ਦੇ ਉੱਤੇ ਵੀ ਸ਼ਕਤੀਆਂ ਦਾ ਕਬਜ਼ਾ ਇਦਾਂ ਕਿਹਦੇ ਕਰਕੇ ਆ ਉਹ ਤੁਸੀਂ ਸਰਕਾਰੀ ਤੰਤਰ ਸੰਭਲਿਆ ਪਰ ਪੰਥਕ ਤੰਤਰ ਤੇ ਤੁਸੀਂ ਜਿਵੇਂ ਨਿਗਾ ਹੀ ਨਹੀਂ ਮਾਰੀ ਪਤਾ ਹੀ ਕੋਸ਼ਿਸ਼ ਨਹੀਂ ਕੀਤੀ ਜਿੰਨੀਆਂ ਰੂਸੀਆਂ ਵੀਆਂ ਤਰ੍ਹਾਂ ਸੀ ਹਮ ਅਕਾਲੀ ਦਲ ਅੰਮਰਸਾਰ ਅਗਰਚਰਨ ਸਿੰਘ ਟੌੜਾ ਪਹਿਲਾਂ ਨਾਲ ਸੀ ਰਜੀਤ ਸਿੰਘ ਯਾਰ ਕੁਝ ਵੀ ਸੀ ਉਹ ਤਾਂ ਹੀ ਸੀ ਨਾ ਜੇ ਪਹਿਲੇ ਦਿਨਾਂ ਤੋਂ ਹੀ ਸੱਤਾ ਪ੍ਰਾਪਤੀ ਨੂੰ ਮੁੱਖ ਮੰਤਰੀ ਨੂੰ ਕੁਰਸੀ ਰੱਖਿਆ ਗਿਆ ਜੇ ਅਕਾਲੀ ਦਲ ਇੱਕ ਫੰਡਾਮੈਂਟਲ ਗੱਲ ਉਹ ਗੱਲ ਤੇ ਉੱਤੇ ਚੱਲਦਾ ਜਿਹੜੀ ਜੀ ਨੂੰ ਲੈ ਕੇ ਬਣਾ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਇਹਨਾਂ ਨਾਲ ਹੀ ਖੜਦੇ ਭਾਈ ਹਮ ਸਾਹੂ ਸੱਚ ਹੈਗੀ ਐਗਜ਼ੈਂਪਲ ਚੱਕੋ ਯਾਰ ਆਪ ਦਾ ਕਲਚਰ ਬਚਾਗੇ ਅਗਲੇ ਆਪਦੇ ਕੱਪੜੇ ਬਚਾਗੇ ਆਪਦੀ ਬੋਲੀ ਬਚਾਗੇ ਆਪਦੀ ਰੋਟੀ ਬਚਾਗੇ ਖਾਣਾ ਉਹਨਾਂ ਦਾ ਉਹੀ ਗਾਉਂਦੇ ਨੇ ਉਹ ਆਪਣੇ ਦਾ ਕੁਝ ਸਿਸਟਮ ਹੀ ਨਹੀਂ ਜੇ ਹੁਣ ਸਵਾਲ ਉਹ ਕਰਦੇ ਆ ਆਖਰਕਾਰ ਨੂੰ ਇਹ ਪਹਿਲਾਂ ਇੱਕ ਨੈਰੇਟਿਵ ਆਪਾਂ ਚਲਦੇ ਨੇ ਵੀ ਸਰਕਾਰਾਂ ਦਾ ਨਹੀਂ ਦੇਣ ਮੈਨੂੰ ਪਾਰਟੀਆਂ ਦਾ ਖੇਤਰੀ ਪਾਰਟੀਆਂ ਦਾ ਵੱਡਾ ਯੋਗਦਾਨ ਹੁੰਦਾ ਤੇ ਇਹਨਾਂ ਨੇ ਕੁਝ ਯੋਗਦਾਨ ਨਹੀਂ ਕੀਤਾ ਸਟੇਟ ਲੈ ਬਾਰਲੇ ਚੀਜ਼ਾਂ ਆਏ ਇਹ ਬ੍ਰਾਂਡ ਆਏ ਜਾਂ ਸਟੋਰ ਆਏ ਉਹਨਾਂ ਦੇ ਲਈ ਜ਼ਮੀਨ ਕਿਹੜੇ ਬੰਦੇ ਨੇ ਦਿੱਤੀ ਸੀ ਹਾਂ ਹਾਂ ਕਿਹੜੇ ਕਿਹੜਾ ਨੇ ਜ਼ਮੀਨਾਂ ਖਰੀਦੀਆਂ ਕਿੰਨੇ ਕੋਲੇ ਸਭ ਤੋਂ ਮਹਿੰਗੀ ਜਿਹੜੀ ਜ਼ਮੀਨ ਸੀ ਇੱਥੇੋਂ ਬਣਿਆ ਹੋਇਆ ਸੀ ਸਟੋਰੇਜ ਆ ਉਹਦਾ ਕਿਰਾਇਆ ਕਰੋੜਾਂ ਚੋਂ ਸੀ ਬਾਗਲ ਪਰਿਵਾਰ ਨੂੰ ਇੱਥੋਂ ਤੱਕ ਵੀ ਨਹੀਂ ਜਿਹੜੇ ਆ ਜਿਵੇਂ ਫੈਕਟਰੀ ਆਊਟਲੈਟ ਮਾਲ ਆ ਬਣੇ ਮਾਲ ਬਣ ਸਾਰਾ ਕੁਝ ਹੋਵੇ ਜਿਵੇਂ ਦੁਨੀਆਂ 'ਚ ਡਵੈਲਪਮੈਂਟ ਹੋ ਰਹੀ ਆ ਪੰਜਾਬ 'ਚ ਵੀ ਉਹ ਚੀਜ਼ ਹੋਣ ਦਬਈ ਵਾਲਿਆਂ ਨੇ ਬਹੁਤ ਸਾਰੀਆਂ ਚੀਜ਼ਾਂ ਕਰ ਲਈਆਂ ਨਾ ਪਰ ਉੱਥੇ ਤੁਹਾਨੂੰ ਥੋੜਾ ਕਲਚਰ ਦੇਖਣ ਨੂੰ ਤਾਂ ਮਿਲੇ ਨਾ ਉਹ ਕੀਨੇ ਕਰਨਾ ਸੀ ਜੇ ਇਹ ਗਰਾਊਂਡ ਲੈਵਲ ਤੇ ਹੁੰਦੇ ਹੂੰ ਤੁਸੀਂ ਉੱਥੇ ਦਬਈ ਵਗੈਰਾ ਜਾਂਦੇ ਹੋ ਮੋਲਾਂ ਚ ਉਹਨਾਂ ਦਾ ਆਪ ਦਾ ਕਿੱਡਾ ਕਲਚਰ ਆ ਯਾਰ ਬੁੱਲੀ ਨੂੰ ਲੈ ਕੇ ਖਾਣੇ ਨੂੰ ਲੈ ਕੇ ਉਹ ਪ੍ਰਮੁੱਖ ਤੌਰ ਤੇ ਰੱਖਦੇ ਨੇ ਨਲੇ ਉਹਨਾਂ ਦਾ ਟੂਰਿਸਟ ਸਪੌਟ ਆ ਫਿਰ ਉਹਨਾਂ ਦਾ ਪਹਿਰਾਵੇ ਨੂੰ ਲੈ ਕੇ ਹੂੰ ਠੀਕ ਆ ਜੀ ਦਬਈ ਵਾਲਿਆਂ ਨਾਲੋਂ ਸ਼ੇਖਾਂਆਂ ਨਾਲੋਂ ਤਾਂ ਨਹੀਂ ਕੋਈ ਅਮੀਰ ਹੋ ਉਹਨਾਂ ਦਾ ਪਹਿਰਾਵਾ ਦੇਖੋ ਜਾਂ ਕੀ ਦੇਖੋ ਸਿਸਟਮ ਤੇ ਇਹਨਾਂ ਨੇ ਕੀ ਕਰਿਆ ਤੁਸੀਂ ਦੇਖੋ ਇੱਕ ਵਾਰ ਨਾ ਬੀਬਾ ਹਰਸ਼ੀਮਤ ਕੌਰ ਬਾਦਲ ਵਿਦੇਸ਼ ਗਈ ਸੀ ਹੂੰ ਉਹਨਦੀ ਇੱਕ ਤਸਵੀਰ ਵਾਇਰਲ ਹੋ ਗਈ ਸੀ ਦबई ਤੋਂ ਹੀ ਆਈ ਸੀ ਤਸਵੀਰ ਉਹ ਤੇ ਉਸ ਤੋਂ ਬਾਅਦ ਕਿੰਨਾ ਵਿਵਾਦ ਹੋਇਆ ਸੀ ਲੇਕਰ ਆਪਣੇ ਸੁਖਬੀਰ ਬਾਦਲ ਦੀ ਵੀ ਆਈ ਸੀ ਸ਼ਾਪਿੰਗ ਦੁਕਾਨ ਜਿਹੜੀ ਦबई ਦੀ ਉਹ ਦबई ਮਾਲ ਦੀ ਤਸਵੀਰ ਹੀ ਸੀ ਸ਼ਾਇਦ ਨਹੀਂ ਜਦੋਂ ਬੀਬਾ ਜੀ ਤੇ ਉਹ ਪੈਂਟ ਸ਼ਰਟ ਪਾਈ ਹੋਈ ਸੀ ਮੈਨੂੰ ਉਹ ਨਹੀਂ ਪਤਾ ਇਹ ਸੁਖਬੀਰ ਸਿੰਘ ਬਾਦਲ ਦੀ ਐ ਸੀ ਸ਼ਾਇਦ ਉਹ ਦबई ਮਾਲ ਦੀ ਤਸਵੀਰ ਹੀ ਸੀ ਸ਼ਾਇਦ ਮੈਨੂੰ ਚਲੋ ਹੈਗਾ ਚਲੋ ਕਿਤੋਂ ਦੀ ਵੀ ਸੀ ਹਾਂ 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 ਤੁਸੀਂ ਕਿ ਪੰਥਕ ਪਾਰਟੀ ਚੋਂ ਉਹਦੇ ਐਮਪੀ ਉਹ ਇੱਕ ਪੰਥਕ ਪਰਿਵਾਰ ਤੋਂ ਉਹ ਯਾਰ ਪਤਾ ਕੌਲਮ ਲਾ ਕੇ ਤੈਨੂੰ ਨਿਬੜਦੀ ਗੱਲ ਦੱਸ ਦਿੰਦਾਗਾ ਫੇਰ ਉਹ ਕਈ ਵਾਰੀ ਹੋ ਜਾਂਦਾ ਹੁੰਦਾ ਇਹਨਾਂ ਦੇ ਸਿਰਫ ਪੰਥਕ ਜਾਂ ਸਿਸਟਮ ਜੋ ਅਪਣਾਇਆ ਵਾ ਇਹ ਇਕੱਲੇ ਇਹਨਾਂ ਦੀ ਪਰਿਵਾਰ ਦੀ ਨਹੀਂ ਜਿਹੜੇ ਹੋਰ ਵੀ ਇਹ ਨਾਲ ਆਲੇ-ਦੁਆਲੇ ਵਾਲੇ ਉਹ ਸਿਰਫ ਤੇ ਸਿਰਫ ਬਸ ਸੱਤਾ ਪ੍ਰਾਪਤੀ ਲਈ ਆ ਪੌਣੀਆਂ ਇਹਨਾਂ ਨੇ ਰੀ ਲਾਈਆਂ ਮੈਂ ਕੜੀ ਤੇ 버ਗਰ ਖਾਂਦਿਆਂ ਦੀਆਂ ਸਾਡੇ ਯਾਰਾਂ ਦੇ ਪਾਬੇ ਹੋਰ ਗੱਲਾਂ ਪਰ ਜਿੱਥੇ ਤੁਸੀਂ ਇੱਕ ਸਿੰਬੋਲਿਕਲੀ ਉਹ ਹੋ ਕਰ ਰਹੇ ਹੋ ਪਾਰਟੀ ਨੂੰ ਲੈ ਕੇ ਜਾਂ ਜਿੱਥੇ ਤੁਹਾਡਾ ਆਈਡੀਆ ਹੋਵੇ ਫੇਰ ਉਹ ਉਹ ਬੰਦੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਤਵਾੜੀ ਰਿਪੋਰਟ ਦੇ ਉੱਤੇ ਯਾਰ ਗੱਲ ਆ ਕੋਈ ਜਿਹਨੂੰ ਪਤਾ ਹੀ ਨਹੀਂ ਮਤਲਬ ਜਿਹਨੂੰ ABC D ਜਾਂ ਕੁਝ ਨਹੀਂ ਪਤਾ ਹੁਣ ਆਪਣੀ ਵਰਸਾ ਸਿੰਘ ਬਲਟੋਹਾਲੀ ਆਪਣੀ ਕਿੰਨਾ ਵਿਰੋਧ ਹੋ ਗਿਆ ਬਟ ਹਮ ਸਾਰੀ ਇੰਟਰਵਿਊ ਦੇ ਵਿੱਚ ਇੱਕ ਵੀ ਸਵਾਲ ਦਾ ਉਹਨਾਂ ਨੇ ਜੇ ਸਹੀ ਆਨਸਰ ਦਿੱਤਾ ਉਹ ਲੋਕਾਂ ਦੇ ਸਾਹਮਣੇ ਆ ਮੈ ਤਾਂ ਕਹਿਣਾ ਆਪਣਾ ਹੋਵੇ ਸੁਖਵੀਰ ਜੀ ਨਾਲ ਇੰਟਰਵਿਊ ਫਿਰ ਪਤਾ ਲੱਗੇ ਸਿਸਟਮ ਕੀ ਹੋ ਗਿਆ ਕੋਈ ਖਬਰ ਤਾਂ ਨਹੀਂ ਆ ਗਈ ਕੋਈ ਵੱਡੀ ਅਪਡੇਟ ਆਈ ਆ ਵੱਡੀ ਅਪਡੇਟ ਆ ਗਈ ਇਹੇ ਦੀ ਕਿਹੜੀ ਤੂੰ ਉਹ ਨੋਟੀਫਿਕੇਸ਼ਨ ਲਾਈ ਬੈਠਾ ਪਤਾ ਲੱਗ ਗਿਆ ਹਨਾ ਵੱਡੀ ਅਪਡੇਟ ਆ ਗਈ ਮੈਂ ਪੜਨ ਦੇ ਕੋਈ ਗੱਲ ਕਰ ਲਉਣੀ ਮੈਂ ਪੜ ਰਿਹਾ ਵਾ ਗੱਲ ਤਾਂ ਕੀ ਕਰ ਗਏ ਗੱਲ ਤਾਂ ਹੁਣ ਇਹੀ ਆ ਵੀ ਸੁਖਵੰਤ ਪੁੱਛ ਗੁਰਪ੍ਰੀਤ ਨੂੰ ਕਿੱਥੇ ਰਹਿ ਗਿਆ ਜਾਗੋ ਵਾਲਾ ਪ੍ਰੋਗਰਾਮ ਤਾਂ ਅੱਜ ਫਿਰ ਕੈਂਸਲ ਹੀ ਆ ਮਿੱਤਰਾ ਹੂੰ ਵਿਆਹ ਦੀ ਚੱਲਾਂਗੇ ਗਾਲੂ ਹਣਾ ਤੂੰ ਤਾਂ ਨਹੀਂ ਜਾਣਾ ਨਾਲ ਹੈ ਚੱਲ ਮਰਜੀ ਆ ਜਰੀ ਕੀ ਅਪਡੇਟ ਆ ਗਈ ਦੱਸ ਗਠਵੰਦਰ ਗਠਵੰਦਰ ਵਾਲੀ ਤਾਂ ਜੀ ਜੀ ਹੂੰ ਪਸਪਤੀ ਮਾਇਵਤੀ ਜੋ ਪ੍ਰਮੋਖ ਨੇ ਹਾਂ ਉਹਨੇ ਐਲਾਨ ਕੀਤਾ ਕਿ 2024 ਚ ਅਸੀਂ ਕਿਸੇ ਨਾਲ ਕੋਈ ਗਠਬੰਧ ਨਹੀਂ ਕਰਾਂਗੇ ਹਾਂ ਉਹ ਪਹਿਲਾਂ ਵੀ ਕਰਾਇਆ ਸੀ ਅੱਛੇ ਪੱਕਾ ਉਹ ਹੋ ਗਿਆ ਹੁਣ ਇਹ ਦੇਖੋ ਕਿ ਇਹ ਪੰਜਾਬ ਚ ਲਾਗੂ ਹੁੰਦਾ ਇਹਨਾਂ ਦਾ ਇਹ ਕਿ ਨਹੀਂ ਉਹ ਮੈਂ ਲਾਇਆ ਸੀ ਉਹਨਾਂ ਦੇ ਜਸਵੀਰ ਸਿੰਘ ਗੜੀ ਨੂੰ ਫੋਨ ਉਹਨਾਂ ਨੇ ਫੋਨ ਨਹੀਂ ਚੱਕਿਆ ਅਰ ਦੋ ਤਾਂ ਨਾਰੀ ਮੈਂ ਟੰਡੀਗੜ ਗਿਆ ਸੀ ਮੈਨੂੰ ਆਇਆ ਸੀ ਮਿਲ ਜਾਣਗੇ ਕਰ ਲਾਂਗੇ ਉਹ ਕੱਲ ਆ ਗਿਆ ਤਲਵੰਡੀ ਆਈ ਸੀ ਕੱਲ ਉਹ ਚਲ ਤਲਵੰਡੀ ਕੱਲ ਦਾ ਤਾਂ ਦੇਖ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਨੂੰ ਤੂੰ ਦੱਸ ਦਿੰਦਾ ਫਿਰ ਆਪਾਂ ਕਰ ਲੈਂਦੇ ਕੰਟੈਕਟ ਮੈਂ ਵੀ ਕਿਤੇ ਮੈਂ ਪਰਸੋਂ ਕਰੀ ਗਿਆ ਪਰਸੋਂ ਫੋਨ ਉਹਨਾਂ ਨੂੰ ਕਰੀਗਾ ਚਲ ਦੇਖ ਲਾਂਗੇ ਇੱਕ ਦੋ ਦਿਨਾਂ ਨੂੰ ਜੇ ਹੋਇਆ ਹਮ ਇੱਕ ਮੇਰਾ ਹੋਰ ਵੀ ਮੈਂ ਭਾਜੀਪੀ ਦੇ ਕਿਸੇ ਆਗੂ ਦਾ ਦੇਖ ਰਿਹਾ ਹਾਂਗਾ ਠੀਕ ਇੰਟਰਵਿਊ ਗੱਲ ਕਰਾਂ ਜਿਵੇਂ ਨੰਡਾ ਨਾਲ ਮੈਂ ਕਰ ਲਾ ਵਧੀਆ ਹੈਗਾ ਕੀ ਗੱਲ ਕਰੀ ਵਧੀਆ ਹੈਗੀ ਤੇਰੀ ਗੱਲਬਾਤ ਹਾਂ ਠੀਕ ਆ ਕਰ ਫਿਰ ਹੱਥ ਲੈ ਕਹਾਂ ਹਾਂ ਮੈਂ ਤਾਂ ਕੰਗ ਸਾਬ ਦਾ ਫੋਨ ਆਇਆ ਸੀ ਅੱਛਾ ਕੀ ਕਹਿੰਦਾ ਨਾ ਯਾਰ ਮੈਨੂੰ ਆਪਣੂੰ ਕੰਗ ਸਾਹਿਬ ਨੇ ਆ ਫੋਨ ਕੀਤਾ ਜੇ ਨਹੀਂ ਢੋਰਾ ਆਪਣੀ ਹੂੰ ਮੈਨੂੰ ਆਇਆ ਫੋਨ ਨਿੱਕੇ ਫੋਨ ਤੇ ਮੇਰੇ ਮੈਂ ਇਹ ਨੰਬਰ ਤਾਂ ਤੇ ਹੈ ਕੱਲਾ ਸੀ ਚੱਕਿਆ ਹੈਲੋ ਮੈਂ ਮਾਰਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦਾ ਮੁਖ ਬਲਾਰਾ ਬੋ ਰਿਹਾ ਹਾਂ ਮਾਹ ਜੀ ਬੋਲੋ ਤੁਹਾਨੂੰ ਨਵੇਂ ਸਾਲ ਦੀਆਂ ਬਹੁ ਬਧਾਈਆਂ ਮੈਂ ਤੁਹਾਨੂੰ ਵੀ ਜੀ ਮੈਂ ਇੱਕ ਗੱਲ ਕਰਨੀ ਸੀ ਜੀ ਉਹਦਾ ਟੂਟੂ ਹੋ ਗਿਆ ਉਹ ਤਾਂ ਦੂਜਾ ਹੋ ਨਾ ਦੂਜਾ ਸੀ ਓਹੋ ਮੈਂ ਇਹੀ ਆ ਮੈਂ ਉਹ ਦੂਜਾ ਕੰਪਿਊਟਰ ਆਇਆ ਜਣਾ ਹੂੰ ਆਪਣੇ ਨਹੀਂ ਨੰਬਰ ਨੰਬਰ ਫਿਰ ਮੈਨੂੰ ਸਾਡੇ ਨਾਲ ਤਾਂ ਉਹੀ ਨਰਾਜ਼ ਨੇ ਹੂੰ ਦੇਖ ਆਮ ਆਦਮੀ ਵਾਲੇ ਸਾਡੇ ਤੇ ਨਰਾਜ਼ ਹੂੰ ਕਾਲੀ ਸਾਡੇ ਤੇ ਨਰਾਜ਼ ਕਾਂਗਰਸ ਵਾਲੇ ਸਾਡੇ ਤੇ ਨਰਾਜ਼ ਹੂੰ ਹੁਣ ਰਹਿੰਦੇ ਹੁੰਦੇ ਸਿੱਧੂ ਸਾਹਿਬ ਨਾਲ ਆਪਣੀ ਓਵੇਂ ਕਿਤੇ ਗੱਲ ਨਹੀਂ ਹੋਈ ਉਹਨਾਂ ਨੇ ਆਪਣੇ ਪ੍ਰੋਗਰਾਮ ਪ੍ਰੋਗਰਾਮ ਜੇ ਸੌਣ ਲਿਓ ਵੀ ਨਰਾਜ਼ ਹੋ ਜਾਣਗੇ ਜਿੰਨਾ ਇੰਟਰਵਿਊ ਜਾ ਹੋ ਗਿਆ ਉਹ ਤੋਂ ਉਹ ਵੀ ਨਰਾਜ਼ ਹੋ ਜਾਣਗੇ ਉਹ ਵੀ ਨਰਾਜ਼ ਹੋ ਜਾਣਗੇ ਆਪਣੇ ਨਾਲ ਨਰਾਜ਼ ਹੀ ਆ ਤੇ ਮੈਨੂੰ ਐਂ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਆਪਾਂ ਇਧਰੋਂ ਪ੍ਰੋਗਰਾਮ ਆਪਾ ਨੂੰ ਵਧਾਉਣੇ ਪੈਣੇ ਹੂੰ ਕਿ ਕਿਤੇ ਲਿਖ ਕੇ ਲਾ ਦਾਂ ਦਫਤਰ ਦੇ ਬਾਹਰ ਹਾਂ ਨੋ ਐਂਟਰੀ ਹਾਂ ਸਾਲ ਠੀਕ ਆ ਵਧੀਆ ਗੱਲ ਇਹ ਇੱਕ ਮੈਜਰ ਕਰ ਲਾਂ ਇੱਥੇ ਮੈਨੂੰ ਆਇਆ ਫੋਨ ਆ ਹਾਂਜੀ ਮੈਂ ਇੱਕ ਕੰਮ ਜਾ ਕਰਵਾਇਆ ਸੀ ਉਹ ਆਨਲਾਈਨ ਫੋਮ ਕਰਕੇ ਉਹ ਜਿਹੜਾ ਸੇਵਾ ਕੇਂਦਰ ਵਾਲਾ ਹਾਂ 1076 ਵਾਲਾ ਹਾਂ ਹਾਂ ਮੈਨੂੰ ਫੋਨ ਆਇਆ ਹੈਲੋ ਸਰ ਪਰਮੇਸ਼ ਸਿੰਘ ਗੱਲ ਕਰ ਰਹੇ ਆ ਮੈਂ ਕਿਹਾ ਹਾਂਜੀ ਪਰਮੇਸ਼ ਸਿੰਘ ਗੱਲ ਕਰ ਰਹੇ ਆ ਸਰ ਤੁਸੀਂ ਇਹ ਕੰਮ ਕਰਵਾਇਆ ਸੀ ਮੈਂ ਹਾਂਜੀ ਕਰਵਾਇਆ ਸੀ ਤੇ ਕੋਈ ਰਿਸ਼ਵਤ ਤਾਂ ਹੀ ਲਈ ਉਹਨੇ ਐਕਸਟਰਾ ਪੈਸੇ ਮੈਂ ਨਹੀਂ ਲਈ ਜੀ ਹਾਂ ਤੁਹਾਡੀ ਕੋਈ ਫੀਡਬੈਕ ਜੀ ਕੋਈ ਸੁਨੇਹਾ ਸਰਕਾਰ ਨੂੰ ਹਾਂ ਮੈਂ ਮੇਰੀਆਂ ਦੋ ਬੇਨਤੀਆਂ ਹਾਂ ਪਹਿਲੀ ਬੇਨਤੀ ਤਾਂ ਮੇਰੀ ਇਹ ਆ ਕਿ ਸਰਕਾਰ ਇਸ਼ਤਿਹਾਰਬਾਜ਼ੀ ਬੰਦ ਕਰ ਦੇ ਹੂੰ ਉਹ ਸੁਣ ਲਾ ਕੀ ਕੁੜੀ ਅਗੋ ਅੱਛਾ ਕਹਿੰਦੀ ਸਰ ਮੈਂ ਇਹ ਦੇਖੋ ਇਹ ਪੋਸਟਰ ਪਾਸਟਰ ਤੁਸੀਂ ਨੋਟਾਉਨ ਕਰ ਲਓ ਫੀਡਬੈਕ ਤੁਸੀਂ ਫੀਡਬੈਕ ਹਾਂ ਤੁਸੀਂ ਆਦਰ ਨੋਟਾਉਨ ਕਰ ਮੈਂ ਕਿਹੜੇ ਪੋਸਟਰ ਪਾਸਟਰ ਤੁਸੀਂ ਲਾਈ ਜਾਂਦੇ ਹੋ ਜਾਂ ਅਖਬਾਰਾਂ ਇਸ਼ਤਿਹਾਰ ਜੇ ਆਉਂਦੇ ਆ ਹਾਂ ਹੂੰ ਹਾਂ ਆਏ ਰਿਪੋਰਟਾਂ ਦੇ ਜਾਂਦੇ ਉੱਥੇ ਸਕਰੀਨਾਂ ਹੀ ਲੱਗੀਆਂ ਇਹ ਬੰਦ ਕਰ ਦਿਓ ਉਹ ਸਰ ਸਾਡਾ ਡਿਪਾਰਟਮੈਂਟ ਹੈ ਨਹੀਂ ਇਹ ਹਾਂ ਉਹ ਤਾਂ ਚਲੋ ਬਚਾਰਾ ਪ੍ਰਾਈਵੇਟ ਕੰਪਨੀ ਜੀ ਮੈਂ ਚਲੋ ਜੇ ਤੁਸੀਂ ਬੰਦ ਨਹੀਂ ਕਰਨਾ ਮੇਰੀ ਦੂਜੀ ਫੀਡਬੈਕ ਪੈਕ ਇਹ ਆ ਕਿਹੜਾ ਫਲੈਕਸਾਂ ਠ ਦੋਨੇ ਨੋਟ ਕਰਾ ਦਿੱਤਾ ਹਾਂ ਠੀਕ ਆ ਹੁਣ ਦੇਖ ਭਈ ਫੋਨ ਆਉਂਦਾ ਕਿ ਨਹੀਂ ਉਹ ਤਾਂ ਗੱਲ ਵੱਖਰੀ ਆ ਹਾਂ ਤਾਂ ਹੱਦ ਤੂੰ ਉਹਨੂੰ ਕਹਿਣਾ ਵੀ ਭਾਈ ਬੀਬਾ ਤੇਰਾ ਖਰਜਾ ਵੀ ਨੋਟ ਡਾਊਨ ਕਰਨੀ ਜੋ ਫੀਡਬੈਕ ਆ ਤੂੰ ਨੋਟ ਡਾਊਨ ਕਰ ਲੈ ਗਾਹ ਭੇਜ ਦੇ ਜਿੱਥੇ ਵੀ ਤੁਸੀਂ ਭੇਜਣਾ ਤੁਹਾਨੂੰ ਜਿੱਥੇ ਲੈਣਾ ਮੈਂ ਠਿੱਕੇ ਤਿਆਰਾਂ ਭਾਈ ਲੈਣ ਨੂੰ ਹਾਂ ਕਿ ਸਰ ਕੋਈ ਗੱਲ ਨਹੀਂ ਜਰੂਰ ਜੀ ਧੰਨਵਾਦ ਮੈਂ ਵੀ ਧੰਨਵਾਦ ਠੀਕ ਹੁਣ ਆਪਾਂ ਮਿਲਦੇ ਆਂ ਆਪਾਂ ਮਿਲਾਂਗੇ ਵੀਰਵਾਰ ਨੂੰ ਵੀਰਵਾਰ ਨੂੰ ਸ਼ਾਮ 7:00 ਵਜੇ ਕੋਈ ਤੇ ਕਿਰ ਇੱਕ ਬੰਦੇ ਦਾ ਮੈਸੇਜ ਆਇਆ ਉਹ ਕਹਿੰਦਾ ਯਾਰ ਤੂੰ ਟੈਲੀਫੋਨ ਜਿਹੜੀ ਗੱਲ ਹੀ ਕਰਨ ਉਹ ਕਿਉਂ ਬਈ ਕਰਾਂਗੇ ਉਹ ਥੋੜਾ ਜਿਹਾ ਕੋਈ ਦਿੱਕਤ ਪਈ ਵੀ ਉਹ ਥੋੜਾ ਜਣਾ ਕੰਮ ਅਸੀਂ ਤਾਂ ਹੀ ਥੋੜਾ ਜਿਆ ਉਹ ਇਗਨੋਰ ਕਰਨ ਲੱਗੇ ਸਾਡੇ ਧਿਆਨ ਚ ਉਹ ਟੈਲੀਫੋਨ ਵਾਲਾ ਪੌਡਕਾਸਟ ਥੋੜਾ ਜਿਹਾ ਕੋਈ ਛੋਟਾ ਜਿਹਾ ਪੰਗਾ ਪੈ ਗਿਆ ਛੋਟਾ ਜਿਹਾ ਛੋਟਾ ਜਿਹਾ ਹਾਂ ਸਮਝੋ ਗੱਲ ਨੂੰ ਸਾਡੀ ਭਾਵਨਾ ਸਮਝੋ ਹੋਊਗਾ ਸਾਰਾ ਕੁਝ ਹੋਊਗਾ ਮਤਲਬ ਸਬਰ ਦਾ ਫਲ ਮਿੱਠਾ ਹੁੰਦਾ ਬਹੁਤ ਮਿੱਠਾ ਸਾਰੇ ਕੁਝ ਸਾਡੇ ਨਾਲ ਹੀ ਹੋ ਰਿਹਾ ਇਹ ਸਾਰਾ ਕੁਝ ਸਾਡੇ ਨਾਲ ਹੀ ਹੋ ਰਿਹਾ ਹਾਂ ਪਿਛਲੀ ਵਾਰ ਪੌਡਕਾਸਟ ਲੇਟ ਇਹ ਸਾਰਾ ਕੁਝ ਸਾਡੇ ਨਾਲ ਹੀ ਹੋ ਰਿਹਾ ਭਾਈ ਜੀ ਕੋਈ ਨਾ ਹੀ ਸਮੱਸਿਆ ਹੱਲ ਕਰ ਰਹੇ ਹਾਂ ਜਲਦ ਬਾਕੀ ਆਪਾਂ ਹੁਣ ਵੀਰਵਾਰ ਨੂੰ ਮਿਲਾਂਗੇ ਤੇ ਜਿਹੜੀਆਂ ਮੰਗਲਵਾਰ ਵਾਲੀਆਂ ਵੀ ਖਬਰਾਂ ਆ ਰਹੀਆਂ ਉਹ ਇਕੱਠੀਆਂ ਵੀਰਵਾਰ ਵਾਲੇ ਜਿਹਾ ਹੋਏ ਅਸੀਂ ਵਿਆਹ ਤੇ ਜਾਣਾ ਸੀ ਭਾਈ ਸਾਨੂੰ ਦਰੋ ਮਾਫੀ ਕਰ ਦਿਓ ਮਾਫ ਕਰ ਦਿਓ ਤੇ ਰਤਨ ਜੀ ਫਿਰ ਕਰੀਏ ਸਮਾਪਤੀ ਆਪਾਂ ਹਾਂਜੀ ਹਾਂਜੀ ਚਲੋ ਜੀ ਆਪਾਂ ਹੁਣ ਮਿਲਾਂਗੇ ਵੀਰਵਾਰ ਸ਼ਾਮ ਨਹੀਂ ਜੀ ਹੂੰ ਚੰਗੀ ਖਬਰ ਆ ਗਈ ਇੱਕ ਚਲੋ ਚੰਗੀ ਗੱਲ ਹਾਂ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਮਿਲ ਗਈ ਜੀ ਓ ਲਓ ਜੀ ਚਲੋ ਆਕਰਖਾਰ ਸਮਾਂ ਬੰਨ੍ਹ ਕੇ ਤਾਂ ਮੈਂ ਜਿਕਰ ਕੀਤਾ ਸੀ ਪੋਡਕਾਸਟ ਚ ਹਾਂ ਚਲੋ ਆਪਣੇ ਹੁੰਦੇ ਹੁੰਦੇ ਖਬਰ ਆ ਗਈ ਕਿਉਂਕਿ ਇਹ ਸਾਰਾ ਉਹ ਸੁਨਵਾਈ ਸੀ ਇਹ 12 ਜਨਵਰੀ ਨੂੰ ਹੋ ਗਈ ਸੀ ਫਿਰ ਉਸ ਤੋਂ ਬਾਅਦ ਫੈਸਲਾ ਰੱਖਵਾ ਰੱਖ ਲਿਆ ਗਿਆ ਸੀ ਹਾਂ ਸੋਮਵਾਰ ਤੇ ਆ ਮੇਰੀ ਵੀ ਉਹ ਤਨਾ ਖੈਰਾ ਸਾਹਿਬ ਦੇ ਬੇਟੇ ਨਾਲ ਗੱਲ ਹੋਈ ਫਿਰ ਇੰਟਰਵਿਊ ਸੀ ਫਿਰ ਉਹ ਤਾਂ ਹੀ ਨਹੀਂ ਹੋ ਸਕਿਆ ਉਹ ਕਹਿੰਦੇ ਅਸੀਂ ਉਧਰ ਜਾਣਾ ਉਦੋਂ ਤਰੀਕ ਵਾਲਾ ਸੀਗਾ ਸਿਸਟਮ ਸਾਰਾ ਤੇ ਕੋਈ ਗੱਲ ਨਹੀਂ ਤਾਂ ਹੁਣ ਜ਼ਮਾਨਤ ਮਨਜ਼ੂਰ ਹੋ ਗਈ ਹੂੰ ਦੇਖੋ ਜੀ ਹੁਣ ਸ਼ਾਮ ਤੱਕ ਬਾਰ ਆਉਂਦੇ ਆ ਕਿ ਨਹੀਂ ਆਉਂਦੇ ਕਿ ਕੱਲ ਨੂੰ ਆਉਣਗੇ ਮੰਗਲਵਾਰ ਨੂੰ ਹਮ ਇੱਕ ਹੋਰ ਵੀ ਆ ਆਪਾਂ ਸਿਆਸੀ ਜਿਹੜਾ ਹੈਗਾ ਸਮਕਰਨ ਉਹ ਬਦਲ ਲਗੇ ਹੋਣ ਪਟਾਕੇ ਜ਼ਿਆਦਾ ਪੈਣਗੇ ਹਾਂ ਕਿਉਂਕਿ ਇੰਤਜ਼ਾਰ ਹੋ ਰਿਹਾ ਸੀ ਨਾ ਕਿਉਂਕਿ ਸੁਖਪਾਲ ਸਿੰਘ ਖੇੜਾ ਦੀ ਜ਼ਮਾਨਤ ਦੇ ਉੱਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗਠਬੰਧਨ ਦੀ ਪੂਰੀ ਜੋ ਪਰਤ ਬਣ ਰਹੀ ਆ ਉਹਦੇ ਉੱਪਰ ਨਿਰਭਰ ਆ ਹਮ ਬਾਕੀ ਇਹ ਕਿ ਇਹ ਵੀ ਗੱਲ ਆ ਜਿਵੇਂ ਕੱਲ ਨੂੰ ਮੰਗਲਵਾਰ ਨੂੰ ਹਮ ਜੋਨ ਦਾ ਕਪਣਾ ਪੌਡਕਾਸਟ ਹੋਣਾ ਨਹੀਂ ਪਤਾ ਕਿ ਅੱਧਾ ਕੋਈ ਇੰਟਰਵਿਊ ਵੀ ਆ ਜੇ ਹਾਂ ਜੈ ਖੈਰਾ ਸਾਹਿਬ ਹੋਰ ਵੱਡੇ ਖਲਾਸੇ ਹੋ ਜੇ ਮੈਨੂੰ ਲੱਗਦਾ ਖੈਰਾ ਸਾਹਿਬ ਪਹਿਲਾਂ ਪੀਸੀ ਕਰਨਗੇ ਹੂੰ ਇੰਟਰਵਿਊ ਤੋਂ ਪਹਿਲਾਂ ਦੇਖੋ ਕਿਉਂਕਿ ਖੈਰਾ ਸਾਹਿਬ ਦਾ ਟੇਸਟ ਆ ਨਾ ਹੂੰ ਕਿਉਂਕਿ ਉਹ ਦੋ ਦਿਨਾਂ ਬਾਅਦ ਬੋਲ ਲੈਂਦੇ ਹੁੰਦੇ ਆ ਤੇ ਦਿਨ ਹੋ ਗਏ ਵਾਵਾ ਸਾਰੇ ਹੂੰ ਉਹ ਹੁਣ ਅੰਦਰ ਬੈਠੇ ਸੀ ਤੇ ਡਾਟਾ ਇਕੱਠਾ ਕਰ ਰਹੇ ਸੀ ਹੂੰ ਉਹ ਡਾਟਾ ਹੋਣਾ ਵਾਵਾ ਸਾਰਾ ਹਾਂ ਤੇ ਖੈਰਾ ਸਾਹਿਬ ਫਿਰ ਪੀਸੀ ਕਰਨਗੇ ਹੂੰ ਤੇ ਖਾਸ ਇੱਕ ਹੋਰ ਵੀ ਆ ਏ ਪੀ ਸੀ ਕੌਣ ਚਲਾਉਂਦਾ ਇਹ ਵੀ ਦੇਖਣਾ ਆਊਗਾ ਇਹ ਵੀ ਦੇਖਣਾ ਆਊਗਾ ਇਹ ਵੱਡੀ ਗੱਲ ਆ ਇਹ ਵੱਡੀ ਗੱਲ ਆ ਵੀ ਚਲਾਉਂਦੇ ਕਿਹੜੇ ਕਿਹੜੇ ਜਦੋਂ ਉਹਨਾਂ ਦੇ ਪੀ ਸੀ ਬੂ ਸੀ ਚਲਾਉਂਦੇ ਨਹੀਂ ਕੋਈ ਚਲਾਉਂਦੇ ਨਹੀਂ ਕਈ ਚੈਨਲ ਹੈਗੇ ਆ ਵਧੀਆ ਕੰਮ ਕਰਦੇ ਆ ਉਹਨਾਂ ਦਾ ਇੰਟਰਵਿਊ ਵੀ ਕਰਦੇ ਪਰ ਕਈ ਚਲੋ ਜੀ ਖੈਰਾ ਸਾਹਿਬ ਦਾ ਜਾਣਦੇ ਨੇ ਵੀ ਸੀ ਲੋੜੀ ਵਾਲੇ ਦਿਨ ਸੀ ਮਿਲਦਾ ਤੇ ਉਹਨਾਂ ਦੇ ਪੋਤੇ ਦੀ ਪਹਿਲੀ ਲੋੜੀ ਵੀ ਸੀ ਨਾਲੇ ਨਵਾਂ ਸਾਲ ਵੀ ਆ ਹਾਂ ਚਲੋ ਕੋਈ ਇੱਕ ਦੋ ਦਿਨ ਬਾਅਦ ਚ ਮਾਗ ਮਹੀਨਾ ਉਹਨਾਂ ਲਈ ਖੁਸ਼ੀ ਲੱਗਿਆ ਹਾਂ ਸਿੱਖਾਂ ਦਾ ਨਵਾਂ ਸਾਲ ਉਹਨਾਂ ਦੀ ਖੁਸ਼ੀ ਲੈ ਕੇ ਆ ਗਿਆ ਹੁਣ ਇਹ ਵੀ ਦੇਖਣਾ ਬਾਕੀ ਰਹੂਗਾ ਹਮ ਕਿ ਸੁਖਪਾਲ ਸਿੰਘ ਖਹਿਰਾ ਤੇ ਨਵਜੋਤ ਸਿੰਘ ਸਿੱਧੂ ਹਮ ਇੱਕ ਹੁੰਦੇ ਆ ਹਮ ਕਿ ਜਿਵੇਂ ਪਹਿਲਾਂ ਚੱਲਦਾ ਆ ਰਿਹਾ ਉਵੇਂ ਚੱਲੂਗਾ ਕਿ ਤੜੰਗੀ ਰਹਿਣਗੇ ਹਾਂ ਵਸਦਾ ਇੱਕੀ ਹੂ ਇਹਨਾਂ ਦਾ ਪਤਾ ਪਤਾ ਵੀ ਲੈ ਕੇ ਆਏ ਆ ਸਿੱਧੂ ਸਾਹਿਬ ਹਾਂ ਜੀ ਚਲੋ ਦੇਖੋ ਸਾਹਿਬ ਵੀ ਮਿਲਦੇ ਰਹੇ ਨੇ ਸਿੱਧੂ ਸਾਹਿਬ ਨਾਲ ਤਾਂ ਹੁਣ ਪੰਜਾਬ ਦੀ ਸਿਆਸਤ ਬਾਈ ਜੀ ਗਰਮ ਹੋਣ ਜਾ ਰਹੀ ਆ ਹਾਂ ਚਲੋ ਬਾਈ ਜੀ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਹਮ ਦੇਖੋ ਕੀ ਕਹਿੰਦਾ ਚਲੋ ਪੰਜਾਬ ਦੇ ਮੁੱਦੇ ਚੱਕਣ ਗੱਲ ਤਾਂ ਇਹ ਆ ਆਪਾਂ ਤਾਂ ਹੋਰ ਕੀ ਆ ਸਿਆਸੀ ਲੀਡਰ ਤੱਕ ਪੰਜਾਬ ਦੇ ਮੁੱਦੇ ਚੱਕਣ ਤੇ ਉਹ ਮੁੱਦਿਆਂ ਤੇ ਸਟੈਂਡ ਲੈਣ ਦੇ ਗਾਂ ਜਿਹਦੇ ਆਪ ਨੂੰ ਵੀ ਕੁਝ ਮਿਲੇ ਪਾਵਰ ਚਾਉਣ ਤਾਂ ਉਦੋਂ ਕੰਮ ਕਰਨ ਬਿਲਕੁਲ ਗੱਲ ਆ ਬਸ ਹੋਰ ਤੇ ਜੇ ਕੋਈ ਪਰਚੇਜ ਹੈਗਾ ਬਈ ਤੇ ਤੱਕੋ ਅੰਦਰ ਫਿਰ ਹੂੰ ਇਹ ਸੱਚ ਕੁਝ ਹੈਗਾ ਤਾਂ ਜੀ ਹਾਂ ਜੇ ਗਲਤ ਨੇ ਫਿਰ ਬਾਕੀ ਹਾਂ ਇਹ ਵੀ ਗੱਲ ਆ ਚਲੋ ਜੀ ਹੁਣ ਇਹ ਫੈਸਲਾ ਕਰਨਾ ਅਦਾਲਤ ਨੇ ਤੇ ਹੁਣ ਆਪਾਂ ਚੱਲ ਗਏ ਸਮਾਂ ਬਹੁਤ ਹੋ ਗਿਆ ਹੂੰ ਚਲੋ ਜੀ ਆਪਾਂ ਹੁਣ ਮਿਲਦੇ ਆਂ ਵੀਰਵਾਰ ਸ਼ਾਮ 7 ਵਜੇ 7 ਵਜੇ ਧੰਨਵਾਦ ਜੀ ਧੰਨਵਾਦ